ਪੰਜਾਬੀ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਪਰਮੇਸ਼ ਸਿੰਘ ਵਿਦਵਾਲੀ ਅਰਬ ਵਿੱਚ ਕਹਾਵਤ ਹੈ ਕਿ ਜੇਕਰ ਕਿਸਮਤ ਇੱਕ ਘੰਟਾ ਤੁਹਾਡੇ ਨਾਲ ਖੜਦੀ ਆ ਤਾਂ 10 ਘੰਟੇ ਤੁਹਾਡੇ ਉਲਟ ਰਹਿੰਦੀ ਆ ਪੱਖਾ ਬੰਦ ਕਰ ਦਿਓ ਭਾਈ ਇਹ ਕਹਾਵਤ ਦੁਆਰਾ ਬੋਲੀ ਕਿੱਥੋਂ ਅਰਬ ਦੀ ਕਹਾਵਤ ਅਰਬ ਦੀ ਹਾਂ ਮੈਨੂੰ ਸਮਝ ਨਹੀਂ ਆਇਆ ਤੁਸੀਂ ਆਪ ਖਾ ਗਿਆ ਜੇ ਕਿਸਮਤ ਇੱਕ ਘੰਟਾ ਤੁਹਾਡੇ ਹੱਕ ਵਿੱਚ ਖੜਦੀ ਆ ਤਾਂ 10 ਘੰਟੇ ਉਸ ਤੋਂ ਉਲਟ ਹੁੰਦਾ ਅੱਜ ਦਾ ਪ੍ਰੋਗਰਾਮ ਸਪான்ਸਰ ਬੇ 16 ਸਾਊਂਡ ਪ੍ਰੋਡਕਸ਼ਨ ਸਾਊਂਡ ਸਾਊਂਡ ਪ੍ਰੋਡਕਸ਼ਨ ਹਾਂ ਇਹ ਬੋਲ ਦਿਆ ਕਰੋ ਬੋਲ ਲੈਨੇ ਆ ਜੀ ਤੇ ਸ਼ੁਰੂਆਤ ਹੀ ਕਰ ਰੇਣ ਆਪਾਂ ਹਾਂ ਉਹਨਾਂ ਵੱਲੋਂ ਪੂਰਾ ਇਹ ਪੋਡਕਾਸਟ ਸਾਡਾ ਸਪਾਂਸਰ ਕੀਤਾ ਗਿਆ ਜੀ ਜੀ ਤਾਂ ਹੁਣ ਆਪਾਂ ਵੱਲਦੇ ਆਂ ਵੱਧਦੇ ਹਾਂ ਚ ਅੱਜ ਭਾਈ ਤੁਸੀਂ ਰੋਟੀ ਖਵਾ ਕੇ ਨਾ ਸੁਸਤੀ ਬਾਤ ਉਹ ਯਾਰ ਹੋਰ ਕਿਹਾ ਸੀ ਮੈਂ ਕਿਹਾ ਇਹ ਵੀ ਰੋਟੀ ਨਾ ਬਾਅਦ ਚ ਖਾਂ ਹਾਂ ਬੜੀਆ ਧਿਆਨ ਪਾ ਲੱਗਿਆ ਸੀ ਪੂਰਾ ਹਾਂ ਕੇਂਦਰ ਤੋਂ ਹੀ ਸੀ ਆਪਾਂ ਪੂਰਾ ਮਾਹੌਲ ਤੱਤਾ ਸੀਗਾ ਚਲੋ ਜੀ ਆਪਾਂ ਚੱਲੀਏ ਚੰਡੀਗੜ੍ਹ ਮਾ올 ਠੀਕ ਹੈ ਉੱਥੇ ਨਾ ਹੀ ਤਾਂ ਗਰਮੀ ਆ ਤੇ ਨਾ ਹੀ ਠੰਡ ਆ ਹੂੰ ਇਹ ਤਾਂ ਪੰਜਾਬ ਵਾਲੇ ਪਾਸੇ ਥੋੜੀ ਜਿਹੀ ਗਰਮੀ ਜ਼ਿਆਦਾ ਹੋਈ ਪਈ ਆ ਹਾਂ ਤੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਫੇਰ ਟਵੀਟ ਕਰ ਦਿੰਦੇ ਆ ਹਾਂ ਐ ਲੱਗਦਾ ਕਿ ਬਸ ਟਵੀਟਾਂ ਦੇ ਉੱਪਰ ਹੀ ਬੈਠੇ ਆ ਹੂੰ ਕਹਿੰਦੇ ਦੇਖੋ ਜੀ ਸਿਆਸੀ ਲੀਡਰੋ ਹੂੰ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਲੈਂਦੇ ਪਰ ਉਹ ਹੂੰ ਜ਼ਿਕਰ ਕਰਦੇ ਨੇ ਉਹ ਸੁਖਬੀਰ ਸਿੰਘ ਬਾਦਲ ਜੀ ਹੂੰ ਰਾਜਾ ਵੜਿੰਗ ਜੀ ਹੂੰ ਸੁਨੀਲ ਜਾਖੜ ਜੀ ਹੂੰ ਪ੍ਰਤਾਪ ਸਿੰਘ ਬਾਜਵਾ ਜੀ ਹੂੰ ਹੈ ਭਈ ਤੁਹਾਡੇ ਪੁਰਖਿਆਂ ਦੇ ਵੱਲੋਂ ਕੁਰਸੀ ਲਈ ਜੋ ਕੁਰਸੀ ਨਾਮੇ ਕੀਤੇ ਗਏ ਹਨ ਬੜਾ ਜ ਸ ਪੂਰਾ ਸਾਖਤਾ ਨਾਲ ਲੈ ਕੇ ਆਉਣਾ ਕਹਿੰਦੇ ਹੂੰ ਤੇ ਕਹਿੰਦੇ ਇੱਕ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੁਨੀਲ ਜਾਖੜ ਜੀ ਦੇ ਪਿਤਾ ਖੜੇ ਹੋਏ ਨੇ ਹੂੰ ਜਦੋਂ ਟੱਕ ਲੱਗ ਰਿਹਾ ਏ ਜੀ ਪ੍ਰਕਾਸ਼ ਸਿੰਘ ਬਾਦਲ ਜੀ ਮੌਜੂਦ ਨੇ ਆਹੀ ਲਿਖਿਆ ਸੀ ਨਹੀਂ ਨਹੀਂ ਲਿਖਿਆ ਸੀ ਪ੍ਰਕਾਸ਼ ਸਿੰਘ ਬਾਦਲ ਨੇ ਲਿਖਿਆ ਨਾ ਉਹ ਲਿਖਿਆ ਸੀ ਨਹੀਂ ਜੀ ਮੈਂ ਕਿੱਥੇ ਫਿਰ ਪੜ ਲਿਆ ਕਮਾਲ ਕਰਦਾ ਤੂੰ ਲੱਗ ਮਨਜੋ ਜੀ ਮਨਜੋ ਤੁਸੀਂ ਮੰਨ ਜਾ ਕਰੋ ਤੱਕਾ ਨਾ ਕਰੋ ਓ ਯਾਰ ਨਾ ਵੀਰ ਜੀ ਤੱਕਾ ਨਾ ਕਰੋ ਤੁਸੀਂ ਮੰਨ ਜਿਓ ਮੇਰੇ ਕੋਲ ਏ ਟਵੀਟ ਦਾ ਸਕਰੀਨ ਸ਼ਾਟ ਪਿਆ ਟਵੀਟ ਨੂੰ ਛੱਡ ਦੇ ਨਾ ਮੈਂ ਦਿਖਾਉਣਾ ਫਿਰ ਜਿੱਥੇ ਮੈਂ ਬੜਾ ਹੈਗਾ ਖੜ ਜਾ ਤੂੰ ਕਿਸੇ ਆਲੇ ਨੇ ਕਿਸੇ ਬੰਦੇ ਨੇ ਫੇਕ ਹੀ ਤਾਂ ਨਹੀਂ ਚਲਾਤਾ ਅੱਜ ਕੱਲ੍ਹ ਭਰੋਸਾ ਨਹੀਂ ਜੀ ਨਾ ਇਹ ਲਿਖਿਆ ਹੋਇਆ ਜੀ ਹਾਂ ਜੀ ਲਿਖਿਆ ਉਨੇ ਜਿਕੇ ਕਹਿੰਦੇ ਨੇ ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ ਚ ਪ੍ਰਕਾਸ਼ ਸਿੰਘ ਬਾਦਲ ਦੀ ਐਸਵਾਈਐਲ ਦੇ ਸਰਵੇ ਕਰਾਉਣ ਦੀ ਇਜਾਜ਼ਤ ਦੇਣ ਦੀ ਤਾਰੀਫ਼ ਕੀਤੀ ਸੀ ਹਾਂ ਐ ਰਿਹਾਗਾ ਹਾਂ ਐ ਰਿਹਾ ਵੀ ਤਾਰੀਫ਼ ਕੀਤੀ ਸਮਾਂ ਵੀ ਕਹਾਂ ਪ੍ਰਕਾਸ਼ ਸਿੰਘ ਬਾਦਲ ਵਿੱਚ ਲਿਖਿਆ ਗਿਆ ਤੇ ਇੱਕ ਸੁਖਬੀਰ ਸਿੰਘ ਬਾਦਲ ਜੀ ਆਬਰਾਏ ਹੋਟਲ ਦੇ ਜਿਹੜਾ ਉਹਨਾਂ ਦਾ ਹੂੰ ਉਹਦੀਆਂ ਫਰਜ਼ਾਂ ਸ਼ਰਤਾਂ ਕਹਿੰਦੇ ਨਾਲ ਲੈ ਕੇ ਆਉਣ ਹੂੰ ਤੇ ਇੱਕ ਉਹ ਤਾਂ ਦੱਸ ਦੇ ਪੰਜਾਬ ਸਰਕਾਰ ਨੇ ਜਿਹੜੀ ਇੱਕ ਤਗੋਰ ਥੀਏਟਰ ਦੇ ਵਿੱਚ ਉੱਥੇ ਜਿਹੜੀ ਇੱਕ ਪਰਮਿਸ਼ਨ ਮੰਗੀ ਸੀਗੀ ਵੀ ਇੱਥੇ 1 ਨਵੰਬਰ ਲਈ ਬਿਲਕੁਲ ਉਹਨਾਂ ਨੇ ਪਰਮਿਸ਼ਨ ਜਿਹੜੀ ਉਹ ਕਰਤੀ ਉਹ ਜਿਹੜੀ ਖਾਸ ਗੱਲ ਹੈ ਨਾ ਪਹਿਲਾਂ ਖਬਰ ਆਉਂਦੀਆਂ ਕਿ ਤਗੋਰ ਥੀਏਟਰ ਬੁੱਕ ਕਰਵਾ ਲਿਆ ਗਿਆ ਹੈ ਹੂੰ ਖਬਰਾਂ ਚੱਲਿਆਂ ਦੇ ਵੇਖੋ ਜੀ ਆਹ ਸੀਟਾਂ ਵੀ ਆ ਪੂਰਾ ਹਾਲ ਆ ਜੀ ਇੱਥੇ ਆ ਕੋਈ ਨਹੀਂ ਤਾਂ ਹੀ ਖਬਰ ਚੱਲੀ ਮੈਂ ਨਹੀਂ ਦੇਖੀ ਮੈਂ ਇਹ ਖਬਰ ਜ਼ਰੂਰ ਦੇਖੀ ਸੀ ਵੀ ਉਹਦੇ ਲਈ ਅਰਜੀ ਮੈਂ ਟਵਿੱਟਰ ਤੇ ਹੀ ਦੇਖਿਆ ਸੀਗਾ ਨਹੀਂ ਇਹ ਕੱਲ ਖਬਰ ਆਉਂਦੀ ਆ ਪਰ ਪਰਸੋਂ ਸ਼ਾਮ ਨੂੰ ਚੈਨਲ ਲਾਈਵ ਕਰਦਾ ਹੂੰ ਕੀ ਆ ਹਾਲ ਹੁਣ ਸਭ ਕੁਝ ਐ ਹੋ ਗਿਆ ਫਲਾਣਾ ਝੰਕਾ ਸਭ ਦਾ ਦੰਦਾ ਹੋ ਹੁਣ ਗੱਲ ਇਹ ਹੋਈ ਆ ਕਿ ਜਦੋਂ ਇਹਨਾਂ ਨੇ ਥੀਏਟਰ ਬੁੱਕ ਕੀਤਾ ਜੀ ਕਹਿੰਦੇ ਸਾਨੂੰ ਫੋਨ ਆ ਗਿਆ ਸੀ ਆਪਾਂ ਕਹਿੰਦੇ ਆ ਚਲੋ ਸਾਈ ਰਹਿ ਗਈ ਸੀ ਜ਼ਬਾਨ ਤੇ ਕੰਮ ਹੋ ਗਿਆ ਸੀ ਜੀ ਪੰਜਾਬ ਸਰਕਾਰ ਨੂੰ ਚਾਹੀਦਾ ਨਵੰਬਰ ਵਾਸਤੇ ਜੀ ਉਹਨੇ ਹੰਮੀ ਭਰਤੀ ਜੀ ਜਦੋਂ ਗਿਆ ਰਸਮੀ ਲੈਟਰ ਹਾਂ ਤੇ ਕਹਿੰਦੇ ਫਿਰ ਉਹਨੇ ਨਾ ਕਰਤੀ ਹਾਂ ਦੇਖੋ ਲੈਟਰ ਰਸਮੀ ਤੌਰ ਤੇ ਗਿਆ ਫਿਰ ਜਾਂ ਫਿਰ ਟੈਗੋਰ ਥੀਏਟਰ ਚੰਡੀਗੜ੍ਹ ਦੇ ਵਿੱਚ ਤੇ ਰਾਜਪਾਲ ਸਭ ਨੇ ਕੋਈ ਫੋਨ ਘਮਾਤਾ ਹੂੰ ਇਹ ਵੀ ਨਹੀਂ ਪਤਾ ਨਾ ਹੂੰ ਟਿਉਗ ਥੀਏਟਰ ਪਤਾ ਇਹਨੂੰ ਕਿੱਥੇ ਇੱਥੇ ਉਹ ਗੁਰਪ੍ਰੀਤ ਦਾ ਪੇਪਰ ਸੀ ਉਹਦਾ ਜਮਾ ਸਾਹਮਣੇ ਆ ਉਹ ਸਕੂਲ ਦੇ ਇੱਥੇ ਆਪਾਂ ਜਾ ਕੇ ਆਏ ਆ ਉੱਥੇ ਆ ਤਰੀ ਜਾਣਕਾਰੀ ਚ ਵਾਦਾ ਕਰਾਇਆ ਇਹ ਨਹੀਂ ਪਤਾ 18 17 ਦਾ ਨਹੀਂ ਮੈਨੂੰ ਪਤਾ ਮਤਲਬ ਉੱਥੇ ਜੇ ਆ ਉਹ ਪਤਾ ਨਹੀਂ ਕਿਹੜਾ ਸੈਕਟਰ ਸੀ 18 ਠੂਰੇ ਹੀ ਆ ਮਨ ਦਾ ਹਾਂ ਤੇ ਜਿਹੜੇ ਉਹਨਾਂ ਦੇ ਪ੍ਰਬੰਧਕ ਆ ਉਹ ਕਹਿੰਦੇ ਵੇਖੋ ਜੀ ਇੱਥੇ ਤਾਂ ਕੇਵਲ ਨਾਟਕ ਖੇਡ ਜਾਂਦੇ ਆ ਕੋਈ ਵੀ ਸਿਆਸੀ ਜਾਂ ਧਾਰਮਿਕ ਪ੍ਰੋਗਰਾਮ ਨਹੀਂ ਕਰਵਾਉਂਦੇ ਅਸੀਂ ਨਾਟਕ ਹੀ ਸੀ ਉਹ ਤਾਂ ਖੇਡ ਦਿੰਦੇ ਦੇ ਦਿੰਦੇ ਆਇਤ ਸੁਨੀਲ ਜੱਖੜ ਨੇ ਵੀ ਕਰ ਗਾਈ ਤੀ ਤੁਸੀਂ ਦੇਖੋ ਕੋਈ ਸਿਆਸਤਦਾਨ ਨੇ ਆਪਣੀ ਅੱਧੀ ਉਮਰ ਛੱਡੋ ਤੁਸੀਂ ਪੂਰੀ ਉਮਰ ਲਾ ਦਿੱਤੀ ਉਹਨੇ ਸਿਆਸਤ ਚ ਤੇ ਉਹਨਾਂ ਨੇ ਇਹ ਗੱਲ ਪਹਿਲਾਂ ਹੀ ਪ੍ਰੈਸ ਕਾਨਫਰੰਸ ਕਹਿ ਦਿੱਤੀ ਸੀ ਆਪਦੇ ਹੂੰ ਕੀ ਟਗੋਰ ਥੀਏਟਰ 'ਚ ਸਿਰਫ ਨਾਟਕ ਹੁੰਦੇ ਆ ਜੀ ਮਾਨ ਸਾਹਿਬ ਤੁਸੀਂ ਉੱਥੇ ਇਹ ਨਾਟਕ ਕਰਨ ਜਾ ਰਹੇ ਹੋ ਹੂੰ ਤੇ ਇਹੀ ਗੱਲ ਬਾਅਦ ਚ ਸਾਫ ਵੀ ਹੋ ਜਾਂਦੀ ਆ ਹੂੰ ਸੁਨੀਲ ਜਾਖੜੀ ਵੀ ਕਹਿੰਦੇ ਆ ਕਿ ਮਾਨ ਸਾਹਿਬ ਤੁਸੀਂ ਹਬੋਰ ਆਓ ਹੂੰ ਆਪਾਂ ਉੱਥੇ ਬੈ ਕੇ ਡਿਬੇਟ ਕਰਦੇ ਆ ਜੀ ਕਿਉਂਕਿ ਸਭ ਦਾ ਨੁਕਸਾਨ ਹਬੋਰ ਹੀ ਚੱਲਦਾ ਏ ਹਾਂ ਇਕੱਲਾ ਤੁਸੀਂ ਹਬੋਰ ਨਹੀਂ ਆਉਣਾ ਤਾਂ ਲੁਧਿਆਣਾ ਆ ਜਾਓ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹੂੰ ਤੇ ਕਹਿੰਦੇ ਹੁਣ ਪੰਜਾਬ ਸਰਕਾਰ ਇਹ ਵਿਚਾਰ ਕਰ ਰਹੀ ਆ ਕਿ ਉਹਨਾਂ ਨੂੰ ਪਹਿਲਾਂ ਸੂਹ ਮਿਲ ਗਈ ਸੀ ਹੂੰ ਕੀ ਆ ਟਗੋ ਥੀਏਟਰ ਵਾਲਾ ਕੰਮ ਆ ਇਹ ਖਰਾਬ ਹੋ ਸਕਦਾ ਭਾਈ ਹੂੰ ਉਹਨਾਂ ਨੇ ਇੱਕ ਮਹਾਲੀ ਸਟੇਡੀਅਮ ਦੇ ਵਿੱਚ ਇੱਕ ਥਾਂ ਹੋਰ ਸੀ ਤੇ ਤੀਜਾ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਤਿੰਨ ਥਾਂ ਉੱਤੇ ਵਿਚਾਰ ਕਰ ਰਹੀ ਹੈ ਹੁਣ ਪੰਜਾਬ ਸਰਕਾਰ ਕਿ ਇੱਥੇ ਪੂਰਾ ਸੀ ਇਹ ਪ੍ਰੋਗਰਾਮ ਕਰ ਲਈਏ ਡਿਬੇਟ ਵਾਲਾ ਹੂੰ ਤੇ ਇਹ ਤਾਂ ਸੁਝਾਅ ਪੈ ਤਾ ਸੀ ਸਟੇਡੀਅਮ ਵਾਲਾ ਤਾਂ ਸਟੇਡੀਅਮ ਵਾਲਾ ਤਾਂ ਆਪੇ ਤੇ ਆਪੇ ਪਰੇ ਵੀ ਗਈ ਵੀ ਪੱਟ ਪੱਟ ਨਾ ਦੇਣ ਕਿਤੇ ਹੂੰ ਬਿਲਕੁਲ ਤੇ ਇੱਕ ਕੋਈ ਵੀ ਗੱਲ ਆਹੋ ਮਿੰਟੂ ਬਾਈ ਦਾ ਮੈਂ ਵੀਡੀਓ ਦੇਖੀ ਜਾਂਦਾ ਸੀ ਮਿੰਟੂ ਗੁਰੂ ਸਰ ਜੀ ਤੇ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕਹੀ। ਹੂੰ ਉਹ ਕਹਿੰਦੇ ਬਸ ਇਹ ਨਿਕਲਣਾ ਨਿਕਲਣਾ ਕਹਿੰਦੇ ਇਹ ਚੋ ਕੁਝ ਨਹੀਂ। ਹੈ ਤੇ ਇਹ ਪੰਜਾਬ ਵਾਲਿਆਂ ਨੂੰ ਪੰਜਾਬੀਆਂ ਨੂੰ ਲੱਗਾ ਲੱਗ ਗਿਆ ਸਾਰਿਆਂ ਨੂੰ ਪਤਾ ਬਾਹਰ ਲੈਣ ਨੂੰ ਵੀ ਲੱਗ ਗਿਆ। ਇਹ ਗੱਲ ਤਾਂ ਡੱਕਾ ਨਹੀਂ ਨਿਕਲਣਾ। ਹੂੰ ਇੱਕ ਜਰੂਰ ਆ ਇੰਨਾ ਕਿ ਜਰੂਰ ਨਿਕਲੂਗਾ। ਜਿਵੇਂ ਇਹਨਾਂ ਦੀ ਪਾਰਟੀ ਦੇ ਵਰਕਰ ਇੱਕ ਆਪਣੇ ਥੱਲੇ ਵੀ ਪਿਛਲੀ ਵਾਰ ਕਮੈਂਟ ਆਇਆ ਸੀ ਕਹਿੰਦੇ ਨਵੇਂ-ਨਵੇਂ ਪੱਤਰਕਾਰ ਬਣੇ ਇਹਨਾਂ ਨੂੰ ਜ਼ਿਆਦਾ ਚਾਅ ਚੜਿਆ ਵਗਾ। ਫਪੜਿਆ ਸੀਗਾ। ਬਿਲਕੁਲ। ਤੇ ਇੱਕ ਮੈਨੂੰ ਵੀ ਕਿਸੇ ਦਾ ਫੋਨ ਆਇਆ ਸੀ ਫੋਨ ਨਹੀਂ ਉਹ ਆਇਆ ਸੀ ਉਹ ਆਪਾਂ ਵਾਇਸ ਨੋਟ ਆਇਆ ਸੀਗਾ ਹੂੰ ਤੇ ਉਹ ਕਹਿੰਦੇ ਵੀ ਤੁਸੀਂ ਥੋੜਾ ਜਿਆਦਾ ਜਿਆਦਾ ਤਤੇ ਚੱਲਣ ਲੱਗੇ ਜਿਆਦਾ ਤਵਾ ਲਾਉਣ ਲੱਗੇ ਦੇਖਿਓ ਕਿਤੇ ਹੁਣ ਸੱਚ ਤਾਂ ਸੱਚ ਹੀ ਆਉਣ ਇਹਨੂੰ ਤਵਾ ਮੰਨ ਲਓ ਜੇ ਮਰਜੀ ਮੈਂ ਕਹਿੰਦਾ ਸਾਰਿਆਂ ਤੇ ਲਾਇਆ ਦੂਜਿਆਂ ਦੂਜਿਆਂ ਨੂੰ ਕਿਹੜਾ ਛੱਡਾਂ ਜਿਹੜਾ ਨੇ ਪਹਿਲਾਂ ਜੋ ਕੁਝ ਕੀਤਾਗਾ ਉਹ ਕਹਿੰਦੇ ਤੁਸੀਂ ਇਸ ਗੱਲ ਤੇ ਡਿਸਕਸ਼ਨ ਨਹੀਂ ਕਰਦੇ ਵੀ ਇਹ ਹੋਣੀ ਚਾਹੀਦੀ ਆ ਡਿਬੇਟ ਹੋਣੀ ਚਾਹੀਦੀ ਆ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਵੀ ਇਸ ਕਹੀ ਕੌਣ ਲੈ ਕੇ ਗਿਆ ਸੀ ਇਹਨਾਂ ਨੇ ਕੀ ਉਹ ਮੈਂ ਕਹਿੰਦਾ ਲੋਕਾਂ ਨੂੰ ਤਾਂ ਪਤਾ ਹੀ ਆ ਯਾਰ ਜੇ ਲੋਕਾਂ ਨੂੰ ਪਤਾ ਸੀ ਤੇ ਲੋਕਾਂ ਨੇ ਤਾਂ ਹੀ ਖੁੰਝੇ ਲਾਤੇ ਇਹ ਇਹੀ ਤਾਂ ਇਹੀ ਦਾ ਰੌਲਾਗਾ ਹੂੰ ਡਿਬੇਟ ਕਰਨੀ ਆ ਕਰੋ ਕਿ ਪੰਜਾਬ ਸਰਕਾਰ ਹੁਣ ਕੀ ਕਰੋਗੀ ਹੂੰ ਜਿਹੜੀਆਂ ਗੱਲਾਂ ਬੀਤੀਆਂ ਉਹ ਗੱਲ ਬੀਤੇ ਦੀ ਹੋ ਗਈ ਇਹਨਾਂ ਨੇ ਗਲਤੀਆਂ ਕੀਤੀਆਂ ਪੰਜਾਬ ਦਾ ਕੱਲਾ ਕੱਲਾ ਬੱਚਾ ਜਾਣੂ ਇਸ ਗੱਲ ਤੋਂ ਸੁਖਪਾਲ ਸਿੰਘ ਖੈਰਾ ਦਾ ਕੋਈ ਵਰਕਰ ਉਹਨੇ ਵੀ ਚੈਲੰਜ ਕਰਤਾ ਹੂੰ ਉਹ ਕਹਿੰਦੇ ਇਕੱਲੇ ਖੈਰੇ ਨਾਲ ਹੀ ਕਰ ਲੈਣ ਜੇ ਦੋ ਹੱਥ ਦੇਖਣੇ ਆ ਅਸਲ 'ਚ ਉਹ ਵਧੀਆ ਹੋਊਗਾ ਕੰਮ ਮੈਨੂੰ ਲੱਗਦਾਗਾ ਹਾਂ ਦਿਲੋਂ ਕਰੀਬੀ ਤੌਰ ਤੇ ਇੱਕ ਦੂਜੇ ਨੂੰ ਹੀ ਦੋਨੇ ਜਾਣਦੇ ਆ ਬਿਲਕੁਲ ਇਕੱਠੇ ਰਹੇ ਆ ਇਕੱਠੇ ਬੰਦੇ ਰਹੇ ਆ ਹਾਂ ਇੱਕੋ ਕਾਰ ਚ ਝੂਟੇ ਲੈਂਦੇ ਰਹੇ ਆ ਤੇ ਹੁਣ ਉਹ ਵੀ ਪਤਾ ਲੱਗ ਜਾਊਗਾ ਇਹ ਸ਼ੋਅ ਜਣਾ ਮੈਨੂੰ ਤਾਂ ਕਿਸੇ ਨੇ ਹੀ ਵੀ ਦੱਸਿਆ ਕਹਿੰਦੇ ਜੇ ਮੁੱਖ ਮੰਤਰੀ ਮਾਨ ਕਹਦੇ ਡਿਬੇਟ ਮਾਨਪ੍ਰੀਤ ਬਾਦਲ ਨਾਲ ਕਰਨ ਹੂੰ ਉਹ ਵੀ ਕਿਤੇ ਨਾ ਕਿਤੇ ਕਹਿੰਦੇ ਚੰਗਾ ਰਹੂਗਾ ਉਹ ਵੀ ਦੇਖਣ ਵਾਲਾ ਕੰਮ ਹੋਊਗਾ ਕਹਿੰਦੇ ਪਰ ਖਜ਼ਾਨਾ ਖਾਲੀ ਰਹਿਣਾ ਫਿਰ ਵੀ ਨਹੀਂ ਉਹ ਖਜ਼ਾਨੇ ਤਾਂ ਨਹੀਂ ਕਹਿੰਦੇ ਰਾਣਾ ਕਹਿੰਦੇ ਕਹ ਅੱਛਾ ਹਾਂ ਪੰਜਾਬ ਨੂੰ ਬਹੁਤ ਕੁਝ ਮਿਲੂ ਕਹਿੰਦੇ ਹੂੰ ਫਿਰ ਨਿੱਜੀ ਨਾ ਹੋਈ ਨਾ ਚਾਹ ਕੇ ਖਬਰਾਂ ਆ ਲੈਣੂ ਇਹ ਤਾਂ ਫਿਰ ਫਿਰ ਡਿਬੇਟਾਂ ਜਿਹਦਾ ਫਿਰ ਇਹੀ ਐਂ ਹੁੰਦਾ ਹੁੰਦਾਗਾ ਇੱਥੇ ਵੀ ਨਿੱਜੀ ਵਾਲਾ ਕੰਮ ਹੀ ਚਲਾਉਣਾਗਾ ਹਾਂ ਹੁਣ ਵੀ ਮਾਨਸਾ ਵੀ ਇਹੀ ਕਹਿ ਰਹੇ ਟਵੀਟ 'ਚ ਕਿ ਆਪਣੇ ਪੁਰਖਿਆਂ ਦੇ ਕੁਰਸੀ ਨਾਂ ਮੇ ਲੈ ਕੇ ਆਉਣਾ ਕਲਮ ਲਾ ਕੇ ਜਿਹੜੀ ਸੱਚੀ ਗੱਲ ਆ ਪਰਮੀ ਤੇ ਜਿਹੜੀ ਸਾਫ਼ ਸਪਸ਼ਟ ਸੱਚੀ ਗੱਲ ਆ ਉਹ ਇਹ ਆ ਵੀ ਇਹਦੇ 'ਚੋਂ ਨਿਕਲਣਾ ਕੁਝ ਨਹੀਂ ਮੁੱਦੇ ਨੂੰ ਪਟਕਾਉਣ ਦੀ ਗੱਲ ਆ ਸਾਰੀ ਹੂੰ ਜਦੋਂ ਲੋਕਾਂ ਨੇ ਯਾਰ ਤੁਹਾਨੂੰ ਗੱਡੀ ਤੇ ਬਿਠਾਤਾ ਹੂੰ ਤੁਹਾਨੂੰ ਐਕਸਟ੍ਰੀਮ ਪਾਵਰ ਦੇਤੀ ਪਿਛਲਾ ਨੇ ਜੋ ਕੀਤਾ ਨਹੀਂ ਕੀਤਾ ਠੀਕ ਆ ਯਾਰ ਹਾਂ ਜੇ ਉਹਨਾਂ ਨੇ ਗਲਤ ਕੀਤਾ ਉਹਨਾਂ ਨੂੰ ਤੁਸੀਂ ਜੇਲਾਂ ਚ ਉਹ ਕਰੋ ਕ੍ਰਾਪਸ਼ਨ ਕੀਤੀ ਆ ਬਿਲਕੁਲ ਠੀਕ ਆ ਪਰ ਜਿਹੜਾ ਮੁੱਦਾ ਹੁਣ ਚੱਲ ਰਿਹਾ ਐਸਵਾਈਐਲ ਦਾ ਉਹਦੇ ਤੇ ਤੁਸੀਂ ਕੀ ਸਟੈਂਡ ਲੈ ਰਹੇ ਹੋ ਇਹ ਸਪਸ਼ਟ ਕਰੋ ਓਕੇ ਮਾਨ ਸਾਹਿਬ ਕਾਲੀਆਂ ਨੇ ਨਹਿਰੀ ਸਭ ਕੁਝ ਕੀਤਾ ਸਭ ਨੂੰ ਪਤਾ ਤੁਹਾਨੂੰ ਇਹ ਦੱਸਣਾ ਚਾਹੀਦਾ ਹੈ ਤੁਹਾਨੂੰ ਇਹ ਦੱਸਣਾ ਚਾਹੀਦਾ ਪ੍ਰੈਸ ਕਾਨਫਰੰਸ ਜਰੀਏ ਪ੍ਰੈਸ ਨੋਟ ਜਰੀਏ ਤੁਹਾਡੀ ਪਾਰਟੀ ਦੀ ਪ੍ਰੈਸ ਕਾਨਫਰੰਸ 'ਚ ਵੀ ਐਸਵਾਈਐਲ ਦੇ ਉੱਤੇ ਅਸੀਂ ਇਹ ਸਟੈਂਡ ਲਾ ਰਹੇ ਹਾਂ ਕਾਂਗਰਸੀਆਂ ਨੇ ਅਕਾਲੀਆਂ ਨੇ ਫਲਾਣੇ ਫਲਾਣੇ ਸਨ ਦੇ ਵਿੱਚ ਇਹ ਸਟੈਂਡ ਲਿਆ ਸੀ ਤਾਂ ਇਹਨਾਂ ਨੇ ਧੱਕਾ ਕਰਿਆ ਸੀ ਭਾਈ ਇਹ ਅਸਲੀ ਮਤਲਬ ਮਲਜਮ ਨੇ ਪੰਜਾਬ ਦੇ ਉਹ ਇਹ ਗੱਲ ਕਰ ਸਕਦੇ ਪਰ ਨਾਲ ਆਪ ਦੀ ਗੱਲ ਦੱਸਣ ਵੀ ਸਾਡਾ ਹੁਣ ਇਹ ਸਟੈਂਡ ਰਹੂਗਾ ਜਿੰਨਾ ਟਾਈਮ ਸਾਡੀ ਸਰਕਾਰ ਰਹੂਗੀ ਜਾਂ ਅਸੀਂ ਅਗਾਹ ਵਾਲੀ ਤਰੀਕ 'ਚ ਸਾਡੇ ਵਕੀਲ ਆਹ ਚੀਜ਼ ਉੱਥੇ ਰੱਖਣਗੇ ਕੋਰਟ ਦੇ ਸਾਹਮਣੇ ਅਸੀਂ ਇਹਦੇ ਤੇ ਆਹ ਕਰ ਰਹੇ ਹਾਂ ਗੱਲ ਤਾਂ ਇੱਥੇ ਆ ਗਈ ਹਾਂ ਹੈ ਹੁਣ ਇੱਕ ਬੰਦਾ ਨਹੀਂ ਸੌਰੀ ਮੁੱਖ ਮੰਤਰੀ ਸਾਹਿਬ ਇਹ ਮੱਧਿਆ ਪ੍ਰਦੇਸ਼ ਚ ਉਹ ਕਹਿੰਦੇ ਵੀ 38778 ਨੌਕਰੀਆਂ ਦੇਖਿਆ ਸੁਣਿਆ 78 ਕਹਿੰਦੇ ਸੀ ਪਿੱਛੇ ਮੂਰੇ 36 ਸੀ ਬਾਈ 38 ਸੀ ਇੰਨੀਆਂ ਦੇਤੀਆਂ ਕਹਿੰਦੇ ਜਬਸੇ ਹਮਾਰੀ ਸਰਕਾਰ ਬਣੀ ਹੈ ਹਾਂ ਕਿ ਜਬਸੇ ਆਪਕੀ ਸਰਕਾਰ ਬਣੀ ਹੈ ਤੇ ਜੁਆਇਨਿੰਗ ਕਿੰਨੇ ਦੀ ਹੋਗੀ ਹਾਂ ਇਹ ਦੱਸੋ ਨਾ ਨੋਟੀਫਿਕੇਸ਼ਨ ਮੈਂ ਕਹਾਂ ਕਿ ਜਬਸੇ ਹਮਾਰੀ ਸਰਕਾਰ ਬਣੀ ਹੈ 800 ਕਰੋੜ ਕੇ ਇਸ਼ਤਿਹਾਰ ਲੱਗੇ ਪੰਜਾਬ ਮੇਂ ਕਭੀ ਦੇਖਿਆ ਇਤਨੇ ਇਸ਼ਤਿਹਾਰ ਲੱਗੇ ਹੈ ਹਾਂ ਇਕਲੀ ਇਕਲੀ ਕੰਨ ਤੇ ਫਲੈਕਸ ਲੱਗਿਆ ਹਾਂ ਇਹ ਖਾਸ ਗੱਲ ਹੋ ਰਾ ਤੁਸੀਂ ਇਹ ਕਿਹੜਾ ਗਾਣਾ ਆਇਆ ਸੀਗਾ लवली ਨਿਰਮਨ ਦਾ ਸੀ ਜੈਪਸੀ ਤੇ ਲਿਖਾ ਭਾਵੇਂ ਕਾਰ ਤੇ ਭਾਵੇਂ ਚੰਦ ਦੇ ਉੱਤੇ ਲਿਖਿਆ ਵਾ ਸੋਣਾ ਸੋਹਣੀਏ ਤੇਰਾ ਨਾਂ ਮੈਂ ਐਂ ਦੇ ਕੁਛ ਸੀ ਗਾਣਾ ਖੜਦਾ ਹੁਣ ਮੈਨੂੰ ਯਾਦ ਕਰ ਲੈਂਦੇ ਬਹੁਤ ਸੁਣਿਆ ਹੋ ਗਾਣਾ ਜੈਪਸੀ ਤੇ ਲਿਖਾ ਭਾਵੇਂ ਕਾਰ ਤੇ ਅਪੋ ਗਾਇਨ ਜੇ ਮੇਰਾ ਬਾਸ ਚੱਲੇ ਜਾਣ ਜੋਗੀ ਚੰਦ ਤਾਰਿਆਂ ਤੇ ਲਿਖਿਆ ਮਾਂ ਤੇਰਾ ਨਾਂ ਜੈਪਸੀ ਤੇ ਲਿਖਿਆ ਭਾਵੇਂ ਕਾਰ ਤੇ ਭਾਵੇਂ ਹੀਰਿਆਂ ਦੇ ਵਿੱਚ ਮਢਾਵਾਂ ਤੇਰਾ ਨਾਂ ਐਂ ਜੇ ਕੋਈ ਗਾਣਾ ਸੀ ਜੈਪਸੀ ਗਾਣਾ ਉਹ ਸਰਚ ਕਰ ਲਿਓ ਮੇਰੇ ਵੀਡੀਓ ਨਾਲੇ ਪੁਰਾਣਾ ਗੀਤ ਸੁਣ ਲਓਗੇ ਇੱਕ ਗੀਤ ਤਾਂ ਥੋੜਾ ਜਿਹਾ ਚੱਕਵਾਂਗਾ ਹੂੰ ਤੇ ਉਹ ਗੱਲ ਆ ਇਹਨਾਂ ਦੀ ਤਾਂ ਇੱਕੋ ਕਰਾਂ ਆਪਾਂ ਕਿਸ ਨੇ ਲਿਖਤਾ ਤੇਰਾ ਮੇਰਾ ਕਾਲਜ ਦੇ ਗੰਤੇ ਨਾ ਉਹ ਬਹੁਤ ਚੰਗਾ ਹੀ ਸੀ ਓਏ ਉਹ ਵੀ ਉਹਦੀ ਸੀ ਅੱਛਾ ਜੈਪਸੀ ਗਾਣਾ ਵੀ ਉਹ ਸੀ ਉਹ ਵੀ ਉਹਦਾ ਹੀ लवली ਨਿਰਮਾਣ ਦੀ ਸੀ ਹਾਂ ਤੁਸੀਂ ਨੈਸ਼ਨਲ ਹਾਈਵੇ ਦੇ ਉੱਪਰ ਕੋਈ ਫਲੈਕਸਿੰਗ ਲਾ ਸਕਦੇ ਕੋਈ ਪੋਸਟਰ ਨਹੀਂ ਲਾ ਸਕਦੇ ਹਮ ਪਰ ਆਮ ਆਦਮੀ ਪਾਰਟੀ ਦੇ ਵਰਕਰ ਪਤਾ ਨਹੀਂ ਦਿਮਾਗ 'ਚ ਉਹਨਾਂ ਦੇ ਕੀ ਕਨਸੈਪਟ ਆ ਉਹਨਾਂ ਦੇ ਉਹ ਫਲੈਕਸ ਟੰਗ ਰਹੇ ਆ ਇੱਕ ਜਿੱਥੇ ਨਿਸ਼ਾਨ ਬਣਾਉਂਦਾ ਕਿ ਅੱਗੇ ਮੋੜ ਆ ਉਹਦੇ ਉੱਪਰ ਉਹ ਇੱਕ ਤਾਂ ਜੋਰਮ ਬਣ ਗਿਆ ਉਹਦੀ ਰੀਲ ਬਣਾ ਰਹੇ ਆ ਤੇ ਪਿੱਛੇ ਚੱਲ ਰਿਹਾ ਕੋਈ ਗੀਤ ਪੰਜਾਬ ਦਾ ਮਹਾਵਾ ਯਾਰ ਹਮ ਇਹ ਵੀ ਪੰਜਾਬ ਦੀ ਸੇਵਾ ਹੋ ਰਹੀ ਹੈ ਲ ਉਹ ਜਿੱਥੇ ਉਹ ਡਾਇਰੈਕਸ਼ਨ ਵਾਲਾ ਲਿਖਿਆ ਉਹ ਸਰਕਾਰੀ ਸਾਈਨ ਬੋਰਡ ਲੱਗਿਆ ਉਹ ਯੂਟਰਨ ਵਾਲਾ ਹੋਊਗਾ ਹਾਂ ਉਹ ਯੂਟਰਨ ਵਾਲਾ ਉਹੜਾ ਮੋੜ ਤੇ ਯੂਟਰਨ ਲਾਉ ਉਹ ਦੇਖਿਆ ਨਾ ਚੰਗੀ ਤਰ੍ਹਾਂ ਮੋੜ ਵਾਲਾ ਨਹੀਂ ਹੋਣਾ ਉਹ ਯੂਟਰਨ ਮੈਂ ਵੀ ਲਿਖਿਆ ਲੱਗਿਆ ਹਾਂ ਚੱਲ ਇਹਦਾ ਹਾਲ ਹੈ ਤੇ ਸੁਨੀਲ ਜਾਖੜ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਸਾਨੂੰ ਤਮਾਸ਼ਾ ਨਾ ਬਣਾਓ ਤੇ ਕੱਲ ਸਾਹਬ ਵੀ ਆ ਅੱਕਾ ਲੈਣ ਜੋ ਕਰ ਦਿੱਤਾ ਸਭ ਨੂੰ ਪਤਾ ਬੱਚਾ ਬੱਚੀ ਨੂੰ ਕਾਂਗਰਸ ਨੇ ਗਲਤੀਆਂ ਹੈਗੀਆਂ ਤੁਸੀਂ ਉਹਨੇ ਗੱਲ ਕਰੋ ਕਿ ਅੱਜ ਤੋਂ 2023 ਤੋਂ ਬਾਅਦ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਕੀ ਕਰਨਾ ਚਾਹੀਦਾ ਹੁਣ ਇਹ ਤਾਂ ਡਿਬੇਟ ਹੁੰਦੀ ਆ ਜੇ ਤੁਸੀਂ ਕਹਿੰਦਾ ਵੇਖੋ ਜੀ ਬਾਦਲ ਸਾਹਿਬ ਨੇ ਕੀ ਕੀਤਾ ਤੇ ਪੰਜਾਬ ਦੇ ਲੋਕਾਂ ਨੂੰ ਤਾਂ ਪਹਿਲਾਂ ਹੀ ਪਤਾ ਹੂੰ ਕਾਂਗਰਸੀਆਂ ਨੇ ਕਈਆਂ ਫੜਾਂਗੇ ਸਾਰਿਆਂ ਨੂੰ ਪਤਾ ਬਾਈ ਯਾਰ ਜੇ ਇਹ じゃ ਕੁਝ ਕਰਿਆ ਤਾਂ ਸੀਟਾਂ ਤੇ ਰਹਿ ਗਏ ਉਹ ਨਹੀਂ ਤੇ ਰਹਿ ਗਏ ਕਿੱਥੇ ਐਡੇ ਐਡੇ ਲੀਡਰਾਂ ਦਾ ਦਬਦਬਾ ਸੀ ਇੰਨੇ ਵਾਰ ਆਲੇ ਹਾਰ ਗਏ ਜਿਹੜੇ ਘਰਾਂ ਤੋਂ ਬਿਨਾ ਹੂੰ ਪੰਜਾਬ ਦੀ ਸਿਆਸਤ ਦਾ ਪੱਤਾ ਨਹੀਂ ਹਿਲਦਾ ਸੀ ਤੜਕੇ ਅਫਸਰ ਉਹਨਾਂ ਘਰਾਂ ਜਾ ਕੇ ਡਿਊਟੀ ਨਿਭਾਉਂਦੇ ਹੁੰਦੇ ਸੀ ਅੱਜ ਉਹ ਘਰ ਖਾਲੀ ਪਿਆ ਉਹਨਾਂ ਦੇ 12 ਚ ਕੁੱਤੇ ਬੈਠੇ ਆ ਵੀ ਲਟੇਰੀਆਂ ਹਮ ਲੱਟਰ ਉੱਥੇ ਨਾ ਤਾਂ ਪੰਜਾਬ ਪੁਲਿਸ ਦੀਂਦੀ ਆ ਨਾ ਕੋਈ ਵਰਕਰ ਦੀਂਦਾ ਉਹ ਘਰ ਤਾਂ ਪਹਿਲਾਂ ਹੀ ਖਾਲੀ ਹੋ ਗਏ ਕਿਹੜੀਆਂ ਸੜਕਾਂ ਤੇ ਪਹਿਲਾਂ ਨੱਕੇ ਲੱਗਦੇ ਸੀ ਪਟਿਆਲੇ ਉਹਨਾਂ ਨੂੰ ਤਾਂ ਹਜੇ ਨਹੀਂ ਸਮਝ ਆ ਰਿਆ ਸੀ ਕੀ ਕਰਕੇ ਹਾਂ ਇਹ ਸ਼ਿਸ਼ਮੇਲਾ ਦੇ ਬਾਹਰ ਲੱਗਦੇ ਸੀ ਹਾਂ 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 ਤੇ ਵਾਜ ਰੋਡ ਖਾਲੀ ਪਏ ਆ ਸੰਬੌਲੀ ਕਲੀ ਆਪਾਂ ਇਹਦੇ ਤੇ ਵੀ ਗੱਲ ਕਰਨੀ ਹੈ ਜਿਹੜਾ ਅਕਾਲੀ ਦਲ ਦਾ ਸੀ ਆਪਾਂ ਇਹਦੇ ਨਾਲ ਹੀ ਚੱਕ ਲੀ ਗੇ ਮੁੱਦਾ ਅਕਾਲੀ ਦਲ ਦਾ ਜਿਹੜਾ ਪ੍ਰਦਰਸ਼ਨ ਸੀ ਪ੍ਰਦਰਸ਼ਨ ਹੀ ਕਹੂੰਗਾ ਉਹ ਇਹਨਾਂ ਨੇ ਤਾਂ ਕਿਹਾ ਸੀ ਵੀ ਅਸੀਂ ਐਸੈਪਟ ਕਰਦੇ ਆ ਇੱਕ ਨਾਲ ਕੁਰਸੀ ਵੀ ਲੈ ਕੇ ਗਏ ਖਾਲੀ ਕੁਰਸੀ ਉੱਤੇ ਲਿਖਿਆ ਸੀ ਮੁੱਖ ਮੰਤਰੀ ਸਾਹਿਬ ਬਟ ਉਹਦਾ ਆਊਟਪੁੱਟ ਕੀ ਨਿਕਲਿਆ ਸਿਰਫ ਖਬਰ ਬਣੀ ਕਿ ਉਹ ਤੋਂ ਅੱਗੇ ਵੀ ਕੁਛ ਇਹ ਵੀ ਇਹਦੇ ਤੇ ਅਕਾਲੀ ਦਲ ਨੂੰ ਵਿਚਾਰ ਕਰਨਾ ਪਊਗਾ ਕੁਝ ਵੀ ਆ ਉਹ ਇੱਕ ਭਾਈ ਸਾਹਿਬ ਨੇ ਆਪਣੀ ਵੀ ਪੋਸਟ ਪਾਤੀ ਅਕਾਲੀ ਦਲ ਬਾਰੇ ਹੂੰ ਵੀ ਐਂ ਕਰਕੇ ਵੀ ਇਹ ਤਾਂ ਅਸੀਂ ਅਸੀਂ ਕਿਸੇ ਦੇ ਉਸ ਹਸਾਬ ਨਾਲ ਖਿਲਾਫ ਨਹੀਂ ਖਾਸ ਕਰਕੇ ਇਸ ਤਾਂ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਸਟਰੋਂਗ ਹੋਵੇ ਹਾਲਾਂਕਿ ਹਰ ਇੱਕ ਪੋਲੀਟੀਸ਼ੀਅਨ ਚਾਹੁੰਦਾ ਖੇਤਰੀ ਪਾਰਟੀ ਪਰ ਉਹਦਾ ਕੀ ਉਸ ਹਸਾਬ ਨਾਲ ਆਊਟਪੁੱਟ ਨਿਕਲਣਾ ਚਾਹੀਦਾ ਜਾਂ ਕਿਵੇਂ ਹੋਣਾ ਉਹ ਗੱਲ ਤੋਂ ਨਾ ਸਿਆਸਤ ਦਾ ਨਾ ਉਂਗਲੀ ਵੱਢ ਕੇ ਬੜਾ ਜਿਹਾ ਟੱਕ ਲੈ ਕੇ ਕਰਾਉਣਾ ਕਿ ਸਾਡਾ ਕੋਈ ਸ਼ੂਗਰ ਦਾ ਟੈਸਟ ਕਰ ਦੋ ਜਾਂ ਬਲੱਡ ਦਾ ਨਿੱਕੀ ਸੂਈ ਮਾਰ ਦਿੰਦੇ ਆ ਹੂੰ ਇਹਨੂੰ ਨਿੱਕੀ ਜੀ ਸੂਈ ਮਾਰ ਕੇ ਕਾਂਗਰਸੀ ਆ ਭਾਵੇਂ ਕਾਲੀ ਆ ਭਾਵੇਂ ਬੀਜੇਪੀ ਆ ਆਪ ਵਾਲੇ ਆ ਇਹ ਬੰਦੇ ਵਾਕੁਏ ਤਾਂ ਬਲੀਦਾਨ ਦੇਤਾ ਜੀ ਹੂੰ ਹੁਣ ਤੁਸੀਂ ਮੁੱਖ ਮੰਤਰੀ ਦੇ ਅੱਜ ਦਾ ਘਰਾਓ ਕਰ ਰਹੇ ਹੋ ਹੂੰ ਰਾਏਪਾਲ ਦੇ ਘਰ ਤੱਕ ਜਾ ਰਹੇ ਹੋ ਚੰਡੀਗੜ੍ਹ ਦੇ ਡਾਂਗਾ ਖਾ ਰਹੇ ਹੋ ਪਾਣੀ ਦੀਆਂ ਪਛਾੜਾਂ ਉਹਦਾ ਫਾਇਦਾ ਕੀ ਆ ਹੂੰ ਸਿਰਫ ਦੱਸ ਰਿਹਾ ਕਿ ਅਸੀਂ ਮੌਜੂਦ ਆ ਸਿਰਫ ਇੰਨੇ ਲਈ ਹੋ ਰਿਹਾ ਸਭ ਕੁਝ ਹੂੰ ਹੋਰ ਕੋਈ ਖਾਸ ਗੱਲ ਲੈਣੀ ਉਹ ਚ ਹੂੰ ਤੁਸੀਂ ਉਹੀ ਹੁਣ ਕਪੂਰੀ ਮੋਰਚੇ ਲਾਉਣਗੇ ਸੀ ਇਕਾਲੀਦਾਲ ਵਾਲੇ ਮੇਰੇ ਕਿਸੇ ਨਾਲ ਗੱਲ ਬਾਤ ਤੇ ਕਹਿੰਦੇ ਇਹ ਮੋਰਚਾ ਲੱਗੂਗਾ ਚਲੋ ਆਪਾਂ ਚੰਗਾ ਹੀ ਲਾ ਵੀ ਲਾਉਣਗੇ ਤਾਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਹਾਂ ਤੇ ਬਾਅਦ ਚ ਬਸ ਪ੍ਰਧਾਨ ਸਾਹਿਬ ਨੇ ਲਾਏ ਘੰਟਾ ਚਲੋ ਬਈ ਅੱਗੇ ਵਾਪਸ ਇਹ ਕਾਚ ਆਪਾਂ ਚਾਲਦੇ ਚਾਹੀਏ ਦੱਸਦੀ ਰਿਵਰਸ ਮਾਈਗ੍ਰੇਸ਼ਨ ਵਾਲਾ ਮਿਲਦਾ ਹੁਣ ਆਪਾਂ ਅਗਲੇ ਹਫਤੇ ਕਰਾਂਗੇ ਕਿਉਂਕਿ ਐਤਕੀ ਹੁਣ ਗੱਲਾਂ ਥੋੜੀਆਂ ਹੀ ਆ ਜਿਆਦਾ ਸੀਗੀਆਂ ਕੁਝ ਖਬਰਾਂ ਤਾਂ ਆਪਾਂ ਇਹ ਕਰ ਰਹੇ ਹਾਂ ਤੇ ਇਹਦੇ ਚ ਤਾਂ ਪਰਮੀਤ ਕੌਲ ਮਲਾ ਕੇ ਮਿਲਦਾ ਆਪਾਂ ਵੀ ਇਹ ਗੱਲ ਛੱਡ ਦੀਏ ਇਹ ਚੋਂ ਨਿਕਲਣਾ ਨਿਕਲਣਾ ਕੁਝ ਨਹੀਂ ਮੈਨੂੰ ਨਹੀਂ ਲੱਗਦਾ ਇਹ ਤਾਂ ਇੱਕ ਤਮਾਸ਼ਾ ਬਾਨਾ ਹਾਂ ਹੁਣ ਖਾਸ ਗੱਲ ਇਹ ਕਿ ਵਿੱਚ ਵਿਰੋਧੀ ਜਾਂਦੇ ਕਿ ਨਹੀਂ ਜਾਂਦੇ ਇਹ ਵੀ ਖਾਸ ਆ ਨਾ ਖਬਰਾਂ ਤੇ ਆ ਰਹੀਆਂ ਮੈਂ ਬੁੱਧੇ ਭਗ ਜਾਣ ਯਾਰ ਮੈਂ ਤਾਂ ਇਹ ਕਹਿਣਾ ਵੀ ਭਗ ਜਾਣ ਠੀਕ ਆ ਯਾਰ ਜਿਹੜਾ ਕੋਸੂ ਦੇਖੀ ਜਾਊਗਾ ਇਹਨਾਂ ਦਾ ਵੀ ਭਗ ਜਾਣ ਉਹ ਕਹਿੰਦੇ ਮਾਨ ਸਾਹਿਬ ਨੇ ਕਰ ਲਈ ਫੁੱਲ ਤਿਆਰੀ ਹੂੰ ਜੇ ਵਿਰੋਧੀ ਆਉਣਗੇ ਫਿਰ ਤਾਂ ਬੋਲਣੀ ਆਪਾਂ ਆ ਸਕ੍ਰਿਪਟ ਸਾਰੀ ਹੂੰ ਜੇ ਵਿਰੋਧੀ ਨਹੀਂ ਆਉਂਦੇ ਫਿਰ ਆ ਸਕ੍ਰਿਪਟ ਬੋਲਣੀ ਆ ਹੂੰ ਤੇ ਆਰਟੀਆਈ ਵਾਲਾ ਨੇ ਵੀ ਕਰ ਲਈ ਉਹ ਤਿਆਰੀ ਆਰਟੀ ਪਾਉਣ ਦੀ ਵੀ ਕਿੰਨਾ ਖਰਚ ਆਊਗਾ ਉੱਥੇ ਤੇ ਇਹ ਵੀ ਆ ਗੱਲ ਨਹੀਂ ਯਾਰ ਸਟੇਟ ਖਾਤਰ ਹੋ ਰਿਹਾ ਕਿੱਡੀ ਗੱਲ ਖਰਚਾਂ ਦੀ ਹਾਂ ਸਟੇਟ ਦੇ ਭਲੇ ਦੀ ਗੱਲ ਆ ਹਾਂ ਸਟੇਟ ਦੇ ਭਲੇ ਦੀ ਗੱਲ ਆ ਸਟੇਟ ਦੇ ਭਲੇ ਦੀ ਗੱਲ ਆ ਸਟੇਟ ਵਾਸੀਆਂ ਨੂੰ ਇਹ ਦੱਸਣਾਗਾ ਵੀ ਕਿਹਨੇ ਕੀਨੇ ਕੀ ਕੀਤਾ ਪੰਜਾਬ ਨਾਲ ਸਟੇਟ ਵਾਸੀਆਂ ਨੂੰ ਪਤਾ ਨਹੀਂ ਨਾ ਵਿਚਾਰੇ ਭੋਲੇ ਬਾਲੇ ਆ ਲੋਕਾਂ ਨੂੰ ਪਤਾ ਹੀ ਨਹੀਂ ਹਾਂ ਲੋਕੋਂ ਹੀ ਵੋਟ ਪਾਏ ਆਉਂਦੇ ਆ ਲੋਕ ਕਿਹੜਾ ਮੋਬਾਈਲ ਚਲਾਉਂਦੇ ਆ ਹਾਂ ਨਾ ਲੋਕ ਅਖਬਾਰ ਪੜ੍ਹਦੇ ਆ ਹਾਂ ਨਾ ਲੋਕ ਨਿਊਜ਼ ਸੁਣਦੇ ਆ ਨਹੀਂ ਤੂੰ ਗੱਲ ਹੀ ਮਗਾ ਦੇ ਲੋਕਾਂ ਨੂੰ ਕਿਹੜਾ ਦੇਖਦਾ ਲੋਕਾਂ ਨੂੰ ਕਿਹੜ ਤੇ ਲੋਕ ਤਾਂ ਗਾਂਧੀ ਦੇ ਤਿੰਨ ਬੰਦਰ ਆ ਆਹੀ ਹੋ ਗਿਆ ਉਹੀ ਕਹਿੰਦੇ ਨਾ ਲੋਕ ਤਾਂ ਗਾਂਧੀ ਤਿੰਨ ਬੰਦਰ ਆ ਹੂੰ ਨਾ ਸੋਨਾ ਨਾ ਦੇਖਣਾ ਨਾ ਬੋਲਣ ਵਾਲਾ ਉਹ ਹਾਂ ਉਹੀ ਹੋ ਗਿਆ ਹਾਂ ਲੋਕਾਂ ਨੂੰ ਕਿਹੜਾ ਪਤਾ ਹੈਗਾ ਇਹ ਦੱਸੂ ਪੰਜਾਬ ਸਰਕਾਰ ਦੱਸੂਗੀ ਜਿਹੜਾ ਨੂੰ ਸੁਣਦਾ ਨਹੀਂ ਉਹਨਾਂ ਨੂੰ ਸੁਣਨ ਵਾਲੀਆਂ ਪਹਿਲਾਂ ਉੱਥੇ ਮਸ਼ੀਨਾਂ ਦਿੱਤੀਆਂ ਜਾਣਗੀਆਂ ਜਿਹੜਾ ਨੂੰ ਦੇਖਦਾ ਨਹੀਂ ਉਹਨਾਂ ਨੂੰ ਉਹ ਪੜ੍ਹਾਈ ਜੀ ਸਿਖਾਈ ਜਾਊਗੀ ਹਾਂ ਹੈ ਤੇ ਬੋਲਣ ਦਾ ਦੇਣੀ ਨਹੀਂ ਬੋਲਣ ਵਾਲਾ ਪਤਾ ਫਾਰਮੂਲਾ ਬੰਦੀ ਹੁੰਦਾ ਸੋ ਤਾਂ ਜਬਾਨ ਬੰਦੀ ਹੋਈ ਪਈ ਆ ਉਹਦਾ ਬਲੋਕਾਂ ਦੇ ਵਿੱਚ ਸਪਾਈ ਖੜੇ ਹੁੰਦੇ ਆ ਬਲੋਕ ਬਣੇ ਹੋਏ ਆ ਨਾ ਇਹਨਾਂ ਦੇ ਬਲੋਕਾਂ ਸਪਾਈ ਖੜੇ ਜਦੋਂ ਕੋਈ ਬੋਲਦਾ ਹੀ ਨੱਪ ਲੈਂਦੇ ਆ ਮੋਢੇ ਨੱਪ ਦਿੰਦੇ ਆ ਐ ਨਹੀਂ ਕਹਿੰਦੇ ਆ ਹਾਰਡ ਰਿਕਵੈਸਟ ਆ ਨੌਕਰੀ ਦੀ ਗੱਲ ਸਾਡੀ ਹਾਂ ਸਾਨੂੰ ਤਾਂ ਮਿਲ ਹੀ ਨਹੀਂ ਭਾਈ ਸਾਨੂੰ ਸਾਡੀ ਬਚਾ ਲੈਣ ਦੋ ਹਾਂ ਤੇ ਇਹ ਵੀ ਚੱਕਰ ਆ ਨਾ ਨਾ ਤਾਂ 1982 ਕੋਈ ਪੰਜਾਬੀ ਹੈਗੇ ਸੀ ਇੱਥੇ ਹਾਂ ਉਸ ਤੋਂ ਕੋਈ ਪੰਜਾਬੀ ਨਹੀਂ ਸੀ ਕਿ ਲਈ ਆਮ ਆਦਮੀ ਪਾਰਟੀ ਨੂੰ ਸਾਰਾ ਕੁਝ ਪਤਾ ਉਹਨਾਂ ਨੂੰ ਹੂੰ ਇਹ ਜ਼ਿਕਰ ਕਰਦੇ ਆ ਆਮ ਆਦਮੀ ਪਾਰਟੀ ਦੇ ਸਪੋਕਸਪੀਕਰ ਸਾਹਿਬ ਹੂੰ ਕਿ ਪੰਜਾਬ ਦੇ ਇੱਕ ਪੱਤਰਕਾਰ ਆ ਜਗਤਾਰ ਸਿੰਘ ਜੀ ਹੂੰ ਕਹਿੰਦੇ ਉਹਨਾਂ ਨੇ ਬਹੁਤ ਸੋਹਣਾ ਜ਼ਿਕਰ ਕੀਤਾ ਐਸ ਵੀਲੂ ਨੂੰ ਲੈ ਕੇ ਹੂੰ ਇਹ ਤਾਰੀਫ ਕਰਦੇ ਉਹਨਾਂ ਦੀ ਪਰ ਜਦੋਂ ਉਹੀ ਪੱਤਰਕਾਰ ਇਨੇ ਸਵਾਲ ਇਨੇ ਸਰਕਾਰ ਨੂੰ ਲੈ ਕੇ ਸਵਾਲ ਖੜੇ ਕਰਦਾ ਉਦੋਂ ਐਂਜ ਕਰ ਲੈਂਦੇ ਆ ਇਹ ਜਾਂ ਫਿਰ ਉੱਥੇ ਵੀ ਨਾਲ ਖੜੋ ਦੇ ਪੱਤਰਕਾਰ ਦੇ ਮੈਂ ਆਪਣੇ ਮੁੱਖ ਜਿਗਰ ਕੀਤਾ ਹੈ ਨਾ ਕਿਸ ਤਰ੍ਹਾਂ ਨੋਟੀਫਿਕੇਸ਼ਨ ਲਿਆ ਗਿਆ ਸਭ ਕੁਝ ਹੋਇਆ ਉਹ ਤਾਰੀਫ ਕਰਦੇ ਆ ਵਾਹ ਜੀ ਵਾਹ ਪੱਤਰਕਾਰ ਤਾਂ ਜਗਤਾਰ ਸਿੰਘ ਹੀ ਹੈ ਜੀ ਹੂੰ ਤੇ ਹੁਣ ਜਦੋਂ ਗੱਲ ਕਰਦੇ ਸਰਕਾਰ ਨੂੰ ਸੁਆਹ ਉਠਾਉਂਦੇ ਆ ਫੇਰ ਪਾਸੇ ਹੋ ਜਾਂਦੇ ਆ ਬਸ ਸਹੀ ਆ ਤਾਂ ਵੇਖੋ ਜੀ ਇਹ ਤਮਾਸ਼ਾ ਬੰਨਾ ਹੁਣ ਕੌਣ ਮਦਾਰੀ ਬੰਦਾ ਕੌਣ ਬਾੰਦਰੀ ਬੰਦਾ ਕੌਣ ਨਚਾਉਂਦਾ ਕਿਸੇ ਨੂੰ ਇਹ ਚੀਜ਼ ਆ ਨਹੀਂ ਇੱਕ ਗੱਲ ਤਾਂ ਇਹ ਵੀ ਹੈ ਇਹ ਤਾਂ ਪਹਿਲਾਂ ਵੀ ਦੇਖਿਆ ਚਲੋ ਹੋ ਸਕਦਾ ਕੰਨਾਂ ਨੂੰ ਤਾਂ ਲੱਗਦਾ ਹੋਊਗਾ ਵੀ ਜਦੋਂ ਪਾਵਰ ਹੁੰਦੀ ਆ ਨਾ ਪਰਮੀਤ ਕਿਸੇ ਵੀ ਕਿਸੇ ਦੇ ਹੱਥ 'ਚ ਹੂੰ ਚਾਹੇ ਉਹ ਗਦੇ ਦੇ ਹੱਥ 'ਚ ਪਾਵਰ ਆ ਜਾਈਂ ਕਹਿੰਦੇ ਐ ਉਹ ਵੀ ਕਹਿੰਦਾਗਾ ਵੀ ਹਾਂ ਬਸ ਹੁਣ ਤਾਂ ਆਪਾਂ ਹੀ ਆ ਬਾਕੀ ਤਾਂ ਐਵੇਂ ਆ ਕਿਸੇ ਦੇ ਹੱਥ 'ਚ ਵੀ ਪਾਵਰ ਆ ਜੇ ਉਹ ਫਿਰ ਆਪਦੀ ਮਰਜ਼ੀ ਕਰਦਾ ਜਦੋਂ ਰਾਜੇ ਦੇ ਹੱਥ 'ਚ ਪਾਵਰ ਸੀ ਕੈਪਟਨ ਦੇ ਉਦੋਂ ਉਹਨੇ ਆਪਦੀਆਂ ਮਾਣਾਈਆਂ ਕਰੀਆਂ ਜਦੋਂ ਬਾਦਲਾਂ ਦੇ ਸੀ ਉਹਨਾਂ ਨੇ ਆਪਦੀਆਂ ਭਾਈ ਮਾਣਾਈਆਂ ਕਰਤੀਆਂ ਹੁਣ ਜਦੋਂ ਮਾਨ ਸਾਹਿਬ ਦੇ ਹੱਥ 'ਚ ਆ ਇਹ ਮਾਣਾਈਆਂ ਕਰਨਗੇ ਜਦੋਂ ਕੱਲੂ ਕਿਸੇ ਹੋਰ ਦੇ ਹੱਥ 'ਚ ਆ ਜੂਗੀ ਉਹ ਮਾਣਾਈਆਂ ਕਰੂ ਇਹ ਤਾਂ ਹੁਣ ਰੱਬ ਦੇ ਹੱਥੀ ਡੋਰਾ ਤੁਸੀਂ ਦੇਖੋ ਅਕਾਲੀ ਦਲ ਜਦੋਂ ਸੱਤਾ 'ਚ ਹੁੰਦਾ ਉਦੋਂ ਪੰਥ ਨੂੰ ਕੋਈ ਖਤਰਾ ਨਹੀਂ ਹੁੰਦਾ ਹੂੰ ਜਦੋਂ ਕਾਇਦਾ ਸੱਤਾ ਜੋ ਬਾਹਰ ਹੋ ਗਿਆ ਪੰਥ ਨੂੰ ਖਤਰਾ ਹੋ ਜਾਂਦਾ ਹਾਂ ਕੇਂਦਰ ਸਰਕਾਰ ਨੇ ਆਇਆ ਕਰਤਾ ਜੀ ਪੰਜਾਬ ਸਰਕਾਰ ਨੇ ਆਇਆ ਕਰਤਾ ਜੀ ਐਂ ਕਾਂਗਰਸ ਵਾਲੇ ਆ ਤੇ ਐ ਹੁਣ ਆਪ ਵਾਲੇ ਆ ਜੋ ਸੱਤਾ 'ਚ ਆ ਉਹ ਸਭ ਕੁਝ ਭੁੱਲ ਜਾਂਦੇ ਆ ਲੋਕਾਂ ਦੇ ਮਸਲੇ ਕੀ ਆ ਮੁੱਦੇ ਕੀ ਆ ਕਿਹੜੀ ਗੱਲ ਕਰਨ ਵਾਲਾ ਕਿਹੜਾ ਕੰਮ ਨਹੀਂ ਕਰਨ ਵਾਲਾ ਸੱਤਾੇ ਬਾਹਰ ਹੋ ਗਏ ਦੇਖੋ ਜੀ ਆ ਕੰਮ ਕਰਨ ਵਾਲਾ ਮਾਨ ਸਾਹਿਬ ਨੂੰ ਸਾਰੇ ਕੰਮ ਨਾਲ ਉਂਗਲਾਂ ਦੇ ਆ ਪੋਟੇ ਯਾਦ ਹੋਣਗੇ ਤੇ ਹੁਣ ਉਹ ਇੱਕ ਪੋਟੇ ਲਗਾਪੀਨ ਕਰ ਰਹੇ ਮਾਨ ਸਾਹਿਬ ਹਮ ਮਾਨ ਸਾਹਿਬ ਨੇ ਕਿਹਾ ਸੀ ਨਾ ਕਿ ਕਿਸਾਨੋ ਤੁਸੀਂ ਦਾਣਾ ਮੰਡੀ ਜਾਓਗੇ ਜਿਵੇਂ ਡਾਲਾ ਖੋਲੋਗੇ ਨਾ ਹਮ ਡਾਲੇ ਕੁੰਡ ਨਾਲ ਹੱਥ ਪਾਓਗੇ ਜੇ ਡਾਲਾ ਨਾ ਖੁੱਲਿਆ ਕੋਈ ਇੱਟ ਲੱਭੋਗੇ ਜਾਂ ਥੋੜੀ ਲੈ ਕੇ ਆਓਗੇ ਜਾਂ ਟਰੈਕਟਰ ਚ ਕੋਈ ਕਿੱਲੀ ਕੱਢ ਕੇ ਮਾਰੋਗੇ ਜੇ ਤੁਸੀਂ ਕਿੱਲੀ ਮਾਰੀ ਜਾਓਗੇ ਤੁਹਾਡੇ ਖਾਤੇ 'ਚ ਪੈਸੇ ਵਾਲੇ ਮੈਸੇਜ ਆਈ ਜਾਣਗੇ ਹਮ ਸਾਨੂੰ ਸਾਨੂੰ ਇੱਕ ਬਾਪੂ ਮਿਲਿਆ ਬਾਪੂ ਕਹਿੰਦਾ ਯਾਰ ਉਹ ਇੱਕ ਬੰਦਾ ਕਹਿੰਦੇ ਸੀ ਸੁਣਿਆ ਸੀ ਮੁਗਲ ਆਲ ਤੇ ਕਹਿੰਦਾ ਇਹ ਵੀ ਤੁਹਾਡੀਆਂ ਬੱਕਰੀਆਂ ਦੇ ਤੁਹਾਡੀਆਂ ਭੇਡਾਂ ਦੇ ਤੁਹਾਡੀਆਂ ਮੁਰਗੀਆਂ ਦੇ ਅਸੀਂ ਪੈਸੇ ਦਵਾਂਗੇ ਕਹਿੰਦਾ ਕਹਦਾ ਉਹ ਪੈਸੇ ਡਿੱਕੀ ਜਾਂਦਾ ਕਹਿੰਦਾ ਮੈਂ ਤਾਂ ਬੋਰ ਥੱਲੇ ਬੈਠਾ ਮਤਲਬ ਲੋਕ ਤਾਂ ਇਹ ਆ ਨਾਲੇ ਲੋਕ ਉਹ ਕਹਿੰਦੇ ਉਹ ਕਹਿੰਦੇ ਸੀ ਇੱਕ ਬੰਦਾ ਕਹਿੰਦੇ ਸੁਣਿਆ ਸੀ ਸੀ ਦੇਖੋ ਨਾ ਮਾਨ ਸਾਹਿਬ ਨੇ ਕਿਹਾ ਸੀ 15 ਅਗਸਤ ਆਜ਼ਾਦੀ ਵਾਲਾ ਦਿਨ ਜਿਹਨੂੰ ਕਹਿੰਦੇ ਆ ਕਿ ਆਜ਼ਾਦੀ ਹੁਣੀ ਆਈ ਆ ਪੰਜਾਬ 'ਚ ਤਾਂ ਹੂੰ ਪਹਿਲਾਂ ਨਕਲੀ ਆਜ਼ਾਦੀ ਸੀ ਹੂੰ ਤੇ ਅਕਤੂਬਰ ਹੂੰ ਤੇ ਸਤੰਬਰ ਜਾਂ ਉਹ ਆ ਉਹ ਅਕਤੂਬਰ ਹੋ ਗਿਆ ਤਿੰਨ ਮਹੀਨੇ ਹੋਣ ਨੂੰ ਆ ਗਏ ਹੂੰ ਤੇ ਹਜੇ ਤੱਕ ਕਿੰਨੇ ਲੋਕਾਂ ਦੇ ਖਾਤਿਆਂ 'ਚ ਪੈਸੇ ਗਏ ਆ ਮਹਿਜ਼ ਇੱਕ ਵਾਰੀ 200 ਕਰੋੜ ਰੁਪਏ ਆਇਆ ਪਰ ਇਹ 180 ਕਰੋੜ ਸੀ 180 ਸੀ ਮਤਲਬ 188 ਬੰਨ 84 ਉਹ ਚੋਂ ਕੋਸ਼ਿਸ਼ ਜਾਰੀ ਕੀਤਾ ਇਹਨਾਂ ਨੇ ਹਾਂ 68 800 ਰੁਪਏ ਤੇ ਖੇਤੀਬਾੜੀ ਮੰਤਰੀ ਦਾ ਆਪਣਾ ਬਿਆਨ ਆ ਕਿ ਪੰਜਾਬ 'ਚ 1500 ਕਰੋੜ ਦਾ ਨੁਕਸਾਨ ਹੋਇਆ ਹਾਂ ਤੇ ਬਾਕੀ 1300 ਦਾ ਖਾppa ਕਿਵੇਂ ਭਰੋਗੇ ਹਾਂ ਤੇ ਸਰਕਾਰ ਨੇ ਕੀ ਕੀਤਾ ਤੁਸੀਂ ਕਿੰਨੇ ਚੈੱਕ ਜਾਰੀ ਕਰਤੇ ਇਹ ਵੀ ਸਾਫ਼ ਕਰ ਦਿਓ ਮਾਨ ਸਾਹਿਬ ਹੁਣ ਮੱਧ ਪ੍ਰਦੇਸ਼ ਗਏ ਮਾਨ ਸਾਹਿਬ ਹੁਣ ਇਹੀ ਦੱਸ ਦੇਣ ਕਿ ਹੈਲੀਕਾਪਟਰ ਜਾਓ ਵੱਡਾ ਜਾਜ ਹੂੰ ਜਿਹਨ ਕਹਿੰਦੇ 10 ਬੰਦੇ ਬਹਿੰਦੇ ਆ ਹੂੰ ਉਹ ਲੈ ਗਏ ਸੀ ਕਿ ਹੈਲੀਕਾਪਟਰ ਲੈ ਗਏ ਸੀ ਆਪ ਕਿਵੇਂ ਗਏ ਆ ਅਰਵਿੰਦ ਕੇਜਰੀਵਾਲ ਜੀ ਕਿਵੇਂ ਗਏ ਆ ਉਡਰ ਨਾ ਘਟੌਲਾ ਤਾਂ ਹਾਂ ਹੈਂ ਉੱਡਣ ਖਟੋਲਾ ਇੱਕ ਨਾ ਆਪਣਾ ਨਾਟਕ ਆਉਂਦਾ ਉਹ ਬਹੁਤ ਪੁਰਾਣਾ ਸੀ ਉਹ ਅਲਫ ਲੈਲਾ ਹੂੰ ਅਲੀ ਫਲੇਲਾ ਹਾਂ ਹੂੰ ਤੋ ਜੋ ਚਾਦਰ ਜਿਹੇ ਵਾਲਾ ਕਨਸੈਪਟ ਹੁੰਦਾ ਸੀ ਉਹ ਉਹ ਚਾਦਰ ਜਿਹੇ ਵਾਲਾ ਕਨਸੈਪਟ ਨਹੀਂ ਸੀ ਉਹ ਤਨੂਹ ਕਹਾਣੀ ਦੱਸਦਾ ਉਹ ਅਸੀਂ ਨਾਟਕ ਬਹੁਤ ਦੇਖਦੇ ਰਹੇ ਰਾਤ ਨੂੰ ਪਹਿਲਾਂ ਵੀਰਵਾਰ ਨੂੰ 9:30 ਵਜੇ ਵੀ ਆਉਂਦਾ ਸੀ ਡੀਡੀ 1 ਤੇ ਫਿਰ ਆਮ ਆ ਦੂਜੇ ਚੈਨਲਾਂ ਤੇ ਵੀ ਚੱਲ ਪਏੜੇ ਕੇਬਲ ਵਾਲੇ ਸੀ ਉਹਦੇ ਚ ਅੱਡ ਅੱਡ ਕਹਾਣੀਆਂ ਹੁੰਦੀਆਂ ਸੀ ਅਰੇਬੀ ਕ ਜਾਂ ਆਪਾਂ ਕਹਦੇ ਵੀ ਉਹੋ ਜੀਆਂ ਹੁੰਦੀਆਂ ਸੀ ਠੀਕ ਆ ਉਹਦੇ ਚ ਇੱਕ ਕਹਾਣੀ ਸੀ ਅਲਾਦੀਨ 40 ਚੋਰ ਵਾਲੀ ਉਹਦੇ ਚ ਉਹ ਨੂੰ ਉਹ ਹੁੰਦਾਗਾ ਚਾਦਰ ਜੀ ਹਾਂ ਉਹ ਨੂੰ ਕਾਲੀਨ ਕਹਿ ਦਿੰਦੇ ਆ ਆਪਣੇ ਕੀ ਉਹ ਉਹ ਡੈਜੇ ਫਿਰਦਾਗਾ ਉਹ ਆ ਤੇ ਮਾਨ ਸਾਹਿਬ ਉਹ ਕਾਲੀਨ ਲਈ ਇੰਨਾ ਕੋਲੇ ਉਹ ਵੀ ਆ ਇੱਕ ਉਹ ਐ ਚਰਾਗ ਜਰਾ ਰਗੜ ਕੇ ਜੰਨੇ ਨਿਕਲ ਆਉਂਦਾ ਹੂ ਹਾ 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 ਜਿਹੜਾ ਕਹਿੰਦਾ ਉਹ ਤਿੰਨ ਤਿੰਨ ਇੱਛਾਵਾਂ ਪੂਰੀਆਂ ਕਰਦਾਗਾ ਉਹ ਵੀ ਹੈ ਹਾਂ ਤਿੰਨ ਗਰੀਬਾਂ ਜਾਂਦੀ ਕਰਦਾਗਾ ਜਾਂਦੀ ਕਰਦਾਗਾ ਤੇ ਦੱਸਣਾ ਹੈ ਕਿਉਂ ਕਾਲੀਨ ਤੇ ਗਏ ਸੀ ਇਹ ਕਿ ਹੈਲੀਕਾਪਟਰ ਦੇ ਖੱਟੇ ਜੀ ਭੂਂਟ ਤੇ ਗਏ ਸੀ ਜਾਂ ਫਿਰ ਉਹ ਵੀ ਵੀਆਈਪੀ ਜਾਹ ਤੇ ਗਏ ਸੀ ਇਹ ਹੀ ਅਰਵਿੰਦ ਕੇਵਲ ਸਾਹਾ ਵਾ ਜਿਹੜੇ ਪਹਿਲਾਂ ਜਿਹੜੇ ਆਮ ਜਾਹ ਚਲਦੇ ਆ ਪੈਸੰਜਰਾਂ ਦੇ ਲਈ ਸਭ ਦੇ ਲਈ ਉਹ ਤੇ ਆ ਜਾਂਦੇ ਸੀ ਹੁਣ ਇਹ ਵੱਡਾ ਵੀ ਏਪੀ ਭਾਲਣ ਲੱਗੇ ਜਦੋਂ ਪਹਿਲੀ ਵਾਰੀ ਮੁੱਖ ਮੰਤਰੀ ਬਣਦੇ ਆ ਉਹ ਦਿੱਲੀ ਦੀਆਂ ਸੜਕਾਂ ਤੇ ਵੈਗਨਰ ਘੁੰਮਦੀ ਹੁੰਦੀ ਸੀ ਤਦੋਂ ਖੁਸ਼ੀ ਵੀ ਹੁੰਦੀ ਸੀ ਯਾਰ ਵਾਕੇ ਮੁੱਖ ਮੰਤਰੀ ਤਾਂ ਬਣਿਆ ਕਿ ਵੈਗਨਰ ਤੁਹਾਨੂੰ ਫਿਰਦਾ ਯਾਰ ਹੂੰ ਜਿਹੜੀ ਗੱਡੀ ਨੂੰ ਕੋਈ ਪੰਜਾਬ ਚ ਲੈਂਦਾ ਨਹੀਂ ਹੂੰ ਉਹ ਕੋ ਲੈਂਦਾ ਨਹੀਂ ਵਿਗਨਰ ਨੂੰ ਗਿਆ ਡੱਬਾ ਜਾ ਕੀ ਆ ਹੂੰ ਤੇ ਉਹ ਚ ਮੁੱਖ ਮੰਤਰੀ ਨੇ ਦਿੱਲੀ ਦਾ ਤੇ ਹੁਣ ਹੁਣ ਤੱਕ ਇਹਨੇ ਸ਼ੀਸ਼ਮੈ ਬਣ ਗਿਆ ਹੂੰ ਤੁਸੀਂ ਉਹਨਾਂ ਗੱਲਾਂ ਤੇ ਖੜੋ ਵੀ ਨਾ ਹਾਂ ਤਾਂ ਮਾਨ ਸਾਹਿਬ ਕਹਿੰਦੇ ਚਾਰ ਪੰਜ ਗੁੱਠੀਆਂ ਬਸ ਇੱਕ ਬੈਠੇ ਚੇਅਰਮੈਨ ਸਾਹਿਬ ਬੈਠੇ ਆ ਆਪਾਂ ਅਗਲੀ ਗੱਲ ਕਰਕੇ ਆ ਰਿਹਾ ਇਹਨਾਂ ਦੀ ਗੱਲ ਮੈਨੂੰ ਤਾਂ ਯਾਰ ਬੋਰ ਹੋ ਜਾ ਕਰਨ ਲੱਗੀ ਪਰ ਮੀ ਤੇ ਯਾਰ ਅੱਛਾ ਹਾਂ ਕਿ ਹੈ ਨਹੀਂ ਜੇ ਕਿਹ ਕੱਲ ਚ ਕੋਈ ਨਿਕਲ ਨਹੀਂ ਆਪਾਂ ਉਹਨਾਂ ਦਾ ਆਪਾਂ ਤਾਂ ਹੁਣ ਟਾਈਮ ਵੇਸਟ ਕਰ ਰਹੇ ਹਾਂ ਗੱਲ ਤੇ ਜਿੱਦਨ ਕੋਈ ਗੱਲ ਹੋਈ ਆਪਾਂ ਕਰ ਲਾਂਗੇ ਹਾਂ ਜਿੱਦੇ ਇਹਦੇ ਚ ਪੂਰਾ ਇਹਦੇ ਚ ਕੋਈ ਇੱਕ ਇੱਕ ਤਰੀਕ ਨੂੰ ਕਰ ਲਾਂਗੇ ਗੱਲ ਮਤਲਬ ਜਿਹੜਾ ਇੱਕ ਤਰੀਕ ਦੇ ਆਪਣਾ ਨੇੜੇ ਤੇੜੇ ਪੌਡਕਾਸਟ ਇੱਕ ਤੋਂ ਬਾਅਦ ਵਾਲਾ ਪੌਡਕਾਸਟ ਹੈ ਇੱਕ ਨੂੰ ਦਿਨ ਕੀ ਆ ਯਾਰ ਦੇਖ ਲੈਨੇ ਆਪਾਂ 1 ਨਵੰਬਰ ਨੂੰ ਕੈਲੰਡਰ ਕੱਲ ਕੈਲੰਡਰ ਵੀਰਵਾਰ ਬਸ ਵੀਰਵਾਰ ਨੂੰ ਆਪਾਂ ਕਰ ਦਾਂਗੇ ਪੌਡਕਾਸਟ ਹੈ ਤਿੱਕੀ ਆ ਬਸ ਸਹੀ ਗੱਲ ਆ ਜੀ ਹੂੰ ਇਹ ਚ ਹੈਣੀ ਆ ਪਾ ਅਗਲੀ ਗੱਲ ਕਰਗੇ ਸਿੱਧੂ ਮੂਸੇ ਵਾਲੇ ਨੂੰ ਲੈ ਕੇ ਜਿਹੜੀ ਉਹ ਕੇਸ ਆ ਉਹ ਸਭ ਤੋਂ ਵੱਡੀ ਗੱਲ ਦੀ ਸੁਰਖੀ ਬਣੀ ਹਾਂ ਸਚਿਨ ਹੂੰ ਕੋਈ ਸਚਿਨ ਤਾਂ ਆਪਾਂ ਕਹਿੰਦਾ ਹੂੰ ਕੋਈ ਸਚਿਨ ਬਿਸ਼ਨੂ ਹੀ ਕਹਿੰਦਾ ਬਿਸ਼ਨੂ ਹੀ ਕਹਿੰਦਾ ਹੂੰ ਉਹ ਅਜ਼ਰਬਾਈਜਾਨ ਹੁੰਦਾ ਉੱਥੋਂ ਦਿੱਲੀ ਪੁਲਿਸ ਨੂੰ ਲੈ ਕੇ ਆਉਂਦੀ ਆ ਸਪੈਸ਼ਲ ਸੈੱਲ ਹਾਂ ਤੇ ਫਿਰ ਉਹਨੂੰ ਲੈ ਕੇ ਆਉਂਦੀ ਆ ਮਾਨਸਾ ਪੁੱਤਰ ਮਾਨ ਤੇ ਤਾਂ ਕੱਲ ਏ ਖਲਾਸਾ ਹੁੰਦਾ ਸਚਿਨ ਬਿਸ਼ਨੂ ਹੀ ਕਹਿ ਦਿੰਦਾ ਕਿ ਪੂਰਾ ਰੌਲਾ ਪੈਂਦਾ ਉਹ ਭਾਗੋ ਮਾਜ਼ਰਾ ਦੇ ਕਬੱਡੀ ਕੱਪ ਤੇ ਕਬੱਡੀ ਕੱਪ ਨੂੰ ਲੈ ਕੇ ਕਿ ਲੌਂਸ ਬਚਨੋਈ ਨੇ ਮਨਾ ਕੀਤਾ ਸੀ ਸਿੱਧੂ ਮੂਸੇਵਾਲ ਨੂੰ ਕਿ ਤੂੰ ਉੱਥੇ ਨਾ ਜਾਇਂ ਹੂੰ ਸਿੱਧੂ ਮੂਸੇਵਾਲ ਉੱਥੇ ਜਾਂ ਚਲਾ ਜਾਂਦਾ ਏ ਉਸ ਤੋਂ ਬਾਅਦ ਲੌਂਸ ਦੀ ਤੇ ਸਿੱਧੂ ਦੀ ਫੋਨ ਤੇ ਗੱਲਬਾਤ ਹੁੰਦੀ ਆ ਗੱਲ ਤੂੰ ਤੂੰ ਮੈਂਵੇਂ ਤੱਕ ਪਹੁੰਚ ਜਾਂਦੀ ਆ ਫਿਰ ਲੌਂਸ ਗੋਲਡੀ ਬਰਾਡ ਨੂੰ ਫੋਨ ਕਰਦਾ ਕਿ ਮੈਂ ਮਨਾ ਕੀਤਾ ਸੀ ਯਾਰ ਸਿੱਧੂ ਨੂੰ ਤੂੰ ਟੂਰਨਾਮੈਂਟ ਤੇ ਨਾ ਜਾਇਂ ਇਹ ਟੂਰਨਾਮੈਂਟ ਲੱਕੀ ਪਟਿਆਲ ਕਰਾ ਰਿਆ ਜੋ ਬੰਬੀਆ ਗੈਂਗ ਦਾ ਤੇ ਆਪਣਾ ਵਿਰੋਧੀ ਆ ਹੂੰ ਸਿੱਧੂ ਫੇਰ ਉੱਥੇ ਚਲਾ ਗਿਆ ਹੂੰ ਉਸ ਤੋਂ ਬਾਅਦ ਇਹ ਤਿੰਨਾਂ ਦੀ ਕਾਨਫਰੰਸ ਕਾਲ ਹੁੰਦੀ ਆ ਹਮ ਇਹ ਚ ਫਿਰ ਗੋਲਡੀ ਬਰਾਡ ਲੌਂਸ ਨੂੰ ਕਹਿੰਦਾ ਜੇ ਤੈਨੂੰ ਮਨਾ ਕੀਤਾ ਸੀ ਜਾਣ ਵਾਸਤੇ ਗੋਲਡੀ ਕਹਿੰਦਾ ਫਿਰ ਤੂੰ ਗਿਆ ਉਹਨਾਂ ਨੇ ਮੈਂ ਆਪ ਦੀ ਮਰਜ਼ੀ ਦਾ ਮਾਲਕ ਆ ਮੈਂ ਕਿਤੇ ਮਰਜ਼ੀ ਜਾਵਾ ਹਮ ਤੁਸੀਂ ਜੋ ਕਰਨਾ ਕਰ ਲਓ ਹਮ ਇਸ ਤੋਂ ਬਾਅਦ ਜੋ ਕਹਿੰਦੇ ਉਦੋਂ ਹੀ 2021 ਦੇ ਵਿੱਚ ਲੌਂਸ ਨੂੰ ਕਤਲ ਲੌਂਸ ਵੱਲੋਂ ਜਾਂ ਗੋਲਡੀ ਵੱਲੋਂ ਸਿੱਧੂ ਨੂੰ ਕਤਲ ਕਰਨ ਦੀ ਪੂਰੀ ਕਹਾਣੀ ਜਾਂ ਸ਼ੁਰੂਆਤ ਹੋ ਜਾਂਦੀ ਆ ਹਮ ਇਹ ਹੋ ਗਿਆ ਸਚਿੰਦਾ ਦਾ ਦਾਵਾ ਪਰ ਇੱਕ ਖਾਸ ਗੱਲ ਹੋਰ ਆ ਜਿਹੜਾ ਟੂਰਨਾਮੈਂਟ ਉਹ ਹੁੰਦਾ ਮਾਰਚ 2020 ਦੇ ਵਿੱਚ ਹੂੰ ਵਿੱਕੀ ਮਿੱਟੂ ਖੜਾ ਦਾ ਕਤਲ ਹੁੰਦਾ ਅਗਸਟ 2022 ਦੇ ਵਿੱਚ ਹੂੰ ਮੇ 22 ਚ ਨਹੀਂ ਹੁੰਦਾ 21 21 21 ਚ ਹੁੰਦਾ 21 ਚ ਹੁੰਦਾ ਮਾਫ ਕਰਨਾ 21 ਚ ਹੁੰਦਾ ਲਾਰੈਂਸ ਬਿਸ਼ਨੋਈ 골ਡੀ ਬਰਾਡ ਇਹ ਪੂਰਾ ਦਾਵਾ ਕਰਦੇ ਕਿ ਇਸ ਤਰ੍ਹਾਂ ਵਿੱਕੀ ਮਿੱਟੂ ਖੜਾ ਦੇ ਕਤਲ ਦਾ ਬਦਲਾ ਲਿਆ ਹਾਂ ਉਹ ਦੇ ਚ ਇੱਕ ਗੱਲ ਹੋਰ ਆ ਪਰ ਮੀਤ ਜਿਹੜੀਆਂ ਇੰਟਰਵਿਊਜ਼ ਆਉਂਦੀਆਂ ਲਾਰੈਂਸ ਦੀਆਂ ਜਿਹੜੀਆਂ ਉਹ ਦੋ ਕਥਤ ਇੰਟਰਵਿਊਜ਼ ਨੇ ਹੂੰ ਤੇ ਉਹਨਾਂ ਦੇ ਵਿੱਚ ਹਾਲਾਂਕਿ ਚਲੋ ਕਥਤ ਨਹੀਂ ਹੁੰਦਾ ਜਗਜਾਹਰੀ ਹੋ ਗਿਆ ਤੇ ਵੀ ਉਹਦੇ ਚ ਉਹ ਬਾਰ ਬਾਰ ਇਹ ਕਹਿੰਦੇ ਆ ਜਾਂ ਜਿਹੜੀਆਂ ਗੋਲਡੀ ਬਰਾੜ ਦੀਆਂ ਇੰਟਰਵਿਊਜ਼ ਆ ਜਾਂ ਹੂੰ ਉਚੇਦਰ ਤੇਸ਼ ਲੱਖੀ ਨਾਲ ਬਿਲਕੁਲ ਬਿਲਕੁਲ ਤੇ ਉਹ ਉਹਦੇ ਵਿੱਚ ਵੀ ਉਹ ਇਹੀ ਕਹਿੰਦੇ ਆ ਵੀ ਅਸੀਂ ਆਪਦੇ ਭਰਾ ਵਿੱਕੀ ਮਿੱਡੂ ਖੇੜੇ ਨੂੰ ਮਾਰਨ ਦਾ ਬਦਲਾ ਜਾਂ ਉਹ ਉਹ ਮਤਲਬ ਉਹ ਵਿੱਚ ਸਪਸ਼ਟਤਾ ਨਹੀਂ ਆਉਂਦੀ ਗੱਲ 'ਚ ਹਜੇ ਤੱਕ ਉਹ ਵਿੱਚ ਸਪਸ਼ਟਤਾ ਨਹੀਂ ਹਾਂ ਜਿਹੜੀ ਆ ਗੱਲ ਆ ਜਿਹੜੀ ਆਹ ਕੱਲ ਆਈ ਆ ਵੀ ਜਦੋਂ ਉਹਨੂੰ 911 ਟਰੈਕਟਰ ਸਮਾਨ ਦੇ ਵਿੱਚ ਦਿੱਤਾ ਜਾਂਦਾ ਬਾਗੂ ਮਾਇਰੇ ਕੱਪ ਦੇ ਉੱਤੇ ਸਿੱਧੂ ਮੂਸੇ ਵਾਲੇ ਨੂੰ ਇਹ ਗੱਲ ਪਹਿਲਾਂ ਵੀ ਹੈਗੀ ਸੀ ਪਹਿਲਾਂ ਚਰਚਾ ਚ ਸੀਗੀ ਇਹ ਪੂਰੀ ਗੱਲ ਹੀ ਬਿਲਕੁਲ ਤੇ ਪਹਿਲਾਂ ਆਪਾਂ ਕਹਿ ਰਹੀ ਸੀ ਵੀ ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਸੀ ਉਹਦੇ ਚ ਵੀ ਸੀ ਪਰ ਜਿਹੜੀ ਕੱਲ ਇਹ ਸਾਰੇ ਚੈਨਲਾਂ ਨੇ ਜਿਹੜੀ ਵੱਡੀ ਬ੍ਰੇਕਿੰਗ ਬਣਾਤੀ ਇਹ ਤਾਂ ਬਣ ਗਈ ਕੋ ਬਹੁਤ ਲੋਕ ਕੱਲ ਮੈਨੂੰ ਵੀ ਪੁੱਛ ਰਹੇ ਸੀ ਵੀ ਇਹ ਕੀ ਹੋ ਗਿਆ ਇਹ ਤਾਂ ਬਣ ਗਈ ਕਿਉਂਕਿ ਉਹਦਾ ਬਿਆਨ ਆ ਗਿਆ ਉਹ ਆਨ ਪੇਪਰ ਆ ਗਿਆ ਹਮ ਰਿਕਾਰਡ ਦੇ ਵਿੱਚ ਆ ਗਈ ਇਹ ਲਿਖਤ ਗੱਲ ਹੋ ਗਈ ਇਹ ਮਤਲਬ ਉਹਨੇ ਪਹਿਲੇ ਕਿ ਸ਼ੱਕ ਸੀ ਨਾ ਮਤਲਬ ਕਿ ਸ਼ੱਕ ਸੀ ਉਹਨੂੰ ਮੋਹਰ ਲੱਗੀ ਉੱਤੇ ਹਾਂ ਇਨਵੈਸਟੀਗੇਸ਼ਨ ਦੇ ਵਿੱਚ ਜਾਂ ਆਪਾਂ ਉਹ ਕਹਿ ਦਈਏ ਵੀ ਜਿਹੜਾ ਰਿਮਾਂਡ ਸੀਗਾ ਉਹਦੇ ਵਿੱਚ ਜਿਹੜਾ ਸਚਨਾ ਮੁੰਡਾ ਉਹਨੇ ਬਿਆਨ ਦਿੱਤੇ ਤੇ ਉਹ ਗੱਲ ਹੋ ਗਈ ਵੀ ਇਹ ਗੱਲ ਆ ਉਹਦੇ ਬਿਆਨ ਹੋ ਗਏ ਇਹ ਗੱਲ ਹੋਈ ਆ ਗੱਲ ਇਹ ਪਹਿਲਾਂ ਵੀ ਇੱਕ ਵੀ ਪਹਿਲਾਂ ਨਿੱਜੀ ਚਾਣਨ ਵੱਲੋਂ ਇੱਕ ਦਾਵਾ ਕੀਤਾ ਗਿਆ ਸੀ ਹੋਰ ਗੱਲਾਂ ਸੀ ਕਾਫੀ ਸੀ ਕੱਲ ਉਹਨੇ ਇਹਦੇ ਤੇ ਬਿਆਨ ਦੇਤੇ ਹੁਣ ਰਹਿੰਦੀ ਗੱਲ ਇੱਕ ਹੋਰ ਆ ਵੀ ਇੱਕ ਦਬਈ ਤੋਂ ਆ ਕੋਈ ਉਹਨਾਂ ਦਾ ਨਾਮ ਵੀ ਕੇਸ ਦੇ ਵਿੱਚ ਆਇਆ ਹੈਗਾ ਪਤਾ ਨਹੀਂ ਕੀ ਕਰਕੇ ਮੇਰੇ ਨਾਮ ਨਹੀਂ ਆ ਸਰਿੰਦਰ ਪਤਾ ਨਹੀਂ ਕੀ ਪਰ ਪਤਾ ਨਹੀਂ ਕੀ ਆ ਮੇਰੇ ਨਾਮ ਨਹੀਂ ਪੱਕ ਉਹਨਾਂ ਦਾ ਨਾਮ ਆ ਗਿਆ ਇੱਕ ਨਵੀਂ ਗੱਲ ਹੈ ਇਸ ਕੇਸ ਦੀ ਪਰ ਜਿਹੜਾ ਵਿੱਕੀ ਮਿਡੂ ਖੇੜੇ ਵਾਲਾ ਕਤਲ ਹੋਇਆ ਸੀ ਉਹਦੇ ਤੇ ਹਜੇ ਕੋਈ ਉਮੇ ਬਿਆਨ ਨਹੀਂ ਆਇਆ ਨਾ ਸਚਿੰਦ ਦਾ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਮਤਲਬ ਉਮੇ ਰਿਕਾਰਡ ਦੇ ਉੱਤੇ ਬਿਆਨ ਨਹੀਂ ਆਇਆ ਹਾਂ ਉਹ ਜਿਹੜੀਆਂ ਇੰਟਰਵਿਊਸ ਆ ਗੋਲਡੀ ਬਰਾਲ ਦੀਆਂ ਜਾਂ ਲਾਰੈਂਸ ਵਾਲੀਆਂ ਖਾਸ ਕਰਕੇ ਲਾਰੈਂਸ ਵਾਲੀ ਇੰਟਰਵਿਊ ਸਾਰਿਆਂ ਨੇ ਹੀ ਜ਼ਿਆਦਾ ਤੌਰ ਦੇ ਦਿੱਤੇ ਦੇਖੀ ਪਰ ਉਹਨੇ ਲਾਰੈਂਸ ਨੇ ਉਵੇਂ ਸਪਸ਼ਟ ਨਹੀਂ ਕਰੀ ਲਾਰੈਂਸ ਨੇ ਜਿੰਨੀਆਂ ਕਿ ਗੱਲਾਂ ਕਰੀਆਂ ਜਾਂ ਗੋਲਡੀ ਨਾਲ ਉਹ ਰਲਦੀਆਂ ਮਿਲਦੀਆਂ ਉਵੇਂ ਜੇਹੀ ਗੱਲਾਂ ਸੀ ਜਿਵੇਂ ਗੋਲਡੀ ਨੇ ਇੱਕ ਇੰਟਰਵਿਊ ਦੇ ਵਿੱਚ ਮੇਰੇ ਯਾਦ ਆਉਂਨੇ ਕਿਹਾ ਸੀ ਵੀ ਸਾਨੂੰ ਉਹ ਗਾਣਿਆਂ ਦੇ ਵਿੱਚ ਗਲਤ ਮਤ ਸਾਡੇ ਤੇ ਗਾਣੇ ਕਰਦਾ ਸੀ ਸਾਨੂੰ ਸੈਨ ਦਿਖਾਉਂਦਾ ਸੀ ਮਤਲਬ ਬਿਸ਼ਾਰੇ ਦਿਖਾਉਂਦਾ ਸੀ ਗਲਤ ਮਤ ਮਤਲਬ ਉਹ ਉਵੇਂ ਪੁਖਤਾ ਉਵੇਂ ਕੋਈ ਨਹੀਂ ਸੀ ਹਾਂ ਕਿਉਂਕਿ ਸਾਡੀ ਕੋਲ ਜਾਲੇ ਮੁੰਡੇ ਲੜਾਈ ਜੀ ਹੋਈ ਬਸ ਕਿ ਮੈਨੂੰ ਮੋਢਾ ਮਾਰ ਕੇ ਲੰਘ ਗਿਆ ਜੀ ਮੈਨੂੰ ਅੱਖ ਦਿਖਾ ਦੀ ਜੀ ਇੱਕ ਸੀਨੀਅਰ ਅਫਸਰ ਨਾਲ ਮੇਰੀ ਕੁਝ ਮਹੀਨੇ ਪਹਿਲਾਂ ਗੱਲ ਹੋਈ ਸੀ ਉਹਨਾਂ ਨੇ ਇੱਕ ਮੈਨੂੰ ਉਹ ਕਿਉਂਕਿ ਤਿਆਰਬੇਕਾਰ ਬੰਦੇ ਨੇ ਉਹਨਾਂ ਨੇ ਕਿਹਾ ਵੀ ਅਸੀਂ ਸਾਡੇ ਜਿੰਨਾ ਇਹ ਪੁਲਿਸ ਰਿਕਾਰਡ ਦੇ ਵਿੱਚ ਜਾਂ ਸਾਡੇ ਤਿਆਰਬੇ ਦੇ ਵਿੱਚ ਵੀ ਜਿੰਨੇ ਜਿਹੜੇ ਸੀਰੀਅਰ ਕਿਲਰ ਹੋ ਗਏ ਜਾਂ ਇਹ ਗੈਂਗਸਟਰ ਹੋ ਗਏ ਜਾਂ ਜਿਹੜੇ ਇਹ 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 ਹੁੰਦਿਆ ਮਾਮਲੇ ਹੁੰਦਿਆ ਉਹ ਕਹਿੰਦੇ ਵੀ ਇਹ ਗੱਲ ਐ ਨਹੀਂ ਵਿਸਰਪਿਕ ਗਾਣੇ ਕਰਕੇ ਜਾਂ ਉਵੇਂ ਨਹੀਂ ਇਹ ਗੱਲ 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 ਹੋਰ ਕੁਛ ਆ ਪਰ ਇਹ ਗੱਲ ਦਾ ਉਨਾ ਠੋਸ ਬੇਸ ਵੀ ਹੈ ਨਹੀਂ ਹੂੰ ਉਹਨਾਂ ਨੇ ਮੈਨੂੰ ਮਤਲਬ ਆਪਾਂ ਕਹਦੇ ਇਹ ਪੱਕੇ ਤੌਰ ਤੇ ਨਹੀਂ ਐ ਇਸ਼ਾਰਾਇਆ ਕਰ ਰਹੇ ਸੀ ਵੀ ਸਿੱਧੂ ਦਾ ਜਿਹੜਾ ਕਤਲ ਹੋਇਆ ਉਹ ਐ ਮਤਲਬ ਇਹਨਾਂ ਵੱਲੋਂ ਜਿਹੜਾ ਕੀਤਾ ਗਿਆ ਇਹਨਾਂ ਕੋਲ ਉਵੇਂ ਠੋਸ ਹੋ ਨਹੀਂ ਸੀ ਹੂੰ ਜੇ ਕੋਈ ਕਾਰਨ ਸੀ ਉਹ ਫਿਰ ਇਹ ਵੀ ਨਹੀਂ ਦੱਸ ਰਹੇ ਇਹ ਵੀ ਵੱਡੀ ਗੱਲ ਹੈ ਇਹਨਾਂ ਨੇ ਹਰੇ ਉਵੇਂ ਸਪਸ਼ਟ ਨਹੀਂ ਕਰਿਆ ਉਵੇਂ ਸਪਸ਼ਟ ਨਹੀਂ ਕਰਿਆ ਕਿਉਂਕਿ ਇੱਕ ਗੱਲ ਹੋਰ ਹੋ ਗਈ ਸੋਨੂੰ ਮੈਂ ਇੱਕ ਹੋਰ ਜਿਹੜੀ ਮਤਲਬ ਸ਼ਾਇਦ ਕੰਨਾਂ ਨੂੰ ਲੱਗੂਗਾ ਵੀ ਇਹ ਗੱਲ ਆਪਾਂ ਕਿਉਂ ਕਰਤੀ ਪਰ ਇਹ ਗੱਲ ਕਹਿਣੀ ਬਣਦੀ ਆ ਇਹ ਸ਼ਾਇਦ ਕਿਤੇ ਨਾ ਕਿਤੇ ਗੈਂਗਸਟਰਾਂ ਨੂੰ ਹੋ ਸਕਦਾ ਉਹਨਾਂ ਦਾ ਮਾਈਂਡ ਸੈਟ ਅਪ ਕਿਹੋ ਜਿਹਾ ਹੋਵੇ ਜਾਂ ਕੀ ਗੱਲ ਗੋਲਡੀ ਬਰਾੜ ਜਾਂ ਲਾਰੈਂਸ ਬਿਸ਼ਨੋਈ ਸੋਚਦਾ ਹੋਵੇ ਪਰ ਇੱਕ ਗੱਲ ਆ ਜਿਹੜੇ ਇੰਟਰਵਿਊ ਹੋਇਆਗਾ ਖਾਸ ਕਰਕੇ ਲਾਰੈਂਸ ਦਾ ਹੂੰ ਇਹਦੇ ਚ ਕੋਈ ਦੋ ਰਵਾਣੀ ਉਹ ਕਿਤੇ ਬੈਲੈਂਸਡ ਬੰਦੇ ਨਾਲ ਹੋਇਆ ਹੁੰਦਾ ਤਾਂ ਫੇਰ ਕਿਤੇ ਸੀ ਉਹ ਇੱਕ ਪਾਸੜ ਲੱਗਾ ਲੋਕਾਂ ਨੂੰ ਮਤਲਬ ਉਹ ਇੰਟਰਵਿਊ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਬੈਲੈਂਸਡ ਨਹੀਂ ਬੰਦਾ ਜਾਂ ਕਿਵੇਂ ਨਹੀਂ ਪਰ ਇੱਕ ਗੱਲ ਹੈਗੀ ਆ ਵੀ ਲੋਕਾਂ ਦੇ ਵਿੱਚ ਉਹ ਇੰਟਰਵਿਊ ਦੀ ਛਵੀ ਇਹ ਚਲੀ ਗਈ ਵੀ ਉਹ ਬੈਲੈਂਸਡ ਨਹੀਂ ਹੋਇਆ ਕਿਉਂਕਿ ਉਹ ਬੈਲੈਂਸਡ ਤਾਂ ਨਹੀਂ ਲੱਗਿਆ ਜਿੱਥੇ ਤੱਕ ਮੈਨੂੰ ਲੱਗਿਆ ਵੀ ਪੱਤਰਕਾਰ ਵੱਲੋਂ ਓਡੇ ਠੋਸ ਸਵਾਲ ਨਹੀਂ ਹੋਏ ਤੇ ਜਿਹੜੇ ਬੰਦੇ ਨੇ ਇੰਟਰਵਿਊ ਦਿੱਤਾ ਜਾਨੇ ਕਿ ਲਾਰੈਂਸ ਮਿਸ਼ਨੋਈ ਨੇ ਓਡਾ ਤਰੀਕੇ ਨਾਲ ਕੋਈ ਉਹ ਪੱਖ ਨਹੀਂ ਰੱਖਿਆ ਗਿਆ ਪੱਖ ਦਾ ਭਾਵ ਵੀ ਉਹ ਕੋਈ ਇਹ ਗੱਲ ਨਹੀਂ ਦੱਸ ਸਕਿਆ ਵੀ ਅਸੀਂ ਉਹਨੂੰ ਕਿਉਂ ਮਾਰਿਆ ਹੂੰ ਉਹ ਗੱਲ ਵਜਨਦਾਰ ਗੱਲ ਨਹੀਂ ਨਿਕਲੀ ਅਸੀਂ ਦੇਖੋ ਕਿਉਂਕਿ ਇਹ ਬਹੁਤ ਗੱਲਾਂ ਨਾਲ ਖਾਸ ਕਰਕੇ ਤੁਸੀਂ ਆਪਾਂ ਗੱਲ ਕਰਦੇ ਆ 35 ਸਾਲ ਤੋਂ ਉੱਪਰ ਵਾਲੇ ਬੰਦਿਆਂ ਨਾਲ ਜਿਹੜੀ ਜਦੋਂ ਗੱਲਬਾਤ ਹੁੰਦੀ ਆ ਜੇ ਹੁਣ ਪਹਿਲਾਂ ਵਾਲੇ ਜਿਹੜੇ ਹੈਗੇ ਨੌਜਵਾਨ ਜਾਂ ਹੋਰ ਸਭ ਦਾ ਸੋਚਣ ਦਾ ਆਦਾ ਨਰੀਆ ਪਰ 35 ਸਾਲ ਤੋਂ ਉੱਪਰ ਵਾਲੇ ਸੋਚ ਰਹੇ ਆ ਵੀ ਲੌਰੈਂਸ ਨੇ ਇੰਟਰਵਿਊ ਦੇ ਦਿੱਤਾ ਚਲੋ ਕਿਵੇਂ ਵੀ ਹੋ ਗਿਆ ਚੋਰੀ ਹੋ ਗਿਆ ਕਿੱਥੇ ਹੋ ਗਿਆ ਪੰਜਾਬ ਚ ਹੋ ਗਿਆ ਰਾਜਸਥਾਨ ਚ ਕਿਹੜੀ ਜੇਲ੍ਹ ਚ ਹੋ ਗਿਆ ਪਰ ਉਹਦੇ ਵੱਲੋਂ ਇੱਕ ਠੋਸ ਜਿਹੜੀ ਗੱਲ ਨਹੀਂ ਦੱਸੀ ਗਈ ਹਾਂ ਜਿਹੜੀ ਲੋਕ ਸੁਣਨਾ ਚਾਹੁੰਦੇ ਸੀ ਹਾਂ ਕਿ ਭਾਈ ਆ ਮੁੱਖ ਕਾਰਨਾ ਇਹਦੇ ਕਰਕੇ ਸਿੱਧੂ ਦਾ ਕਤਲ ਕੀਤਾ ਜਿਵੇਂ ਇੱਕ ਗੱਲ ਇਹ ਨਿਕਲਦੀ ਸੀ ਉਹ ਇੰਟਰਵਿਊ ਦੇ ਵਿੱਚੋਂ ਵੀ ਉਹ ਕਹਿੰਦੇ ਸੀ ਵੀ ਇਹ ਬੰਬੀ ਹੈ ਗੈਂਗ ਨਾਲ ਕਈ ਜਿਹੜੇ ਕਲਾਕਾਰ ਨੇ ਵਿਚਰ ਪਰ ਉਹ ਇੱਕ ਠੋਸ ਗੱਲ ਨਹੀਂ ਦੱਸੀ ਗਈ ਦੀ ਉਹਦਾ ਆ ਕਾਰਨ ਸੀ ਵੀ ਸਿੱਧੂ ਨੇ ਸਾਨੂੰ ਮੰਨ ਕੇ ਚੱਲੋ ਵੀ ਸਾਡਾ ਫਲਾਣਾ ਨੁਕਸਾਨ ਕਰਿਆ ਸੀ ਜਾਂ ਉਹ ਜਿਹੜਾ ਵਿੱਕੀ ਵਾਲੀ ਉਹ ਗੱਲ ਕਰਦੇ ਸੀ ਉਹਦਾ ਉਹ ਠੋਸ ਸਬੂਤ ਨਹੀਂ ਦੇ ਸਕਦੇ ਹਾਂ ਜਿਵੇਂ ਉਹ ਇੱਕ ਗੱਲ ਕਹਿੰਦੇ ਆ ਵੀ ਜਿਹੜੇ ਉਹ ਮੁੰਡੇ ਸੀਗੇ ਆਪਣੇ ਜਿਹੜਾ ਨੇ ਵਿੱਕੀ ਮਿੱਡੂ ਖੜਾ ਮਾਰਿਆ ਜਿਹੜੇ ਸ਼ੂਟਰ ਸੀ ਉਹ ਕਿਹਦੇ ਘਰੇ ਜਾ ਕੇ ਰਹਿੰਦੇ ਨੇ ਜਾਂ ਕਿਹਦੇ ਘਰੇ ਜਾ ਕੇ ਉਹ ਜਿਹੜਾ ਮੁੰਡਾ ਹੈਗਾ ਯਾਰ ਉਹਦਾ ਨਾਮ ਕੀ ਆ ਜਿਹੜਾ ਉਹ ਭੱਜਿਆ ਹੋਇਆ ਜਿਹੜਾ ਸਿੱਧੂ ਦਾ ਉਹ ਮੈਨੇਜਰ ਦੱਸਦੇ ਸੀ ਮੈਨੇਜਰ ਸੀ ਉਹ ਮੁੰਡਾ ਜਿਹੜਾ ਆਸਟ੍ਰੇਲੀਆ ਚ ਕਹਿੰਦੇ ਸੀ ਬਾਅਦ ਚ ਫਿਰ ਪਤਾ ਨਹੀਂ ਕਿਹੜੀ ਕੰਟਰੀ ਚ ਉਹ ਉਹ ਸ਼ਗਨ 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 ਦਾ ਨਾਮ ਵੱਡੇ ਤੌਰ ਤੇ ਉੱਤੇ ਆਉਂਦਾ ਹੈਗਾ ਹਾਲਾਂਕਿ ਮੈਨੂੰ ਲੱਗਦਾ ਸ਼ਾਇਦ ਪਿੱਛੇ ਜੇ ਕੋਈ ਵੀ ਚਰਚਾ ਚੱਲੀ ਸੀ ਵੀ ਸ਼ਗਨ ਨੇ ਕਿਹਾ ਹੈਗਾ ਵੀ ਮੈਨੂੰ ਵੀ ਸਿਕਿਉਰਟੀ ਚਾਹੀਦੀ ਹੈ ਮੈਨੂੰ ਇੰਡੀਆ ਆਉਣਾ ਇੰਡੀਆ ਆਉਣਾ ਜਾਂ ਇਹਦੀ ਗੱਲ ਮਤਲਬ ਜਿਹੜਾ ਉਹ ਦਾ ਜੇ ਹੁਣ ਸਿੱਧੂ ਦੇ ਮਾਪਿਆਂ ਤੋਂ ਜਾਂ ਸਿੱਧੂ ਦੀ ਟੀਮ ਤੋਂ ਉਹ ਕਹਿੰਦੇ ਉਹਦਾ ਉਸ ਹੱਬ ਨਾਲ ਉਹਵੇਂ ਹੈਂਡਲ ਨਹੀਂ ਕਰਦਾ ਸੀ ਹਾਂ ਉਹ ਵੋਟਾਂ ਚਾ ਕੇ ਇਹੀ ਨਾਲ ਜੁੜਿਆ ਪਰ ਉਹ ਲਾਰੈਂਸ ਵਾਲੀ ਇੰਟਰਵਿਊ ਠੋਸ ਉਸ ਗੱਲ ਤੇ ਨਹੀਂ ਰਹਿ ਪਾਈ ਵੀ ਅਸੀਂ ਕਾਰਨ ਕੀ ਸੀ ਜੀ ਗੱਲ ਉਸ ਨੇ ਇੱਕ ਸ਼ਾਰੂਖ ਸੀ ਗੈਂਗਸਟਰ ਜਿਹਨੂੰ ਦਿੱਲੀ ਪੁਲਿਸ ਗ੍ਰਿਫਤਾਰ ਕਰਦੀ ਹਾਂ ਉਹ ਉਹ ਉਹਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਸਿੱਧੂ ਦੇ ਕਤਲ ਤੋਂ ਹਾਂ ਕਤਲ ਤੋਂ ਬਹੁਤ ਟਾਈਮ ਪਹਿਲਾਂ ਉਹਨੂੰ ਗ੍ਰਿਫਤਾਰ ਕੀਤਾ ਸੀ ਉਹਨੇ ਕਹਿਤਾ ਸੀ ਕਿ ਅਸੀਂ ਸਿੱਧੂ ਮੂਸੇਆ ਨੂੰ ਮਾਰਨ ਦਾ ਰੈਨ ਬਣਾ ਰਹੇ ਆ ਉਦੋਂ ਸ਼ਾਇਦ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਜੀ ਤੇ ਉਦੋਂ ਦਿੱਲੀ ਪੋਸਟ ਦੇ ਵੱਲੋਂ ਪੰਜਾਬ ਪੁਸ ਨੂੰ ਸੁਨੇਹਾ ਹੀ ਭੇਜਿਆ ਗਿਆ ਸੀ ਆ ਉਦੋਂ ਹੀ ਉਹ ਫਿਰ ਉਦੋਂ ਹੀ ਉਦੋਂ ਬਾਅਦ ਹੀ ਉਹਨੂੰ ਸਿਕਿਉਰਟੀ ਵਗੈਰਾ ਆ ਸਭ ਕੁਝ ਹੁੰਦਾ ਇੱਕ ਤਾਂ ਪਹਿਲਾ ਗੱਲ ਇਹ ਸੀ ਅਸੀਂ ਲਿਆ ਜੀ ਵਿਕੀ ਮਿੱੱਡੂ ਖੜਾ ਦੇ ਕਤਲ ਦਾ ਬਦਲਾ ਹੂੰ ਪਹਿਲਾ ਇਹ ਗੱਲ ਚੱਲਦੀ ਆ ਪਰ ਜਦੋਂ ਗੱਲ ਸਾਹਮਣੇ ਆਈਂਦੀ ਸ਼ਰਕ ਦੀ ਇਹਨਾਂ ਦਾਵਾ ਹੋਰ ਕਮਜ਼ੋਰ ਹੋ ਜਾਂਦਾ ਹੁਣ ਤੀਜੀ ਗੱਲ ਆ ਗਈ ਕਬੱਡੀ ਕੱਪ ਵਾਲੀ ਇਹ ਪਹਿਲਾਂ ਚਰਚਾ ਸੀ ਪਰ ਕੋਈ ਸਾਫ ਜਆ ਹੈ ਨਹੀਂ ਸੀ ਪਰ ਲਾਉ ਮੈਨੀ ਸੀ ਉਹ ਮੇਰੇ ਰਿਕਾਰਡ ਚ ਆ ਗਈ ਹਾਂ ਇਹ ਰਿਕਾਰਡ ਚ ਆਉਣ ਤੋਂ ਬਾਅਦ ਫਿਰ ਲਗਾਤਾਰ ਸਵਾਲ ਖੜੇ ਹੋਣ ਲੱਗੇ ਕਿ ਵਿੱਕੀ ਮੈਡੂ ਖੜਾ ਕੋਈ ਬਹਾਨਾ ਲੱਗ ਰਿਹਾ ਸ਼ਾਇਦ ਜਾਂ ਤਾਂ ਇਹ ਪੂਰੀ ਗੈਂਗ ਕਨਫਰਮ ਨਹੀਂ ਸੀ ਕਿ ਜਿਵੇਂ ਸਿੱਧੂ ਦੇ ਅਸੀਂ ਕੁਝ ਮਤਲਬ ਦੁਸ਼ਮਣੀ ਪੈ ਗਈ ਆਪਾਂ ਆਪਾਂ ਨਿੱਕੇ ਨਿੱਕੇ ਕਲੂ ਇਕੱਠੇ ਕਰਨ ਲੱਗੇ ਯਾਰ ਆ ਸਿੱਧੂ ਨਾ ਆਪਣੇ ਦੇਖਿਆ ਹੋਊਗਾ ਅਗਲ ਆਏ ਹੋਗੇ ਅਗਲ ਆਏ ਹੋਗੇ ਬਹੁਤ ਲੋਕ ਕਹਿੰਦੇ ਆ ਵੀ ਹੈਗਾ ਤਾਂ ਇਹ ਆਈ ਸੀਗਾ ਕੰਮ ਵੀ ਆਈ ਸੀ ਆਈ ਸੀ ਪਰ ਹੁਣ ਇਹ ਇਹ ਆ ਵੀ ਜਿਹੜਾ ਇਹ ਬਿਆਨ ਆ ਇਹ ਸਚਨ ਵੱਲੋਂ ਤਾਂ ਹੋ ਗਿਆ ਹੁਣ ਸਿੱਧੂ ਦੇ ਮਾਪਿਆਂ ਵੱਲੋਂ ਜਾਂ ਖਾਸ ਕਰਕੇ ਸਿੱਧੂ ਦੇ ਜਿਹੜੇ ਵਕੀਲ ਨੇ ਚਲੋ ਮਾਪੇ ਵਕੀਲੋ ਹੁਣ ਇੱਕ ਧਿਰ ਆ ਸਿੱਧੂ ਦੀ ਇੱਕ ਧਿਰ ਆ ਉਹ ਦੂਜੇ ਪਾਸੇ ਦੀ ਇੱਕ ਧਿਰ ਆ ਹੁਣ ਉਹ ਧਿਰ ਵੱਲੋਂ ਇਸ ਬਿਆਨਾਂ ਨੂੰ ਲੈ ਕੇ ਕੀ ਗੱਲ ਰੱਖੀ ਜਾਂਦੀ ਹੈ ਮੂਰੇ ਨਾ ਕੀ ਰੱਖਿਆ ਜਾਂਦਾ ਖਾਸ ਕਰਕੇ ਜੇ ਹੁਣ ਇੱਥੇ ਸਚਨ ਨੇ ਇਹ ਬਿਆਨ ਦਿੱਤਾਗਾ ਵੀ ਸਿੱਧੂ ਦੇ ਨਾਲ ਲਾਰੈਂਸ ਦੀ ਗੱਲ ਹੋਈ ਸੀ ਤਾਂ ਉਹਨੇ ਕਿਹਾ ਸੀ ਵੀ ਭਾਈ ਤੂੰ ਨਾ ਜਾ ਹਾਂ ਇਸ ਵਾਰ ਇੱਕ ਹੋਰ ਵੀ ਖੜਾ ਔਰਤ ਨਾ ਇਹ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇ ਵਾਲੇ ਨੂੰ ਪਰਮੀਤ ਕਿਹਾ ਸੀਗਾ ਵੀ ਤੂੰ ਨਾ ਜਾ ਤਾਂ ਉਹ ਫੋਨ ਤੇ ਕਿਹਾ ਸੀ ਹਾਂ ਇਹ ਗੱਲ ਸਪਸ਼ਟ ਹੁੰਦੀ ਆ ਨਾ ਵੀ ਉਹ ਕਹਿੰਦਾਗਾ ਵੀ ਫੋਨ ਤੇ ਗੱਲ ਕਹੀ ਤੇ ਉਸ ਤੋਂ ਬਾਅਦ ਜਦੋਂ ਉਹ ਚਲਾ ਗਿਆ ਉਸ ਤੋਂ ਬਾਅਦ ਫਿਰ ਜਿਹੜੀ ਉਹ ਕਾਨਫਰੈਂਸ ਕਾਲ ਦੀ ਜਾਂ ਕੋਈ ਵੀ ਗੱਲ ਹੁੰਦੀ ਹੈ ਗੋਲਡੀ ਬਰਾਲਾ ਨਾਲ ਉਹ ਵੀ ਫੋਨ ਤੇ ਹੁੰਦੀ ਹੈ ਹੁਣ ਜਿਹੜੀਆਂ ਕਾਲਸ ਹੁੰਦੀਆਂ ਉਹ ਮਹੀਨਿਆਂ ਦੇ ਵਿੱਚ ਉਹ ਇਹ ਵੀ ਨਿਕਲਿਆ ਹੋਊਗਾ ਨਾ ਡਾਟਾ ਵੀ ਹੋਣਾ ਸੀ ਨਹੀਂ ਹੋਣਾ ਸੀ ਇੱਥੇ ਵੀ ਆਉਂਦਾ ਪਰ ਖਾਸ ਤੌਰ ਦੇ ਉੱਤੇ ਸਿੱਧੂ ਜਿਵੇਂ ਸਿੱਧੂ ਬਾਰੇ ਅਕਸਰ ਇਹ ਗੱਲ ਆ ਸਾਰਿਆਂ ਨੂੰ ਵੀ ਉਹ ਆਪਣੇ ਮਾਤਾ ਪਿਤਾ ਨਾਲ ਸਾਰੀਆਂ ਗੱਲਾਂ ਸ਼ੇਅਰ ਕਰਦਾ ਸੀਗਾ ਜਿਉਂ ਨੇ ਇਹ ਗੱਲ ਸ਼ੇਅਰ ਕਰੀ ਹੋਈ ਤਾਂ ਤਾਂ ਉਹਦੇ ਮਾਤਾ ਪਿਤਾ ਵੀ ਇਹ ਦੱਸ ਸਕਦੇ ਆ ਜਾਂ ਨਕਾਰ ਸਕਦੇ ਇਹ ਗੱਲ ਨੂੰ ਵੀ ਇਹ ਗੱਲ ਨਹੀਂ ਹੋਣੀ ਤਾਂ ਉਹਨਾਂ ਦਾ ਪੱਖ ਵੀ ਹਜੇ ਉਹ ਦੇਖੋ ਵੀ ਹੁਣ ਪੱਖ ਕੀ ਰੱਖਦੇ ਨੇ ਕੀ ਗੱਲ ਸਾਰੀ ਨਿਕਲ ਕੇ ਆਉਂਦੀ ਆ ਪਰ ਕਿਤੇ ਨਾ ਕਿਤੇ ਇਹ ਕੇਸ ਮਤਲਬ ਬਹੁਤ ਜ਼ਿਆਦਾ ਚਾਰ ਸ਼ੀਟ ਦੇ ਉੱਤੇ ਜਿਹੜੇ ਲੋਕ ਦੱਸਦੇ ਆ ਨਾ ਇਹ ਸੀਨੀਅਰ ਵਕੀਲ ਨਾਲ ਵੀ ਕਿਸੇ ਨਾਲ ਮੇਰੀ ਚੰਡੀਕੜ ਗੱਲ ਹੋਈ ਉਹ ਕਹਿੰਦੇ ਵੀ ਬਹੁਤ ਕਮਜ਼ੋਰ ਕੇਸ ਆ ਇਹ ਹਾਂ ਇਹ ਕੇਸ ਉਨਾ ਸਟਰੋਂਗ ਨਹੀਂ ਬਣ ਸਕਿਆ ਹੁਣ ਇਹਦੇ ਵਿੱਚ ਹੋ ਸਕਦਾ ਵੀ ਪ੍ਰਸ਼ਾਸਨ ਦਾ ਕੁਝ ਨਲਾਇਕੀ ਵਾਲਾ ਸਿਸਟਮ ਰਹਿ ਗਿਆ ਜਾਂ ਕਿਵੇਂ ਰਹਿ ਗਿਆ ਹਨਾ ਤਾਂ ਉਨਾ ਸਟਰੋਂਗ ਨਹੀਂ ਇਹ ਕੇਸ ਹਾਂ ਇਹ ਗੱਲ ਹੈਗੀ ਆ ਇਹ ਤਾਂ ਗੱਲ ਨਿਕਲਦੀ ਆ ਪਰ ਕਿਤੇ ਨਾ ਕਿਤੇ ਜਿਹੜੀ ਘਟਨਾ ਹੋਈ ਆ ਭਾਈ ਘਟਨਾ ਹੀ ਤਾਂ ਦੇਖੋ ਸਾਰਾ ਪੰਜਾਬ ਹੀ ਨਿੰਦਿਆ ਕਰਦਾ ਉਹ ਘਾਟਾ ਪੂਰਾ ਨਹੀਂ ਹੋਣਾ ਤੇ ਪਰ ਸਾਨੂੰ ਇੰਨਾ ਕੁ ਜ਼ਰੂਰ ਹੈਗਾ ਵੀ ਜੇ ਕੋਈ ਵਧੀਆ ਅਫਸਰ ਇਹਦੀ ਜਾਂਚ ਪੜਤਾਲ ਕਰੇ ਜਾਂ ਜਿਵੇਂ ਹੁਣ ਐਸਆਈਟੀ ਬਣੀ ਵੀ ਆ ਉਹ ਚੰਗੀ ਤਾਇ ਤੱਕ ਜਾਵੇ ਤਾਂ ਬਹੁਤ ਗੱਲਾਂ ਹਜੇ ਵੀ ਨਿਕਲ ਸਕਦੀਆਂ ਨੇ ਬਿਲਕੁਲ ਬਿਲਕੁਲ ਹਾਂ ਪਰ ਜਿਹੜੇ ਜਾਂ ਕਾਤਲ ਸੀਗੇ ਜਿਹੜੇ ਜਿਵੇਂ ਆਪਾਂ ਕਹਿੰਦੇ ਵੀ ਸ਼ੂਟਰ ਸੀ ਜਾਂ ਓਵੇਂ ਓਵੇਂ ਉਹਨਾਂ ਕਾਗਜ਼ ਦੇ ਉੱਤੇ ਸਟਰੋਂਗ ਕੇਸ ਨਹੀਂ ਇਹ ਜਿੰਨਾ ਹੋਣਾ ਚਾਹੀਦਾ ਜਿੰਨਾ ਹਾਈ ਪ੍ਰੋਫਾਈਲ ਮਰਡਰ ਆ ਇਹ ਉਹਨਾਂ ਹਾਈ ਪ੍ਰੋਫਾਈਲ ਪੇਪਰ ਦੇ ਉੱਤੇ ਤੁਸੀਂ ਦੇਖੋ ਨਾ ਜਦੋਂ ਸਿੱਧੂ ਦਾ ਕਤਲ ਹੋ ਜਾਂਦਾ ਤਾ ਇੱਕ ਨੇੜੇ ਪਿੰਡਾ ਸ਼ੂਟਰ ਜਾ ਕੇ ਉੱਥੇ ਪਾਣੀ ਦੇ ਟੈਂਕੀ ਤੱਕ ਹੀ ਪਹੁੰਚਦੇ ਆ ਜਾਂ ਕਿ ਖੇਤਾਂ 'ਚ ਵੀ ਲੋਕਦੇ ਆ ਪਰ ਪੰਜਾਬ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜਿਹੜਾ ਕਿਤੇ ਤਕਰੀਬਨ 5-6 ਘੰਟੇ ਤੱਕ ਨਾਕੇਬੰਦੀ ਵੀ ਨਹੀਂ ਹੋਈ ਸੀ ਪੰਜਾਬ 'ਚ ਸਿੱਧੂ ਮੂਸੇ ਵਾਲੇ ਦੇ ਕੇਸ ਦਾ ਜਿਹੜਾ ਸਭ ਤੋਂ ਆਪਾਂ ਕਹਿ ਦਈਏ ਵੀ ਮਾੜਾ ਉਹ ਸੀ ਕੜੀ ਹੂੰ ਸਭ ਤੋਂ ਮਾੜੀ ਕੜੀ ਜਿਹੜੀ ਉਹਦੀ ਸਿਕਿਉਰਿਟੀ ਵਾਲਾ ਮਾਮਲਾ ਹੂੰ ਕਿਉਂਕਿ ਦੇਖੀ ਬਈ ਕਿੱਧਰ ਹੋ ਗਿਆ ਮਤਲਬ ਕੀ ਗੱਲ ਕਰ ਰਿਆ ਸੀ ਮੈਂ ਸਿੱਧੂ ਦੇ ਮੌਤ ਦੀ ਘੜੀ ਸਿੱਧੂ ਮੂਸੇ ਵਾਲੇ ਦੇ ਕਤਲ ਦੇ ਵਿੱਚ ਜਿਹੜੀ ਸਭ ਤੋਂ ਕਮਜ਼ੋਰ ਘੜੀ ਹੈ ਨਾ ਉਹ ਸਿੱਧੂ ਦੀ ਸਿਕਿਉਰਿਟੀ ਵਾਲਾ ਮਾਮਲਾ ਹੈਗਾ ਉਹਦੇ ਪਿੱਛੇ ਦੇਖੋ ਉਹਦੇ ਮਾਪੇ ਕਹਿੰਦੇ ਵੀ ਸਿਕਿਉਰਿਟੀ ਵਾਲਾ ਮਾਮਲਾ ਕਿਹਨੇ ਲੀਕ ਕਰਿਆ ਉਹ ਜਿਹੜੇ ਆਪਣੇ ਮੀਡੀਆ ਐਡਵਾਈਜ਼ਰ ਆ ਮੰਤਰੀ ਦੇ ਡਾਇਰੈਕਟਰ ਉਹਨਾਂ ਤੇ ਨਾਮ ਲੈ ਕੇ ਉਹਨਾਂ ਦਾ ਨਾਮ ਲੈਂਦੇ ਆ ਵੀ ਉਹਨਾਂ ਦਾ ਪਰ ਅਸਲ ਦੇ ਵਿੱਚ ਜਿਹੜਾ ਸਭ ਤੋਂ ਕਮਜ਼ੋਰ ਪੱਖਾ ਉਦੋਂ ਪਹਿਲਾਂ ਵਾਲਾ ਜਿਹੜਾ ਉਹ ਨੌਜਵਾਨ ਸੀ ਸ਼ੈਰੋਖ ਜਿਹੜਾ ਫੜਿਆ ਗਿਆ ਸੀ ਜਿਹੜਾ ਉਹ ਮੜਾ ਉਹਨੇ ਜਦੋਂ ਕਿਹਾ ਵਸੀ ਚਾਹੇ ਉਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜਿਵੇਂ ਆਪਾਂ ਕਹੇ ਦੀ ਚਰਨਜੀਤ ਸਿੰਘ ਚੰਨੀ ਦਾ ਉਹ ਬਸ ਇਹਨਾਂ ਦੋਨਾਂ ਚੱਕੀ ਸੀ ਬੰਦਾ ਤਾਂ ਉਦੋਂ ਵੀ ਸਿੱਧੂ ਕੋਲੇ ਸਿਕਿਉਰਿਟੀ ਉਹ ਸੀਗੀ ਵੱਧ ਬੰਦੇ ਸੀ ਉਦੋਂ ਨਾ ਕੀ ਹੁੰਦਾ ਸੁਖਿੰਦਰ ਧਾਵਰ ਨਾਲ ਮਿਲ ਕੇ ਆਉਂਦੇ ਨੇ ਸਿੱਧੂ ਮੂਸੇਵਾਲਾ ਹਾਂ ਉਦੋਂ ਫਿਰ ਸੁਖਿੰਦਰਵਾਣਾ ਨੇ ਕਿਹਾ ਸੀ ਕਿ ਤੁਸੀਂ ਸਿੱਧੂ ਸਰਖਿਆ 'ਚ ਵਾਅਦਾ ਕਰੋ ਉਹਨਾਂ ਨੇ ਡੀਜੀਪੀ ਨੂੰ ਫੋਨ ਕੀਤਾ ਸੀ ਉਦੋਂ ਫਿਰ ਸਰਖਿਆ ਵਾਅਦਾ ਕੀਤਾ ਗਿਆ ਸੀ ਹਾਂ ਉਹ ਦੇਖੋ ਹੁਣ ਇੱਕ ਗੱਲ ਆ ਜਿਹੜੀ ਹੁਣ ਆਪਾਂ ਇੱਥੇ ਨਲੈਕੀ ਕਹਿ ਦਈਏ ਵੀ ਉਹਨਾਂ ਨੇ ਜਦੋਂ ਆਪਾਂ ਇੱਕ ਕੋਈ ਤਿਆਰ ਕੀਤਾ ਗਿਆ ਨਵੀਂ ਸਰਕਾਰ ਬਣਦੀ ਆ ਚਲੋ ਉਹ ਆਪਣੇ ਤੌਰ ਤਰੀਕੇ ਬਣਾਉਂਦੀ ਆ ਜਦੋਂ ਉਹਨਾਂ ਵੱਲੋਂ ਤਿਆਰ ਕੀਤਾ ਗਿਆ ਵੀ ਇਹ ਆ 400 ਬੰਦੇ ਦੀ 300 ਬੰਦੇ ਦੀ ਲਿਸਟ ਆ ਜਿੱਚ ਜਥੇਦਾਰ ਹਰਪ੍ਰੀਤ ਸਿੰਘ ਦਾ ਨਾਮ ਸੀ ਜਿਹੜੇ ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਵੀ ਇਹ ਨਾ ਦੀ ਸਕਿਉਰਟੀ ਜਿਹੜੀ ਹੈ ਵੇਡਰਾ ਕੀਤੀ ਜਾਵੇ ਵਾਪਸ ਲਈ ਜਾਵੇ ਇਹਨਾਂ ਕੋਲੇ ਬਾਦੂ ਬੰਦੇ ਆ ਤੇ ਆਪਾਂ ਇਧਰ ਇਹ ਬੰਦੇ ਬੁਲਾ ਕੇ ਅਸੀਂ ਇਧਰ ਆਪਦੀਆਂ ਸੇਵਾਵਾਂ ਜਿਹੜੀਆਂ ਪੰਜਾਬ ਪੁਲਿਸ ਦੀਆਂ ਹੋਰ ਆ ਉਹ ਲਈਏ ਹਨਾ ਤਾਂ ਉਹਦੇ ਚ ਇਹ ਕਿਹੜੇ ਬੰਦੇ ਤੋਂ ਘਾਟ ਰਹਿ ਗਈ ਵੀ ਉਹ ਦੱਸਿਆ ਨਹੀਂ ਗਿਆ ਵੀ ਸਿੱਧੂ ਮੂਸੇਵਾਲੇ ਨੂੰ ਹਾਈ ਥ੍ਰੈਟ ਆ ਆਪਾ ਉਹਦੇ ਚ ਇੱਕ ਦੋ ਵੱਡੇ ਹੋਰ ਵੀ ਹੋਣਗੇ ਜਿਹੜਾ ਇਹਨੂੰ ਹਾਈ ਥ੍ਰੈਟ ਸੀ ਪਰ ਸਭ ਤੋਂ ਜੇ ਆਪਾਂ ਹਾਈਐਸਟ ਥ੍ਰੈਟ ਸੀ ਤਾਂ ਸਿੱਧੂ ਮੂਸੇ ਵਾਲੇ ਨੂੰ ਸੀ ਈਵਨ ਕੀ ਇੱਥੋਂ ਤੱਕ ਦੱਸਿਆ ਜਾਂਦਾਗਾ ਵੀ ਇੰਡੀਆ ਦੇ ਵਿੱਚ ਜੇ ਸਭ ਤੋਂ ਵੱਡਾ ਉਸ ਉਸ ਸਮੇਂ ਦਾ ਥ੍ਰੈਟ ਉਹ ਸਲਮਾਨ ਖਾਨ ਤੇ ਸਿੱਧੂ ਮੂਸੇ ਵਾਲੇ ਨੂੰ ਸੀਗਾ ਤੇ ਹੁਣ ਜੇ ਇਹ ਗੱਲ ਦੀ ਨਲਾਇਕੀ ਹੁਣ ਅਫਸਰਾਂ ਦੀ ਵੀ ਉਹਨਾਂ ਨੇ ਅਫਸਰਾਂ ਨੇ ਹੀ ਡੀਜੀਪੀ ਨੂੰ ਡੀਜੀਪੀ ਨੇ ਮੁੱਖ ਮੰਤਰੀ ਨੂੰ ਹੀ ਦੱਸਣਾ ਸੀ ਵੀ ਇਹ ਆਪਾਂ ਨਹੀਂ ਕਰ ਸਕਦੇ ਇਹ ਕੰਮ ਖਰਾਬ ਹੋ ਜੂ ਕਿਉਂਕਿ ਉਸ ਤੋਂ ਬਾਅਦ ਬਹੁਤ ਸਾਰੇ ਕਲਾਕਾਰਾਂ ਨੂੰ ਸਿਕਿਉਰਿਟੀ ਦਿੱਤੀ ਉਹਦੋਂ ਪਹਿਲਾਂ ਵੀ ਸੀ ਇਹ ਤਾਂ ਹੁੰਦੇ ਹੀ ਆ ਨਾ ਜਿੰਨੇ ਮਤਲਬ ਨਾਮੀ ਚਿਹਰੇ ਹੁੰਦੇ ਚਾਹੇ ਕਲਾਕਾਰ ਗਾਇਕ ਚਾਹੇ ਕੋਈ ਵੀ ਆ ਉਹਨਾਂ ਨੂੰ ਜਿਹੜਾ ਸਿਸਟਮ ਹੁੰਦਾ ਉਹ ਤਾਂ ਹੀ ਦਿੱਤਾ ਜਾਂਦਾ ਨਾ ਤਾਂ ਉਹਦੇ ਚ ਤਾਂ ਫਿਰ ਇਹ ਇਹ ਹੋ ਗਿਆ ਨਾ ਆਪਾਂ ਜੇ ਸਿੱਧਮ ਸਿੱਧੇ ਕਈ ਲੋਕ ਇਹ ਗੱਲ ਕਹਿ ਦਿੰਦੇ ਆ ਪਰ ਮੈਨੂੰ ਇਹ ਲੱਗਦਾ ਵੀ ਭਗਵੰਤ ਮਾਨ ਮੁੱਖ ਮੰਤਰੀ ਨੇ ਜਿਹੜੇ ਉਹਨਾਂ ਨੂੰ ਵੀ ਜੇ ਨਿਧੀ ਸਵਾਲ ਇੱਕ ਪੁੱਛਿਆ ਜਾਵੇ ਕਦੇ ਜੇ ਇਹ ਮੈਨੂੰ ਲੱਗਦਾ ਵੀ ਡਿਬੇਟ ਦੇ ਵਿੱਚ ਸਵਾਲ ਹੋਣਾ ਚਾਹੀਦਾ ਇੱਕ ਧਿਰ ਵੱਲੋਂ ਵੀ ਕੀ ਤੁਹਾਨੂੰ ਕਿਸੇ ਅ fırsਰ ਨੇ ਯਾਰ ਇਹ ਦੱਸਿਆ ਨਹੀਂ ਕਿਉਂਕਿ ਇਹ ਬਹੁਤ ਵੱਡੀ ਗੱਲ ਹੋਈ ਆ ਹੂੰ ਕਿਉਂਕਿ ਚਲੋ ਨਿੰਦਿਆ ਇੱਕ ਹਿਸਾਬ ਦੀ ਆ ਆਪਾਂ ਵੀ ਚਲੋ ਜਿੱਥੇ ਕੋਈ ਗੱਲ ਹੁੰਦੀ ਆ ਆਪਾਂ ਆਲੋਚਨਾ ਵੀ ਕਰਦੇ ਆ ਆਪਾਂ ਵਿਅੰਗ ਵੀ ਕਰਦੇ ਆ ਵਿਅੰਗ ਹੋਣਾ ਵੀ ਚਾਹੀਦਾ ਹਰ ਇੱਕ ਗੱਲ ਤੇ ਵਿਅੰਗ ਹੋਣਾ ਚਾਹੀਦਾ ਜਿੱਥੇ ਪੂਰਾ ਮਤਲਬ ਗੱਲ ਬੰਦੀ ਆ ਜਿਹੜੇ ਬੰਦੇ ਚਿਹਰੇ ਆ ਜਾਂ ਜਿਹੜੇ ਜਵਾਬਦੇਹ ਹੁੰਦੇ ਆ ਆਪਦੀ ਸਟੇਟ ਨੂੰ ਆਪਦੇ ਦੇਸ਼ ਨੂੰ ਆਪਦੇ ਲੋਕਾਂ ਨੂੰ ਆਪਦੇ ਖਿੱਤੇ ਨੂੰ ਪਰ ਗੱਲ ਇਹ ਵੀ ਬਣਦੀ ਹੈ ਵੀ ਮੁੱਖ ਮੰਤਰੀ ਨੂੰ ਇਹਦੇ ਤੇ ਸਪਸ਼ਟਤਾ ਕਰਨੀ ਚਾਹੀਦੀ ਸੀ ਪਹਿਲੇ ਹੀ ਹੋ ਜਾਂਦੀ ਮੈਨੂੰ ਇਹ ਲੱਗਦਾ ਵੀ ਜਿਆਦਾ ਜਿਹੜਾ ਕੇਸ ਆ ਨਾ ਆਮ ਆਦਮੀ ਪਾਰਟੀ ਦਾ ਇਹ ਸਰਕਾਰ ਵੱਲੋਂ ਜਿਆਦਾ ਅਲਝਾ ਲਿਆ ਗਿਆ ਬਿਨਾਂ ਗੱਲ ਤੋਂ ਜਾਂ ਅਲਝਾਉਣ ਉਹਨਾਂ ਨੂੰ ਅਫਸਰਾਂ ਨੇ ਸਹੀ ਗਾਈਡ ਨਹੀਂ ਕਰਿਆ ਇਹ ਵੀ ਸਾਨੂੰ ਮੈਂ ਸਚਾਈ ਦੱਸ ਦਾਂਗਾ ਕਿਉਂਕਿ ਭਗਵੰਤ ਮਾਨ ਖੁਦ ਕਲਾਕਾਰ ਰਹੇ ਆ ਉਹ ਗੱਲ ਵੀ ਸਮਝਦਿਆ ਈਵਨ ਕਿ ਸਿੱਧੂ ਮੂਸੇ ਵਾਲੇ ਨਾਲ ਉਹਨਾਂ ਦੀ ਗੱਲ ਵੀ ਹੁੰਦੀ ਰਹੀ ਆ ਪਹਿਲਾਂ ਹਾਂ ਇਹ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਉਹ ਫੋਨ ਤੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਜਾਂ ਜਦੋਂ ਮਤਲਬ ਐਰਾ ਕਲਾਕਾਰ ਜਾਂ ਉਹਨਾਂ ਦੇ ਅਡਮਾਇਰ ਦੇ ਤੌਰ ਤੇ ਚਲੋ ਸਾਰਿਆਂ ਦਾ ਆਪਾਂ ਕਹਿ ਦਈਏ ਵੀ ਹੁੰਦਾ ਹੀ ਆ ਇੱਕ ਦੂਜੇ ਨਾਲ ਸਾਂਝ ਉਸ ਹਾਵ ਨਾਲ ਆਪਦੇ ਕੰਮ ਵਾਲਿਆਂ ਦੀ ਜਿਵੇਂ ਆਪਣੀ ਪੱਤਰਕਾਰਾਂ ਨਾਲ ਜਾਂ ਹੋਰ ਉਵੇਂ ਹੁੰਦੀ ਆ ਹਾਂ ਹੁਣੀ ਵੀ ਚਾਹੀਦੀ ਆ ਚਲੋ ਕੋਈ ਗੱਲ ਨਹੀਂ ਪਰ ਗੱਲ ਇਹ ਹੈ ਵੀ ਉਹ ਜੇ ਸਹੀ ਇਹ ਗੱਲ ਤੇ ਉਦੋਂ ਹੀ ਕਹਿੰਦੇ ਵੀ ਸਾਨੂੰ ਵੀ ਇਹ ਜਾਣਕਾਰੀ ਹੀ ਨਹੀਂ ਦਿੱਤੀ ਗਈ ਹੂੰ ਇਵਨ ਕੀ ਮੈਨੂੰ ਇਹ ਲੱਗਦਾਗਾ ਵੀ ਜੇ ਉਦੋਂ ਮੌਕੇ ਦੇ ਉੱਤੇ ਡੀਜੀਪੀ ਜਾਂ ਵੱਡੀ ਕੋਈ ਬਦਲੀ ਵੀ ਕਰ ਸਕਦੇ ਉਹ ਕਰ ਦਿੰਦੇ ਕਿਉਂਕਿ ਬਹੁਤ ਮਰਡਰ ਉਹ ਕੱਲਾ ਇੱਕ ਮਰਡਰ ਨਹੀਂ ਸੀ ਸਾਰਾ ਪੰਜਾਬ ਹਿੱਲ ਗਿਆ ਸੀ ਅੱਜ ਤੱਕ ਹਿੱਲਿਆ ਹੋਗਾ ਜਿਹੜੇ ਹਿਸਾਬ ਨਾਲ ਉਹ ਕਾਂਡ ਹੋ ਗਿਆ ਹੂੰ ਹੂੰ ਤਾਂ ਸਵਾਲ ਤੇ ਵੀ ਨਾ ਕਿਸੇ ਕੋ ਏਕੇ 47 ਪਿੰਡ ਮੂਸੇ ਦਾ ਕਿਵੇਂ ਪਹੁੰਚ ਜਾਂਦੀ ਆ ਪਹਿਲਾਂ ਕਨਫਰਮ ਨਹੀਂ ਹੁੰਦਾ ਕਿ ਉਹ ਐਨਕੇ 95 ਕਿਹੜਾ ਰਾਈਫਲ ਹੋਇਆ ਇਹ ਆਟੋਮਾ ਉਹ ਆ ਫਿਰ ਇਹ ਆਉਂਦਾ ਫੇ ਕਹਿੰਦੇ ਜਿਹੜਾ ਉਹ ਅਟੈਕ ਹੋਇਆ ਸੀ ਉੱਥੇ ਹੈੱਡ ਕੁਆਟਰ ਮੁਹਾਲੀ ਮੈਂ ਇੱਥੇ ਲੋਕਾਂ ਨੂੰ ਵੀ ਕਹਿਣਾ ਚਾਹੂੰਗਾ ਆਪਾਂ ਕਈ ਵਾਰ ਮੇਰੀ ਸਿੱਧੂ ਦੇ ਪੇਰੈਂਟਸ ਨਾਲ ਵੀ ਗੱਲ ਹੋਈ ਆ ਆਫ ਰਿਕਾਰਡ ਹਮ ਆਪਾਂ ਚਲੋ ਔਨ ਰਿਕਾਰਡ ਇਹ ਗੱਲ ਕਰ ਦਿੰਨੇ ਆ ਪਰ ਇਹ ਜਿਹੜੀ ਸਭ ਤੋਂ ਇਹ ਕਮਜ਼ੋਰ ਕੜੀ ਆ ਨਾ ਵੀ ਇਹ ਕਿਹੜੇ ਅਫਸਰ ਵੱਲੋਂ ਇਹ ਗੱਲ ਹੋ ਗਈ ਵੀ ਦੱਸਿਆ ਨਹੀਂ ਗਿਆ 400 ਬੰਦੇ ਦੀ ਲਿਸਟ 200 ਬੰਦੇ ਦੀ ਲਿਸਟ ਤਿਆਰ ਹੋ ਗਈ ਪਰ ਦੱਸਿਆ ਨਹੀਂ ਗਿਆ ਵੀ ਸਿੱਧੂ ਮੂਸੇ ਵਾਲੇ ਨੂੰ ਸਭ ਤੋਂ ਵੱਡਾ ਥ੍ਰੈਟ ਆ ਹਮ ਤਾਂ ਉੱਥੇ ਮੁੱਖ ਮੰਤਰੀ ਨੂੰ ਜੇ ਨਿੱਜੀ ਤੌਰ ਤੇ ਪੁੱਛਿਆ ਜਾਵੇ ਤਾਂ ਮੈਨੂੰ ਲੱਗਦਾ ਹੈਗਾ ਕਾਫੀ ਗੱਲਾਂ ਮੁੱਖ ਮੰਤਰੀ ਸੰਭਾਲ ਸਕਦੇ ਸੀ ਅੱਜ ਵੀ ਅੱਜ ਵੀ ਜੇ ਇਹ ਦੀ ਬ੍ਰੀਕ ਬ੍ਰੀਕੀ ਨਾਲ ਕਿਉਂਕਿ ਕਿਸੇ ਦੀ ਤਾਂ ਡਿਊਟੀ ਲੱਗੀ ਹੋਣਾ ਇਹ ਐ ਤਾਂ ਹੈ ਨਹੀਂ ਥੱਲੜ ਦੇ ਲੈਵਲ ਤੋਂ ਲੈ ਕੇ ਤਾਂ ਤੱਕ ਇੱਕ ਪ੍ਰੋਸੀਜਰ ਤਾਂ ਫਾਲੋ ਕੀਤਾ ਹੋਊਗਾ ਚਾਹੇ ਸਕਿਉਰਿਟੀ ਦੇਣੀ ਆ ਚਾਹੇ ਘਟਾਉਣੀ ਆ ਸਰਕਾਰੀ ਕਾਗਜ਼ ਜਦੋਂ ਕੋਈ ਵੀ ਹੁੰਦਾ ਚਾਹੇ ਉਹ ਇੱਕ ਨੰਬਰ ਦਾ ਕੰਮ ਹੋਵੇ ਸਭ ਨੂੰ ਪਤਾ ਚਾਹੇ ਦੋ ਨੰਬਰ ਦਾ ਕੰਮ ਹੋਵੇ ਉਹ ਇੱਕ ਪ੍ਰੋਸੀਜਰ ਫਾਲੋ ਕੀਤਾ ਜਾਂਦਾ ਰਿਕਾਰਡ ਦੇ ਵਿੱਚ ਰਿਕਾਰਡ ਮੇਨਟੇਨ ਕਰਨ ਦੇ ਲਈ ਚਾਹੇ ਰਿਕਾਰਡ ਗਲਤਮਲਤੀ ਮੈਂਟੇਨ ਕੀਤਾ ਹੋਵੇ ਇੱਕ ਹੁੰਦਾ ਪ੍ਰੋਸੀਜਰ ਉਹ ਥੱਲੇ ਤੋਂ ਲੈ ਕੇ ਤਾਂ ਤੱਕ ਕਿਉਂਕਿ ਇਹ ਐ ਤਾਂ ਹੈ ਨਹੀਂ ਵੀ ਇੱਕ ਸਪਾਹੀ ਦੀ ਜ਼ਿੰਮੇਵਾਰੀ ਲੱਗੀ ਹੋ ਹਾਂ ਐ ਤਾਂ ਨਹੀਂ ਹੋਣਾ ਡੀਐਸਪੀ ਐਸਪੀ ਐਸਐਸਪੀ ਉੱਪਰਲੇ ਬੰਦਿਆਂ ਦਾ ਫਿਰ ਜਾਣ ਕੇ ਸਾਰਾ ਡਾਟਾ ਲੈ ਕੇ ਫਿਰ ਕੀਤਾ ਗਿਆ ਹੋਵੇ ਐਂ ਥੋੜੀ ਆ ਹਾਂ ਸਾਰੀ ਗੱਲ ਨੂੰ ਜਾਣਿਆ ਗਿਆ ਹੋਊ ਪਹਿਲਾਂ ਤੁਸੀਂ ਦੇਖੋ ਨਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਇਹ ਕਿਹਾ ਸੀ ਜੀ ਤੁਹਾਡੀ 20 ਮਾਰਚ ਤੋਂ ਬਾਅਦ ਅਸੀਂ ਮੀਟਿੰਗ ਕਰਵਾਉਣੀ ਹੈ ਉੱਥੇ ਤਾਂ ਮੈਨੂੰ ਲੱਗਦਾ ਗਾਣਾ ਵੀ ਸ਼ਾਇਦ ਮੁੱਖ ਮੰਤਰੀ ਆਪਣੀ ਕਦੇ ਗੱਲ ਸੁਣਦੇ ਹੋਣ ਜਾਂ ਉਹ ਆਪ ਇਹ ਗੱਲ ਮਹਿਸੂਸ ਕਰਦੇ ਹੋਣਗੇ ਠੀਕ ਹੈ ਗੱਲ ਸਾਨੂੰ ਮੈਨੂੰ ਇੱਕ ਐਮਐਲਏ ਤੱਕ ਨੇ ਇਹਨਾਂ ਦੇ ਨੇ ਇਹ ਦੱਸਤਾ ਸੀ ਆਪਣੇ ਕਿਸੇ ਸੱਜਣ ਨੂੰ ਵੀ ਇਹ ਦੱਸਿਆ ਸੀ ਵੀ ਮੂਸੇ ਵਾਲੇ ਆਪ ਬਹੁਤ ਉਹਦਾ ਆਏ ਸੀਗਾ ਆਹੀ ਫੋਨ ਦੀ ਹੀ ਗੱਲ ਆ ਵੀ ਉਹਦਾ ਕਿਸੇ ਨਾਲ ਸੰਪਰਕ ਹੋਇਆ ਸੀ ਜਿਵੇਂ ਹੁਣ ਉਹ ਆਨ ਰਿਕਾਰਡ ਆ ਗਿਆ ਵੀ ਚਲ ਉਹਦਾ ਸੰਪਰਕ ਹੋਇਆ ਸੀ ਉਹਨੂੰ ਧਮਕੀ ਆਈ ਸੀ ਉਹ ਠੀਕ ਆ ਯਾਰ ਵੀ ਉਦੇ ਮਾਤਾ ਪਿਤਾ ਵੀ ਇਹੀ ਪੁੱਛਦੇ ਆਣ ਵੀ ਸਾਡਾ ਮੁੰਡਾ ਕਿੱਥੇ ਗਲਤੀ ਗੱਲ ਤਾਂ ਇੰਨੀ ਕੀ ਆ ਉਹ ਤੇ ਆਪ ਗੱਲ ਕਰੇ ਸਾਡਾ ਮੁੰਡਾ ਗਲਤ ਆ ਅਸੀਂ ਘਰੇ ਟੇਕੇ ਬਹਿ ਜਾਗੇ ਭਾਈ ਹਾਂ ਉਹ ਫਿਰ ਗੱਲ ਇਹ ਮੰਨ ਕੇ ਚਲੋ ਵੀ ਇਹ ਲੋਕਾਂ ਦੇ ਵਿੱਚ ਨਾ ਇਹ ਲੋਕਾਂ ਦੇ ਵਿੱਚ ਗੱਲ ਘਰ ਕਰ ਜਾਣੀ ਆ ਉਹ ਠੀਕ ਆ ਹੁਣ ਜੇ ਕੋਈ ਕਹੇ ਜੇ ਕੋਈ ਕਹੇ ਪੰਜਾਬ ਦੇ ਵਿੱਚ ਜਾਂ ਕੋਈ ਵਿਰੋਧੀ ਤੇਰੇ ਕਹੇ ਵੀ ਸਿੱਧੂ ਮੂਸੇ ਵਾਲੇ ਦੇ ਮਾਤਾ ਪਿਤਾ ਰਾਜਨੀਤੀ ਕਰਦੇ ਜਾਂ ਸਿੱਧੂ ਮੂਸੇ ਵਾਲੇ ਦੇ ਮਾਤਾ ਪਿਤਾ ਨਾ ਬੋਲਣ ਇਹ ਤਾਂ ਦੇਖੋ ਹੋ ਨਹੀਂ ਸਕਦਾ ਨਾ ਹੀ ਆ ਕੋਈ ਉਹਨਾਂ ਨੂੰ ਤਾਕਤ ਤਾਂ ਜਿਹੜੀ ਰੋਕ ਸਕਦੀ ਆ ਉਹਨਾਂ ਦਾ ਪੁੱਤ ਗਿਆ ਹਾਂ ਮਾਤਾ ਪਿਤਾ ਦੇ ਸਭ ਤੋਂ ਨੇੜੇ ਉਹਨਾਂ ਦਾ ਧੀ ਪੁੱਤ ਹੁੰਦਾਗਾ ਤੇ ਉਹ ਤਾਂ ਬਈ ਬੋਲਣਗੇ ਉਹ ਤਾਂ ਚਾਹੇ ਕੋਠੇ ਚੜਕੇ ਰੌਲਾ ਪਾਉਣ ਚਾਹੇ ਉਹ ਸਪੀਕਰ 'ਚ ਬੋਲਣ ਚਾਹੇ ਉਹ ਜਿੱਥੇ ਮਰਜ਼ੀ ਜਾ ਕੇ ਬੋਲਣ ਉਹਨਾਂ ਨੂੰ ਹੱਕ ਆ ਬਈ ਹਾਂ ਇਨਸਾਫ ਆਪਣਾ ਕਿਸੇ ਗਰੀਬ ਦਾ ਪੁੱਤ ਮਰਿਆ ਕਿਸੇ ਅਮੀਰ ਦਾ ਕਿਸੇ ਲੀਡਰ ਦਾ ਮੇਰੀ ਗੱਲ ਸੁਣੋ ਚਾਹੇ ਉਹਨਾਂ ਨੂੰ ਇਨਸਾਫ ਮਿਲ ਵੀ ਜਾਂਦਾ ਹਾਂ ਚਾਹੇ ਉਹਨਾਂ ਨੂੰ ਇਨਸਾਫ ਜੇ ਮਿਲ ਵੀ ਗਿਆ ਸਹੀ ਵੀ ਹੋਗਾ ਜੇ ਉਹ ਫੇਰ ਵੀ ਦੱਸਦੇ ਆ ਲੋਕਾਂ ਨੂੰ ਆਪਦੀ ਹੱਡ ਬੀਤੀ ਤਾਂ ਉਹ ਵੀ ਕੋਈ ਆਪਾਂ ਰੋਕ ਨਹੀਂ ਸਕਦੇ ਉਹਨਾਂ ਨੂੰ ਹੱਕ ਆ ਵੀ ਉਹ ਅਧਿਕਾਰ ਆ ਈਵਨ ਕੀ ਮੈਂ ਤਾਂ ਇਹ ਕਹਿਣਾਗਾ ਵੀ ਉਹਦੇ ਮਾਤਾ ਪਿਤਾ ਨੂੰ ਨਹੀਂ ਜਿਹੜੇ ਲੋਕ ਸਿੱਧੂ ਨੂੰ ਫੋਲੋ ਕਰਦੇ ਕਿਉਂਕਿ ਉਹ ਇੱਕ ਪਬਲਿਕ ਫਿਗਰ ਸੀ ਹੂੰ ਜੇ ਲੋਕ ਉਹਦੇ ਲਈ ਬੋਲ ਰਹੇ ਆ ਇਹ ਕਿਤੇ ਇਹ ਨਹੀਂ ਹੁੰਦਾ ਹੁੰਦਾ ਵੀ ਘਰ ਦੇ ਕਾਇਦਨ ਵੀ ਨਹੀਂ ਤੇ ਇਹ ਪਬਲਿਕਲੀ ਗੱਲਾਂ ਹੁੰਦੀਆਂ ਅੱਜ ਤਾਂ ਨਾਲੇ ਸੋਸ਼ਲ ਮੀਡੀਆ ਦਾ ਜਮਾਨਾ ਅਜ ਤਾਂ ਆਪਾਂ ਕੋਈ ਵੀ ਬੰਦਾ ਕਮੈਂਟ ਕਰ ਸਕਦਾ ਹੁਣ ਆਪਣੇ ਥਲੇ ਕੋਈ ਕਮੈਂਟ ਕਰਦਾ ਆਪਾਂ ਉਹਨੂੰ ਰੋਕ ਨਹੀਂ ਸਕਦੇ ਆਪਾਂ ਕਹਿ ਸਕਦੇ ਆਂ ਭਾਈ ਤੁਸੀਂ ਗਲਤ ਕਮੈਂਟ ਨਾ ਕਰਾਇ ਕਰੋ ਜਾਂ ਤੁਸੀਂ ਸੱਭਿਆਕ ਭਾਸ਼ਾ ਚ ਕਮੈਂਟ ਕਰਾਇਆ ਕਰੋ ਆਪਾਂ ਉਹਨੂੰ ਇੱਕ ਦੱਸ ਸਕਦਾ ਪਰ ਕਰਨਾ ਨਹੀਂ ਕਰਨਾ ਲੋਕਾਂ ਦੀ ਮਰਜ਼ੀ ਆ ਤਾਂ ਮੁੱਖ ਮੰਤਰੀ ਦਾ ਇਸ ਨੂੰ ਲੈ ਕੇ ਗੰਭੀਰ ਨਾ ਹੋਣਾ ਇਹ ਚਿੰਤਾ ਦਾ ਵਿਸ਼ਾ ਹੈਗਾ ਤੇ ਖੁਦ ਮੁੱਖ ਮੰਤਰੀ ਚਾਹੇ 2027 ਦੇ ਵਿੱਚ ਕਿਉਂਕਿ ਵੋਟਾਂ ਦੀ ਰਾਜਨੀਤੀ ਆ ਵੋਟਾਂ ਚ ਜਾਂ ਵੋਟਾਂ ਤੋਂ ਬਾਅਦ ਜਦੋਂ ਰਿਟਾਇਰਮੈਂਟ ਲਈ ਉਹਨਾਂ ਨੇ ਕਦੇ ਵੀ ਜ਼ਿੰਦਗੀ ਦੇ ਆਪਦੇ ਆਖਰ ਲਈ ਮੈਂ ਜਮ੍ਹਾਂ ਆਪਾਂ ਨਿਮੇੜਦਨੇ ਆ ਗੱਲ। ਹਮ ਇੱਕ ਬੜੇ ਪਿਆੜੀ ਗੱਲ ਚ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਬਾਰੇ ਇਹ ਕਿਹਾ ਜਾਂਦਾ ਮਗਰਲੇ ਦਿਨਾਂ ਦੇ ਵਿੱਚ ਉਹ ਬਹੁਤ ਇਸ ਗੱਲਾਂ ਤੋਂ ਚਿੰਤਤ ਸੀ ਜਿਵੇਂ ਆਪਾਂ ਕਹიდੀਏ ਬਗਰਾੜੀ ਨੂੰ ਲੈ ਕੇ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਉਹ ਚਿੰਤਤ ਸੀ। ਮਗਰਲੇ ਟਾਈਮ 'ਚ ਬੰਦੇ ਦੇ ਗੱਲਾਂ ਯਾਦ ਆਉਂਦੀਆਂ ਗਈਆਂ। ਜੇ ਹੁਣ ਇੱਥੇ ਸਿੱਧੂ ਮੂਸੇਵਾਲੇ ਦਾ ਜਿਹੜਾ ਹਸਾਬ ਨਾਲ ਕਤਲ ਹੋਇਆ ਤੇ ਬਹੁਤ ਵੱਡੀ ਗੱਲ ਸੀ। ਪਰ ਸਰਕਾਰ ਦਾ ਜੋਰ ਲੱਗਿਆ ਹੋਇਆ ਸਿੱਧੂ ਮੂਸੇਵਾਲੇ ਨੂੰ ਵਿਲਨ ਬਣਾਉਂਦਾ। ਨਹੀਂ ਤੁਹ ਦੇਖੋ ਨਾ ਜੀ ਉਹ ਜੇ ਸਿਕਿਉਰਟੀ ਨਾਇਨ ਲੱਗਿਆ ਜੀ ਉਹ ਹਾਂ ਇਹਦਾ ਅਮਨ ਰੋੜਾ ਨੇ ਵੀ ਕਹਤਾ ਸੀਗਾ ਇੱਕ ਵਾਰੀ ਵਿਧਾਨ ਸਭਾ ਚ ਪਤਾ ਨਹੀਂ ਕਿੱਥੇ ਉਹਨਾਂ ਦਾ ਸਭਾ ਤੋਂ ਵਿੱਚ ਸੀ ਸ਼ਾਇਦ ਹਾਂ ਸਟੇਟਮੈਂਟ ਆ ਗਿਆ ਸੀ ਮਤਲਬ ਉਹ ਬੇਹੂਦਾ ਫਿਰ ਉਹ ਮਤਲਬ ਉਹ ਸਤਾਰ ਦੀ ਖਾਸ ਕਰਕੇ ਜਿੱਦਨੇ ਕਿਹਾ ਸੀ ਉਸ ਦਿਨ ਮੈਂ ਵੀ ਕਿਸੇ ਕੋਲੇ ਗੱਲ ਕਰ ਰਿਹਾ ਸੀ ਮੈਂ ਕਿਹਾ ਯਾਰ ਵੀ ਹੋਰ ਇਹਨਾਂ ਦਾ ਕੋਈ ਲੀਡਰ ਮਰਜੀ ਕਹਿੰਦਾ ਅਮਨ ਰੋੜੇ ਦੇ ਮੂੰਹ ਤੋਂ ਹੋਏ ਗੱਲ ਜਚੀ ਨਹੀਂ ਉਹਦੇ ਮੂੰਹ ਤੋਂ ਇਹ ਗੱਲ ਉਹਵੇਂ ਗੱਲ ਨਹੀਂ ਕਿਉਂਕਿ ਉਹ ਇੱਕ ਸੀਨੀਅਰ ਲੀਡਰ ਆ ਤੇ ਉਹ ਪੁਰਾਣਾ ਬੰਦਾ ਹੈਗਾ ਰਾਜਨੀਤੀ ਦੇ ਵਿੱਚ ਹੋ ਸਕਦਾ ਜਲਦਬਾਜ਼ੀ ਤੋਂ ਉਹਦਾ ਕਿਹਾ ਗਿਆ ਪਰ ਜੇ ਗੱਲ ਵਿਚਾਰ ਦਿਮਾਗ ਚ ਆਇਆ ਤਾਂ ਹੀ ਕਿਹਾ ਜਾਂਦਾਗਾ ਉਹ ਕਿਹਾ ਨਹੀਂ ਜਾਣਾ ਚਾਹੀਦਾ ਸੀ ਉਹਦੇ ਤੇ ਉਹਨਾਂ ਨੂੰ ਮੈਨੂੰ ਲੱਗਦਾ ਮਾਫੀ ਵੀ ਮੰਗਣੀ ਚਾਹੀਦੀ ਸੀ ਪਤਾ ਨਹੀਂ ਉਹਨਾਂ ਨੇ ਮੰਗੀ ਨਹੀਂ ਇਹ ਗੱਲ ਨਹੀਂ ਹੋਣਾ ਚਾਹੀਦਾ ਇਹ ਹੀ ਆ ਨਾ ਕੋਈ ਗੈਂਗਸਟਰ ਆ ਕੋਈ ਹਰਿਆਣੇ ਚੱਲ ਕੇ ਜਾਂ ਅੱਧਾ ਪੰਜਾਬ ਨਾਲ ਕੇ ਹਥਿਆਰ ਮਾਨਸਾ ਪਿੰਡ ਤੱਕ ਕਿ ਪਹੁੰਚ ਗਏ ਨਹੀਂ ਯਾਰ ਉਹ ਤੁਸੀਂ ਮੈਂ ਕਿਹਨਾਂ ਛੱਡ ਦੋ ਸਿੱਧੂ ਮੂਸੇਵਾਲੇ ਤੇ ਹਮਲਾ ਹੋਇਆ ਜਾਂ ਕਿਤੇ ਹੋਰ ਵੀ ਹਮਲਾ ਹੁੰਦਾ ਚਲੋ ਮੰਨ ਲਓ ਐਡੇ ਹਥਿਆਰ ਉਹਨਾਂ ਕੋਲੇ ਕਈ ਫਿਸਫੂਟ ਟੈਕਸੀ ਹੋਰ ਵੀ ਕਈ ਠਿਕਣਾ ਕਿ ਧਮਾਕਾ ਕਰਨ ਲਈ ਬੰਬ ਵੀ ਲੈ ਕੇ ਆਏ ਸੀ ਉਹ ਤੇ ਜੇ ਇੰਨਾ ਕੁਝ ਮਾਨਸਾ ਪਿੰਡ ਤੱਕ ਬਾਰਡਰ ਤੋਂ ਪਹੁੰਚ ਸਕਦਾ ਫਿਰ ਸਿਸਟਮ ਕਿੱਥੇ ਸੀ ਨਹੀਂ ਇਹ ਇਹ ਵੀ ਪਰਮੀ ਤਾਂ ਠੀਕ ਆ ਪਹੁੰਚ ਗਿਆ ਇਹ ਪਹਿਲਾਂ ਵਾਲੇ ਸਵਾਲ ਆ ਇਹ ਕੁਝ ਵੀ ਹੋ ਜਾਂਦਾਗਾ ਆਪਾਂ ਇਹ ਨਹੀਂ ਕਹਿੰਦੇ ਵੀ ਹੁਣ ਐਡਾ ਹੀ ਤਕੜਾ ਸਿਸਟਮ ਹੁੰਦਾ ਕਿਤੇ ਵੀ ਤਾਂ ਅਮਰੀਕਾ ਵਰਗੇ ਮੁਲਕਾਂ 'ਚ ਸਾਰਾ ਕੁਝ ਚੱਲੀ ਜਾਂਦਾ ਪਰ ਗੱਲ ਇਹ ਹੈ ਵੀ ਸਰਕਾਰ ਨੂੰ ਆਪਦੇ ਪੱਧਰ ਤੇ ਆ ਕੇ ਇਹਦੀ ਮਾਫੀ ਮੰਗਣੀ ਚਾਹੀਦੀ ਸੀ ਉਦੋਂ ਸਾਰੇ ਕੁਝ ਮਤਲਬ ਉਹਦੇ ਮਾਤਾ ਪਿਤਾ ਨੂੰ ਜਿਵੇਂ ਚਾਹੁੰਦੇ ਸੀ ਉਹ ਉਵੇਂ ਹੀ ਹੋ ਸਕਦਾ ਸੀ ਉਹ ਇਹ ਨਹੀਂ ਚਾਹੁੰਦੇ ਵੀ ਲਾਰੈਂਸ ਮਿਸ਼ਨੋਜੀ ਨੂੰ ਫਾਂਸੀ ਦੇ ਦੋ ਹੂੰ ਉਹ ਠੀਕ ਆ ਉਹ ਭਾਵਕਤਾ ਚ ਆ ਕੇ ਬੋਲ ਜਾਂਦੇ ਆ ਗਈ ਅਰੀ ਹੂੰ ਲਾਰੈਂਸ ਬਾਰੇ ਗੋਲਡੀ ਬਾਰੇ ਬਹੁਤ ਬੰਦਿਆਂ ਬਾਰੇ ਨਹੀਂ ਉਹ ਉਹ ਇਹ ਥੋੜੀ ਕਹਿੰਦੇ ਆ ਵੀ ਵੀ ਗੈਂਗਸਟਰ ਉਹ ਮੇ ਮਾੜੇ ਦੇਖੋ ਉਹ ਵੀ ਪੰਜਾਬ ਦੀ ਪੁੱਤ ਨੇ ਪਰ ਗੱਲ ਇਹ ਹੈ ਵੀ ਉਹਨਾਂ ਨੂੰ ਉਸ ਸਾਹਿਬ ਨਾਲ ਸਹੀ ਤਸੱਲੀ ਹੀ ਨਹੀਂ ਦਿੱਤੀ ਗਈ ਠੀਕ ਹੈ ਗੱਲ ਹੋ ਗਈ ਬਹੁਤ ਮਾੜੀ ਹੋਈ ਨਹੀਂ ਹੋਣੀ ਚਾਹੀਦੀ ਸੀ ਪਰ ਉਹਨਾਂ ਨੂੰ ਤਰਵਾਸਾ ਕਿਹਨੇ ਦੇਣਾ ਸੀ ਉਹ ਸਟੇਟ ਦੇ ਮਤਲਬ ਮੰਤਰੀ ਨੇ ਦੇਣਾ ਸੀ ਮੁੱਖ ਮੰਤਰੀ ਦੀ ਉਹ ਸੀਗੀ ਤੇ ਉਹ 20 ਤਰੀਕ ਨੂੰ 20 ਮਾਰਚ ਵਾਲਾ ਤਾਂ ਉਹ ਤਾਂ ਯਾਰ ਬਹੁਤ ਮਤਲਬ ਬੇਹੁੱਦਾ ਗੱਲ ਹੋ ਗਈ ਨਾ ਮੁੱਖ ਮੰਤਰੀ ਤੋਂ ਯਾਰ ਉਹ ਸਮਾਂ ਮੰਗ ਰਹੇ ਨੇ ਉਹਨੂੰ ਤੁਸੀਂ ਪੋਲੀਟਿਕਲ ਹੁਣ ਫਰਜ ਕਰ ਲਓ ਯਾਰ ਉਹ ਪ੍ਰਤਾਪ ਬਾਜਵੇ ਨਾਲ ਉੱਥੇ ਬਹਿ ਗਏ ਜਾਂ ਰਾਜੇ ਵੜੰਗ ਨਾਲ ਉੱਥੇ ਬਹਿ ਗਏ ਉਹਨਾਂ ਦਾ ਮੁੰਡਾ ਯਾਰ ਕਾਂਗਰਸ 'ਚ ਸੀ ਉਹਨਾਂ ਦਾ ਬਸ ਸੀ ਕਾਂਗਰਸ ਚ ਜੇ ਫਰਜ ਕਰੋ ਬੀਜੇਪੀ ਚ ਹੁੰਦਾ ਜਾਂ ਉਹ ਦੂਜੇ ਆਪਣੇ ਅਕਾਲੀ ਦਲ ਚ ਹੁੰਦਾ ਉਹ ਵੀ ਉਹ ਨਾਲ ਜਾਂਦੇ ਚਲੋ ਉਸ ਹਸਾਬ ਨਾਲ ਉਹ ਚਲੇ ਗਏ ਜਦੋਂ ਵਿਧਾਨ ਸਭਾ ਚਲੇ ਫਿਰ ਉਹ ਆਪ ਵੀ ਗਏ ਜਦੋਂ ਇਹਨਾਂ ਦਾ ਇੱਥੇ ਉਹ ਸੀ ਪ੍ਰੋਗਰਾਮ ਜਿਹਨੂੰ ਉਮੈਲਨੀ ਟਾਈਪ ਜਿਹੜਾ ਪੈਲਸਟ ਸੀ ਸਰਕਾਰ ਤੁਹਾਡੇ ਦਵਾਰ ਹਾਂ ਸਰਕਾਰ ਤੁਹਾਡੇ ਦਵਾਰ ਉੱਥੇ ਵੀ ਨਹੀਂ ਮਿਲੇ ਫਿਰ ਇਹ ਕੋਈ ਗੱਲ ਬਣੀ ਨਹੀਂ ਉਦੋਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮਿਲੇ ਸੀ ਉਹਨਾਂ ਵੱਲੋਂ ਵੀ ਨਹੀਂ ਅਜੇ ਤੱਕ ਕੋਈ ਜਵਾਬ ਆਇਆ ਉਹਨਾਂ ਨੂੰ ਤੁਸੀਂ ਦੇਖੋ ਨਾ ਕੀ ਪੰਜਾਬ ਸਰਕਾਰ ਇਹ ਭੁੱਲ ਜੇ ਕਿ ਸਿੱਧੂ ਮੂਸੇ ਦਾ ਮਾਪਿਓ ਉਹ ਦੇਖੇ ਕਿ ਇੱਕ ਪੰਜਾਬ ਦੇ ਵਸਿੰਦੇ ਆ ਭਾਈ ਇਹਨਾਂ ਦਾ ਪੁੱਤ ਮਰ ਗਿਆ ਸੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੇ ਉਹ ਪਰਿਵਾਰ ਮੁੱਖ ਮੰਤਰੀ ਤੱਕ ਪਹੁੰਚ ਕਰ ਰਿਹਾ ਤੇ ਮੁਲਾਕਾਤ ਕਰਵਾ ਦਿਓ ਹਾਂ ਮੁੱਖ ਮੰਤਰੀ ਮਾਨ ਸਾਹਿਬ ਐਨੇ ਵਿਜੀ ਵੀ ਨਹੀਂ ਹੋਣੇ ਕਿ ਕਿਸੇ ਲਈ ਉਹ 5 10 ਮਿੰਟ ਵੀ ਨਹੀਂ ਕੱਢ ਸਕਦੇ ਮੁੱਖ ਮੰਤਰੀ ਨੂੰ ਆਪ ਉਹਨਾਂ ਦੇ ਅੱਜ ਵੀ ਮੈਂ ਤਾਂ ਇਹ ਕਹਣਾਗਾ ਕੁਝ ਵੀ ਹੋ ਗਿਆ ਸਾਰੀ ਗੱਲ ਤੇ ਮਿੱਟੀ ਪਾਓ ਜਿਹੜੀ ਵੀ ਸਰਕਾਰ ਵੱਲੋਂ ਹੋਈ ਆ ਪਰ ਇਹ ਗੱਲ ਤੇ ਅਸੀਂ ਮਿੱਟੀ ਨਹੀਂ ਪਾ ਸਕਦੇ ਵੀ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਤੇ ਐਵੇਂ ਵੀ ਐ ਵੀ ਇਹ ਗੱਲ ਹੋਗੀ ਠੀਕ ਆ ਯਾਰ ਕਿਉਂਕੋ ਮਰ ਗਿਆ ਮਰ ਗਿਆ ਇਹ ਐਂ ਗੱਲ ਈ ਧੀ ਸੌਖੀ ਸਿੰਪਲ ਗੱਲ ਨਹੀਂ ਹਾਲਾਂਕਿ ਕੋਈ ਵੀ ਉਹਦਾ ਏਡਾ ਵੱਡਾ ਸਟਾਰ ਸੀ ਪੰਜਾਬ ਦੀ ਕੋਈ ਵੀ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਕੋਈ ਵੀ ਇਹੀ ਜੀਆਂ ਗੱਲਾਂ ਕਰਕੇ ਖਾਸ ਕਰਕੇ ਉੱਥੇ ਐ ਮਿੱਟੀ ਨਹੀਂ ਪੈਂਦੀ ਹੁੰਦੀ ਪਰ ਸਰਕਾਰ ਆਪਦੇ ਕੀਤੇ ਤੇ ਮਿੱਟੀ ਪਾ ਕੇ ਅੱਜ ਵੀ ਮੁੱਖ ਮੰਤਰੀ ਉਹਨਾਂ ਦੇ ਘਰੇ ਜਾ ਕੇ ਉਹਨਾਂ ਨੂੰ ਇਹ ਗੱਲ ਕਹਿਣ ਮੈਂ ਤਾਂ ਕਹਿਣਾ ਵੀ ਲੈ ਕੇ ਜਾਣ ਕੋਈ ਇਹੋ ਜਿਹਾ ਕਾਗਜ਼ੀ ਤੇ ਕਹਿ ਦੇਣ ਵੀ ਆਹ ਅਫਸਰ ਨੇ ਸਾਨੂੰ ਨਹੀਂ ਇਨਫੋਰਮੇਸ਼ਨ ਦਿੱਤੀ ਆ ਹੀ ਚੱਕ ਕੇ ਬਾਹਰ ਮਾਰਿਆ ਇਹਦੇ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਅਫਸਰਾਂ ਦੇ ਵੀ ਹੁੰਦੀ ਆ ਕਾਰਵਾਈ ਜਿਵੇਂ ਫੌਜ ਦੇ ਵਿੱਚ ਕੋਰਟ ਮਾਰਸ਼ਲ ਹੁੰਦਾ ਤਾਂ ਉਹਨਾਂ ਦੇ ਡਿਊਟੀ ਦੌਰਾਨ ਜੇ ਕੋਈ ਗਲਤੀ ਕਰਦਾ ਅਫਸਰ ਤਾਂ ਉਹਦੇ ਤੇ ਕਾਰਵਾਈ ਹੁੰਦੀ ਹੈ ਤੁਸੀਂ ਦੇਖੋ ਨਾ ਉਹ ਤਾਂ ਪਰਿਵਾਰ ਨੂੰ ਹੀ ਪਤਾ ਹੋਣਾ ਭਗਵੰਤ ਮਾਨ ਤਾਂ ਆਖੀ ਹੋਣਾ ਪੇਸਿਕਿਟੀ ਵਾਪਸ ਲੈ ਲੋ ਥੱਲੇ ਅਫਸਰ ਨੇ ਤੈ ਕੀਤਾ ਹੋਣਾ ਬਿਲਕੁਲ 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 ਤਾਂ ਪਰਿਵਾਰ ਹੀ ਕਹਿ ਰਿਹਾ ਜਿਹਦੀ ਗਲਤੀ ਹੈ ਉਹ ਤੇ ਕਾਰਵਾਈ ਕਰੋ ਹਾਂ ਹੂੰ ਤੁਹਾਡਾ ਕੋਈ ਅਫਸਰ ਆ ਤੁਹਾਡਾ ਕੋਈ ਨਹੀਂ ਦੀ ਕੀ ਮਿੱਤਰ ਵੀ ਹੈ ਭਾਵੇਂ ਹੁਣ ਇੱਥੇ ਬਲਤੇਜ ਪੰਨੂ ਦਾ ਨਾਮ ਆਉਂਦਾ ਹੈ ਪਰ ਨਾ ਚਲੋ ਨਾਮ ਲੈ ਕੇ ਤਾਂ ਗੱਲ ਕਰ ਰਹੇ ਹਾਂ ਜੇ ਫਰਜ਼ ਕਰੋ ਉਹਨਾਂ ਵੱਲੋਂ ਜਿਵੇਂ ਉਹ ਉਹਨਾਂ ਉਹਨਾਂ ਦੀ ਗਲਤੀ ਇੰਨੀ ਹੈ ਨਾ ਵੀ ਉਹਨਾਂ ਨੇ ਫੇਸਬੁੱਕ 'ਉਹ ਪੋਸਟ ਪਾਤੀ ਪਰ ਜਿਹੜਾ ਸਾਡੇ ਕੋਲ ਇਨਫੋਰਮੇਸ਼ਨ ਆ ਜਾਂ ਸਰਕਾਰ ਕੋਲ ਤਾਂ ਸਾਡੇ ਨਾਲੋਂ ਵੱਡੀ ਇਨਫੋਰਮੇਸ਼ਨ ਉਹਦੋਂ ਪਹਿਲਾਂ ਕਿੱਥੋਂ ਕਿੱਥੋਂ ਹੋ ਕੇ ਉਹ ਚੀਜ਼ ਗਈ ਆ ਕਿਉਂਕਿ ਬਲਤੇਜ ਪੰਨੂ ਸਰਕਾਰ ਦੀ ਉਹ ਪਹਿਲੀ ਗੜੀ ਨਹੀਂ ਵੀ ਜਿਹਦੇ ਕੋਲੇ ਆ ਗੱਲ ਆ ਗਈ ਤੇ ਉਹਨੇ ਪਾਤੀ ਠੀਕ ਆ ਨਾ ਉਹ ਵੀ ਇੱਕ ਪੱਤਰਕਾਰ ਆ ਤੇ ਨਾ ਉਹ ਐਨਾ ਮੈਨੂੰ ਲੱਗਦਾ ਵੀ ਉਹ ਹੋਊਗਾ ਵੀ ਐ ਪਾ ਦੂਗਾ ਉਹਨੂੰ ਵੀ ਬਹੁਤ ਟਾਈਮ ਹੋ ਗਿਆ ਪੱਤਰਕਾਰ ਪਰ ਉਦੋਂ ਪਹਿਲਾਂ ਵੀ ਜੇ ਉਹਨਾਂ ਦੇ ਮਾਪਿਆਂ ਨੂੰ ਕਿਸੇ ਗੱਲ ਦਾ ਨਹੀਂ ਵੀ ਪਤਾ ਤਾਂ ਉਹ ਵੀ ਮੁੱਖ ਮੰਤਰੀ ਮਾਨ ਜਾ ਕੇ ਦੱਸਣ ਵੀ ਤੁਸੀਂ ਸਾਡੇ ਬੰਦੇ ਨੂੰ ਗਲਤ ਉਹ ਕਰ ਰਹੇ ਹੋ ਪਰ ਜੇ ਉਹਨਾਂ ਦੇ ਬੰਦੇ ਵੱਲੋਂ ਕਿਸੇ ਬੰਦੇ ਵੱਲੋਂ ਚਾਹੇ ਉਹ ਬਲਤੇਜ ਪੰਨੂ ਚਾਹੇ ਕੋਈ ਵੀ ਉਹਦੇ ਵੱਲੋਂ ਗਲਤੀ ਹੈ ਤਾਂ ਉਹਨੂੰ ਵੀ ਬਣਦੀ ਉਹਦੀ ਜਿਹੜੀ ਸਜ਼ਾ ਜਾਂ ਉਹਦੀ ਕਾਰਵਾਈ ਉਹ ਹੋਣੀ ਚਾਹੀਦੀ ਹੈ ਪਤਾ ਇਹ ਗੱਲ ਕਹਿਣੇ ਆ ਵੀ ਇਹ ਚੀਜ਼ ਤਾਂ ਦੇਖੋ ਮੈਨੂੰ ਲੱਗਦਾ ਵੀ ਸਰਕਾਰ ਜਾਂ ਮੁੱਖ ਮੰਤਰੀ ਭਗਵੰਤ ਮਾਨ ਹੋਰ ਕੋਈ ਮੁੱਖ ਮੰਤਰੀ ਹੁੰਦਾ ਚੱਲੇ ਜਾਂਦਾ ਆਪਾਂ ਕਾਹੇ ਚਾਹ ਸਕਦੇ ਸੀ ਵੀ ਲੀਡਰੀ ਉਹਦੇ ਖੂਨ ਚ ਆ ਜਾਂ ਰਾਜਨੀਤੀ ਹਨਾ ਪਰ ਰੌਲਾ ਇਹੀ ਆ ਦੁੱਖ ਲੋਕਾਂ ਦਾ ਇਹੀ ਆ ਜਿਹੜੀਆਂ ਆਰਟੀਆਈਆਂ ਪੈ ਰਹਿਨਾਂ ਸਿੱਧੂ ਮੂਸੇਵਾਲੇ ਦੇ ਕਤਲ ਦੀ ਜਿਹੜਾ ਇਨਸਾਫ ਦੀ ਗੱਲ ਆ ਜਾਂ ਹੁਣ ਉਡਣ ਖਟੋਲੇ ਦੀ ਗੱਲ ਹੁੰਦੀ ਆ ਜਾਂ ਬਾਦੂ ਜਿਹੜੀ ਫਜ਼ੂਲ ਖਰਚੀ ਆ ਇਸ਼ਤਿਹਾਰਬਾਜ਼ੀ ਉਹ ਮੁੱਖ ਮੰਤਰੀ ਮਾਨਤੇ ਹੀ ਤਾਂ ਵਿਅੰਗ ਹੁੰਦੇ ਆ ਕਿਉਂਕਿ ਮੁੱਖ ਮੰਤਰੀ ਮਾਨ ਤੋਂ ਇਹ ਗੱਲਾਂ ਦੀ ਉਮੀਦ ਨਹੀਂ ਉਹ ਕਹਿੰਦੇ ਨਾ ਜਿਹਦੇ ਨਾਲ ਪਿਆਰ ਹੁੰਦਾ ਬੰਦਾ ਉਸ ਤੋਂ ਹੀ ਨਾਰਾਜ਼ ਹੁੰਦਾ ਹਾਂ ਜਿਹਦੇ ਨਾਲ ਪਿਆਰ ਹੀ ਨਹੀਂ ਉਹਨੂੰ ਨਾਰਾਜ਼ ਕੀ ਹੋਣਾ ਹੂੰ ਹੁਣ ਜੇ ਕਿਸੇ ਨੂੰ ਵੱਡੇ ਬਗਲ ਨਾਲ ਲਾ ਲੋ ਜਾਂ ਕੈਪਟਨ ਨਾਲ ਪਿਆਰ ਨਹੀਂ ਚਲੋ ਨਰਾਜ਼ ਵੀ ਨਹੀਂ ਹੋਏ ਮਾਨ ਸਾਹਿਬ ਤੁਹਾਡੇ ਨਾਲ ਲੋਕਾਂ ਨੂੰ ਦਿਲੋਂ ਪਿਆਰ ਆ ਤੇ ਪਿਆਰ ਲੋਕਾਂ ਦੇ ਨਾਲ ਵਿੱਚ ਹੈਗਾ ਵੀ ਆ ਪਰ ਤੁਸੀਂ ਉਹਨੂੰ ਨਰਾਜ਼ ਕਰ ਰਹੇ ਹੋ ਪਰ ਜੇ ਅੱਜ ਗਲਤ ਕਮੈਂਟ ਵਾਰੀ ਹੋ ਰਹੀ ਆ ਸਰਕਾਰ ਬਾਰੇ ਤਾਂ ਉਹਦੇ ਵਿੱਚ ਸਰਕਾਰ ਦਾ ਨਹੀਂ ਉਹ ਮੁੱਖ ਮੰਤਰੀ ਮਾਨ ਨੂੰ ਲੈ ਕੇ ਹੀ ਆ ਕਿਉਂਕਿ ਗੁੱਸਾ ਲੋਕਾਂ ਨੂੰ ਸਿੱਧਾ ਤੇ ਸਪਸ਼ਟ ਉਹਨਾਂ ਤੇ ਹੀ ਆ ਤੁਸੀਂ ਦੇਖੋ ਨਾ ਚੋਣਾਂ 'ਚ ਲੋਕਾਂ ਨੂੰ ਇਹ ਨਹੀਂ ਪਤਾ ਸਿਰ ਤੱਕ ਵੀ ਇੱਕ ਹੀ ਸਾਡਾ ਉਮੀਦਵਾਰ ਕੌਣ ਆ ਹਮ ਸੱਚ ਆ ਇਹ ਹਾਂ ਲੋਕਾਂ ਨੇ ਸਿਰਫ ਭਗਵੰਤ ਮਾਨ ਦੇ ਚਿਹਰੇ ਨੂੰ ਵੋਟ ਪਾਈ ਆ ਵੇਖ ਕੇ ਪਾਈ ਕਿੱਥੇ ਆ ਤੁਹਾਡਾ ਵਾਲਾ ਬਟਨ ਮੈਂ ਤਾਂ ਇਹੋ ਜਿਹੇ ਬੰਦੇ ਜਿਤਾਤੇ ਜਿਹੜੇ ਵਿਧਾਨ ਸਭਾ 100 ਜਦੋਂ 100 ਸਪੀਕਰ ਦਿੰਦਾ ਹੈਗਾ ਉੱਥੇ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਛੱਪਦੀ ਤਾਂ ਉੱਥੇ ਉਹਨਾਂ ਨੇ ਕੀ ਬੋਲਣਾ ਸੀ ਇਹ ਵੀ ਨਹੀਂ ਪਤਾ ਸੀ ਜਿਹੜੇ ਐਮ ਐਲ ਏ ਸੀ ਡਸਟਬਿਨ ਵਾਲੀ ਹੀ ਨਹੀਂ ਗੱਲ ਉਹਨਾਂ ਦਾ ਅੱਜ ਦਾ ਰਿਕਾਰਡ ਕੱਢ ਕੇ ਦੇਖ ਲਓ ਕੀ ਬੋਲੇ ਸੀ ਫਿਰ ਉਹਨਾਂ ਨੂੰ ਸਪੀਕਰ ਨੇ ਟੋਕਿਆ ਸੀ ਫਿਰ ਦੁਬਾਰਾ ਉਹ ਕੀ ਬੋਲੇ ਸੀ ਇਹ ਰਿਕਾਰਡ ਚਾ ਗੱਲਾਂ ਮਤਲਬ ਜਿਹੜੇ ਬੰਦਿਆਂ ਨੂੰ ਸਮਝ ਵੀ ਨਹੀਂ ਸੀ ਲੋਕਾਂ ਨੇ ਤਾਂ ਉਹਨਾਂ ਨੂੰ ਹੀ ਵਿਧਾਨ ਸਭਾ ਭੇਜਤਾ ਯਾਰ ਲੋਕਾਂ ਨੇ ਦੇਖਿਆ ਨਾ ਕਿ 117 ਚ ਕਿਹੜੇ ਕਿਹੜੇ ਬੰਦੇ ਆ ਲੋਕਾਂ ਨੇ ਸਿਰਫ ਭਗਵੰਤ ਮਾਨ ਦੇਖਿਆ ਇਹ ਵੀ ਨਹੀਂ ਕਿ ਆ ਰਵੰਕੇ ਜਿਹਾ ਨਾ ਜੀ ਨਾ ਇਹ ਭੁੱਲਣ ਲੋਕਾਂ ਨੇ ਸਿਰਫ ਭਗਵੰਤ ਮਾਨ ਨੂੰ ਦੇਖਿਆ ਸੀ ਤੇ ਨਾਲ ਝਾੜੂ ਦਾ ਨਿਸ਼ਾਨ ਬਿਲਕੁਲ ਤੇ ਉਹ ਨੱਪੀ ਗਏ ਤੇ ਹੁਣ ਪੰਜਾਬ ਸਰਕਾਰ ਲੋਕਾਂ ਨੂੰ ਨੱਪਨ ਨੂੰ ਫਿਰਦੀ ਆ ਹੂੰ ਥੋੜਾ ਜਣਾ ਪਾਉਣੇ ਆ ਐਸਵਾਈ ਨੂੰ ਇੱਕ ਵਾਰ ਫੇਰ ਹੂੰ ਕਿਸਾਨ ਜੱਥੇਬੰਦੀਆਂ ਇੱਕ ਵਾਰ ਫੇਰ ਸਰਗਰਮ ਹੋ ਰੀਆਂ ਨੇ ਹੂੰ ਤੇ ਸ਼ਾਇਦ ਇਕੱਠਿਆਂ ਵੀ ਹੋ ਜਾਣ ਹੂੰ ਜਿਵੇਂ ਕਿਸਾਨੀ ਅੰਦੋਲਨ ਚ ਹੋਈਆਂ ਸੀ ਹੂੰ ਪੰਜਾਬ ਦੇ ਪਾਣੀ ਦੇ ਮਸਲੇ ਨੂੰ ਲੈ ਕੇ ਹੂੰ ਤਾਂ ਫਿਰ ਸਰਕਾਰਾਂ ਫੇਲ ਹੋ ਜਾਣਗੀਆਂ ਇਹਦੇ ਚ ਪਰਮੀ ਤੇ ਇੱਕ ਹੋਰ ਗੱਲ ਆ ਕਿਸਾਨ ਜਥੇਬੰਦੀਆਂ ਦਾ ਵੀ ਉਹੀ ਆ ਜਿਵੇਂ ਮਾਨ ਸਰਕਾਰ ਦੀ ਆਪਾਂ ਗੱਲ ਕਰਦੇ ਆ ਇਕੱਠਾ ਹੋ ਜਾਣ ਕੋਈ ਮਾੜੀ ਗੱਲ ਨਹੀਂ ਇਕੱਠਾ ਹੋਣਾ ਚਾਹੀਦਾ ਪਰ ਬਾਅਦ ਦੇ ਵਿੱਚ ਜਦੋਂ ਜਾ ਕੇ ਗੱਲਾਂ ਬਦਲ ਜਾਂਦੀਆਂ ਨਾ ਫੇਰ ਲੋਕਾਂ ਦਾ ਕਿਤੇ ਨਾ ਕਿਤੇ ਭਰੋਸਾ ਉੱਠ ਜਾਂਦਾ ਹੈ ਕਿਉਂਕਿ ਜਿਵੇਂ ਬਹੁਤ ਸਾਰੇ ਜਿਹੜੇ ਧਰਨੇ ਲੱਗੇ ਉਹਦੇ ਵਿੱਚ ਕਈ ਧਰਨਿਆਂ ਦੇ ਵਿੱਚ ਲੋਕਾਂ ਦਾ ਮਤਲਬ ਆਪਾਂ ਕਹਈਏ ਵੀ ਰੋਸ ਗੁੱਸਾ ਦੇਖਣ ਨੂੰ ਮਿਲਿਆ ਪਹਿਲਾਂ ਨਹੀਂ ਐ ਹੁੰਦਾ ਸੀ ਹੂੰ ਪਹਿਲਾਂ ਨਹੀਂ ਹੁੰਦਾ ਸੀ ਐ ਉਹ ਹੁਣ ਕਿਉਂ ਹੋਇਆ ਕਿਉਂ ਨਹੀਂ ਹੋਇਆ ਇਹਦਾ ਜਵਾਬ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਦੇ ਸਕਦੇ ਨੇ ਤੇ ਇੱਕ ਸਭ ਤੋਂ ਵੱਡੀ ਜਿਹੜੀ ਪਰੇਸ਼ਾਨੀ ਵਾਲੀ ਗੱਲ ਆ ਇਹ ਜਥੇਬੰਦੀਆਂ ਦੇ ਵਿੱਚ ਜਥੇਬੰਦੀਆਂ ਟੁੱਟ ਕੇ ਬਹੁਤ ਜ਼ਿਆਦਾ ਬਣ ਗਈਆਂ ਹੂੰ ਆਪਸੇ ਦੇ ਵਿੱਚ ਉਹ ਬੰਦੇ ਵਾੜ ਕੇ ਤਾਂ ਜਿਹੜਾ ਆਪਾਂ ਕਹਈਏ ਵੀ ਕਿੰਤੂ ਪ੍ਰੰਤੂ ਆ ਉਹ ਜਿਹੜੇ ਵਦੇ ਆ ਨਾ ਉਹ ਲੋਕਾਂ ਦਾ ਵਿਸ਼ਵਾਸ ਚੱਕਦਾ ਠੀਕ ਆ ਲੋਕ ਜੁੜੇ ਵੇ ਉਹਨਾਂ ਕੋਲੇ ਕਾਡਰ ਹੈਗੇ ਆ ਪੱਕੇ ਜੇ ਪੰਜਾਬ ਦੇ ਭਲੇ ਦੀ ਇਕੱਠੇ ਹੁੰਦੇ ਆ ਜਾਂ ਕੋਈ ਮੋਰਚਾ ਲੱਗਦਾ ਠੀਕ ਆ ਲਾਉਣਾ ਵੀ ਚਾਹੀਦਾ ਪਰ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਨੂੰ ਢੂੰਗੇ ਤੌਰ ਤੇ ਸੋਚਣਾ ਪਊ ਵੀ ਗਿਣਤੀ ਜਥੇਬੰਦੀਆਂ ਦੀ ਵਧ ਗਈ ਇਹਦੇ ਚ ਵੀ ਲੋਕਾਂ ਦਾ ਨੁਕਸਾਨ ਆ ਲੋਕਾਂ ਦਾ ਭਰੋਸਾ ਟੁੱਟਿਆ ਲੋਕ ਜੁੜੇ ਨਹੀਂ ਲੋਕ ਜੁੜੇ ਨਹੀਂ ਚਲ ਦੇਖਦੇ ਫਿਰ ਕੀ ਬੰਦ ਦਾ 18 ਨੂੰ ਮੀਟਿੰਗ ਹੋਣ ਜਾ ਰਹੀ ਆ ਚੰਡੀਗੜ੍ਹ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹਾਂਜੀ ਨਹੀਂ ਵੀ ਜਮਾਨਤਾਰ ਜੀ ਲਾਤੀ ਹਾਈ ਕੋਰਟ ਦੇ ਵਿੱਚ ਹੂੰ ਉਹਨਾਂ ਦਾ ਪਤਾ ਨਹੀਂ ਲੱਗਿਆ ਹਨਾ ਇਹ ਤੱਕ ਕਿੱਥੇ ਨੇ ਦੇਖ ਲਾ ਯਾਰ ਹਨਾ ਕਮਾਲ ਦੀ ਗੱਲ ਆ ਯਾਰ ਰਾਤੋਂ ਰਾਤ ਗਾਇਬ ਹੋ ਗਏ ਦੇਖ ਲਾ ਦੂੰ ਹਨਾ ਸੁਕੰਤ ਕਿਨੇ ਉਹ ਅੱਜੇ ਜਿੱਦੀ ਲੱਗੀ ਐ ਵੇ ਜਾਗਦੇ ਰਹੋ ਹੂੰ ਰਾਤਾਂ ਨੂੰ ਗੁਆਚੇ ਕਿੱਥੋਂ ਯਾਰ ਲੱਭਦੇ ਆ ਪਾ ਇਹ ਗਾਣਾ ਯਾਦ ਕਰੀ ਜਾਂਦਾ ਸੀ ਹਨਾ ਇੱਥੇ ਬੋਲਣਾ ਸੀ ਨਹੀਂ ਮੈਂ ਨਾ ਕੱਲ ਸੁਣ ਰਿਆ ਸੀ ਉਸੇ ਆ ਰਹੇ ਮਲੋੜ ਤੋਂ ਘਰ ਨੂੰ ਤੋ ਜੇ ਮੈਂ ਗੀਤ ਬਹੁਤ ਸੋਹਣਾ ਲੱਗਿਆ ਮੈਨੂੰ ਬਹੁਤ ਪੁਰਾਣਾ ਗੀਤ ਵੀ ਆ ਇਹ ਹਾਂ ਗਾਣਾ ਬਹੁਤ ਸੋਹਣਾ ਹੈ ਤੇ ਹੁਣ ਵਿਚਾਰੇ ਮਿਲ ਨਹੀਂ ਸ਼ਹਿਰ ਉਹ ਸ਼ਹਿਰੀ ਵਾਲੇ ਵਿਚਾਰੇ ਤਾਂ ਸਰਕਾਰ ਲਈ ਆ ਵੀ ਸਰਕਾਰ ਨੂੰ ਨਹੀਂ ਪਰ ਸਹੀ ਆਪਣੇ ਲਈ ਤਾਂ ਕਾਦੇ ਹੁਣ ਨਹੀਂ ਜੇ ਜ਼ੋਰ ਲੱਗ ਰਿਹਾ ਕਿੰਨੇ ਹੂੰ ਕਿੰਨਾ ਪੈਸਾ ਖਰਚ ਹੋ ਰਿਹਾ ਤੁਸੀਂ ਦੇਖੋ ਹੂੰ ਹੁਣ ਤੱਕ ਕਿੰਨੇ ਸ਼ਹਿਰੋਂ ਆਏ ਨਹੀਂ ਸੀ ਪੰਜਾਬ ਦੇ ਲਈ ਹੂੰ ਪੰਜਾਬ ਦੇ ਗਾਲੀਬ ਸਾਹਿਬ ਨੇ ਅਕਸਰ ਉਹਨਾਂ ਲਈ ਮਿਆਕ ਹੁੰਦਾ ਹੈ ਹੂੰ ਇੱਕ ਹੀ ਵਿਅਕ ਜਿਹੜਾ ਪੰਜਾਬ ਦਾ ਸਿਆਸਤਦਾਨ ਆ ਉਹੜਾ ਹੈ ਉਰਦੂ ਬੋਲਦਾ ਜਰਾ ਹੂੰ ਉਹ ਵੀ ਗਿਆ ਸਿੱਪੇ ਪੱਲੇ ਅੰਗਰੇਜ਼ੀ ਲਾ ਗਿਆ ਉਹ ਤਾਂ ਅੰਗਰੇਜ਼ੀ ਬਣਾ ਗੱਲ ਹੀ ਨਹੀਂ ਕਰਦੇ ਸੀ ਸੀਤਾ ਫਰ ਵਾਲੇ ਯਾਦ ਆ ਮੈਨੂੰ ਪਤਾ ਉਹ ਬੜੀ ਕਲਿੱਪ ਵਾਇਰ ਲੁਈਸ ਹੈ ਨਾ ਸੋਹੰਤ ਸੋਹੰਤ ਨੂੰ ਯਾਦ ਨਹੀਂ ਸੋਹੰਤ 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 ਉਹ ਆਪਣੇ ਨਾਲ ਨਹੀਂ ਨਾ ਹੁੰਦਾ ਜੀ ਅੱਛਾ ਉਹ ਪੋਲਟਿਕਸ 'ਚ ਕੋਣ ਸੀ ਨਾ ਐਕਟਿਵ ਨਹੀਂ ਸੀ ਐਕਟਿਵ ਨਹੀਂ ਸੀ ਰਾਜਨੀਤਿਕ ਖਬਰਾਂ 'ਚ ਐਕਟਿਵ ਨਹੀਂ ਸੀ ਦੂਜੇ ਪਾਸੇ ਐਕਟਿਵ ਸੀ ਆਮ ਗੁਹਾਲੇ ਸਿਸਟਮ 'ਚ ਬਿਲਕੁਲ ਆਮ ਆਦਮੀ ਪਾਰਟੀ ਹੂੰ ਮਹੱਲਾਕ ਨੀਣਕ ਆ ਆਮ ਆਦਮੀ ਕੇ ਇਨਕ ਲੈ ਕਿ ਹੁੰਦੀ ਆ ਹੂੰ ਤਾਂ ਬੜਾ ਰੋਲਾ ਪੈਂਦਾ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਸੀ ਸੇਵਾ ਕੇਂਦਰ ਵਾਲੀਆਂ ਜਾਂ ਪ੍ਰਾਇਮਰੀ ਹੈਲਥ ਕੇਂਦਰ ਸੀ ਹੂੰ ਜਾਂ ਜੋ ਪਿੰਡਾਂ ਦੀ ਡਿਸਪੈਂਸਰੀਆਂ ਬਣੀਆਂ ਹੁੰਦੀਆਂ ਹੂੰ ਉਹਨਾਂ ਨੂੰ ਰੀਨੋਵੇਟ ਕਰਦੀ ਆ ਤੇ ਕੁਝ ਕੁ ਸਮਾਨ ਲੈ ਕੇ ਆਉਂਦੀ ਆ ਤੇ ਪੂਰੇ ਹਿੰਦੁਸਤਾਨ ਦੇ ਅਖਬਾਰਾਂ ਚ ਲੱਗਦਾ ਕਿ ਵਾਕਿਆ ਪੰਜਾਬ 5 ਨਵੰਬਰ ਤੱਕ ਕਰਾਈਆਂ ਜਾਣਗੀਆਂ ਚੋਣਾਂ ਪੰਜ ਨਗਰ ਨਿਗਮ ਦੀਆਂ ਪੰਜ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਪੰਜਾਬ ਚ ਪਾਈ ਇਲੈਕਸ਼ਨ ਆ ਗਈਆਂ ਬਿਲਕੁਲ ਜੀ ਬਿਲਕੁਲ ਅੱਜ ਸਵੇਰੀ ਖਬਰ ਹੈ ਪੰਜਾਬੀ ਟ੍ਰਿਬਿਊਨ ਦੀ ਖਬਰਾਂ ਤੇ ਪੂਰਾ ਉਦੋਂ ਪ੍ਰਚਾਰ ਹੁੰਦਾ ਹਾਂ ਉਦੋਂ ਸਵਾਲੇ ਉੱਠਿਆ ਸੀ ਕਿ ਜਦੋਂ ਪੰਜਾਬ ਦੇ ਕੋਲ ਆਪਣਾ ਬਹੁਤ ਸੋਹਣਾ ਢਾਂਚਾ ਹੈਗਾ ਪ੍ਰਾਇਮਰੀ ਹੈਲਥ ਕੇਂਦਰ ਹੋਗੇ ਜਾਂ ਡਿਸਪੈਂਸਰੀਆਂ ਹੋਗੀਆਂ ਜੋ ਪਿੰਡਾਂ 'ਚ ਬਣੀਆਂ ਹੋਈਆਂ ਜਾਂ ਸਬਸੈਂਟਰ ਹੋਗੇ ਉਦੋਂ ਆਮ ਆਦਮੀ ਪਾਟ ਕੇ ਨਹੀਂ ਜੀ ਅਸਤਾਦ ਦੇ ਆਮ ਆਦਮੀ ਕਲੀਨਿਕ ਬਣਾਵਾਂਗੇ ਪਰ ਹੁਣ ਖਬਰਾਂ ਇਹ ਆ ਰਹੀਆਂ ਕਿ ਸਰਕਾਰ 550 ਜੋ ਰੂਰ ਲ ਡਿਸਪੈਂਸਰੀਆਂ ਨੇ ਹੂੰ ਉਹਨਾਂ ਨੂੰ ਉਹਨਾਂ ਦੇ ਵਿੱਚ ਆਮਾਦਿਕ ਕਲੀਨਿਕ ਵਗੀਆਂ ਸਵਾਵਾ ਦੇਣੀਆਂ ਜਿਹੜਾ ਇੱਕ ਇੱਥੇ ਸਾਡੇ ਪਤਾ ਨਹੀਂ ਕਿਹੜਾ ਪਿੰਡ ਹੈ ਰ ਉੱਥੇ ਧਰਨਾ ਵੀ ਚੱਲ ਰਿਹਾ ਉੱਥੇ ਡਾਕਟਰ ਡਾਕਟਰ ਪੂਰੇ ਨਹੀਂ ਉੱਥੇ ਪਰਾ ਤਿੰਨ ਸੀ ਹੁਣ ਇੱਕ ਰਹਿ ਗਿਆ ਉਥੇ ਲਾਸ ਸਿੰਘ ਉੱਗ ਕੇ ਦਾ ਪਿੰਡ ਤਾਂ ਦੇ ਆਸੇ ਪਾਸੇ ਕਲਚਰ ਹੁਣ ਹਲਕਾ ਪਧਾਉੜਾ ਪਿੰਡ ਹੈਗਾ ਚੰਨਣਵਾਲਾ ਹੂੰ ਚੰਨਣਵਾਲ ਪਿੰਡ ਮੈਨੂੰ ਫੋਨ ਵੀ ਆਇਆ ਸੀ ਉਦੋਂ ਪਤਾ ਨਹੀਂ ਅਸੀਂ ਕਿੱਥੇ ਸੀ ਮੈਂ ਕਿਹਾ ਯਾਰ ਅਸੀਂ ਪਾਸੇ ਗਏ ਮੈਂ ਇੰਟਰਵਿਊ ਤੇ ਉਧਰੋਂ ਬੁਲਾ ਰਹੇ ਸੀ ਤੁਸੀਂ ਪਹਿਲਾਂ ਹੀ ਇਹ ਕਰ ਦੇਣਾ ਕਿਉਂਕਿ ਜਿਹੜਾ ਪੰਜਾਬ ਦਾ ਹੈਲਥ ਹੈ ਨਾ ਉਹ ਪੂਰੇ ਇੰਡੀਆ 'ਚ ਬਹੁਤ ਚੰਗਾ ਬਣਿਆ ਗਿਆ ਹੂੰ ਤੋਂ ਪਹਿਲਾਂ ਪ੍ਰਾਇਮਰੀ ਹੈਲਥ ਕੇਂਦਰ ਹੈਗੇ ਆਪਣੇ ਕੋਲ ਇਹ ਡਿਸਪੈਂਸਰੀਆਂ ਹੈਗੀਆਂ ਤੁਸੀਂ ਉੱਥੇ ਇੱਕ ਰੂਮ ਹਾਲ ਬਣਾ ਦੋ ਜਾਂ ਉੱਥੇ ਸਾਰਾ ਇਹ ਉਪਲਬਧ ਕਰਾ ਦਿਓ ਹੂੰ ਤੁਸੀਂ ਪਹਿਲਾਂ ਤਾਂ ਪ੍ਰਾਇਮਰੀ ਹੈਲਥ ਕੇਂਦਰਾਂ ਨੂੰ ਬੰਦ ਕਰਕੇ ਉਹਨਾਂ ਚੋਂ ਸਟਾਫ ਕੱਢ ਲਿਆ ਹੂੰ ਬੰਦ ਤਾਂ ਨਹੀਂ ਕੀਤੇ ਪਰ ਉਹ ਬੰਦ ਹੋ ਗਏ ਉਹ ਹੂੰ ਕੋਚੋ ਸਟਾਫ ਕੱਢ ਲਿਆ ਉਧਰ ਪਾਤਾ ਉਥੋਂ ਲੋਕ ਹੁ ਰੋਈ ਜਾਂਦੇ ਆ ਹਾਂ ਜਿਹੜੇ ਹਸਪਤਾਲਾਂ ਚ ਪਹਿਲਾਂ ਲੋਕਾਂ ਦਾ ਆਪਰੇਸ਼ਨ ਤੱਕ ਹੋ ਜਾਂਦਾ ਸੀ ਉੱਥੇ ਹੁ ਡਾਕਟਰ ਹੀ ਨਹੀਂ ਹੂੰ ਤੇ ਇਹ ਕਾਮ ਆਦਮੀ ਕਲੀਨਿਕ ਖੋਲਤਾ ਜਿੱਥੇ ਸਿਰਫ ਕਲਾ ਟੈਸਟ ਹੋ ਸਕਦਾ ਹੂੰ ਇਹ ਕਹਿੰਦਾ ਤੁਹਾਨੂੰ ਉਹ ਵੀਡੀਓ ਭੇਜੀ ਸੀ ਵੀਡੀਓ ਨਵੀਂ ਆ ਕਿ ਪੁਰਾਣੀ ਆ ਓ ਦਿਲ ਖੁਸ਼ ਹੋ ਗਿਆ ਤੇ ਮੇਰਾ ਹਾਂ ਮੈਂ ਸਵੇਰ ਉੱਠਿਆ ਤਾਂ ਹੀ ਤੁਹਾਨੂੰ ਭੇਜੀ ਪਰ ਤੂੰ ਪਹਿਲਾਂ ਹੀ ਦੇਖੀ ਬੇਟਾ ਸੀ ਮੈਨੂੰ ਸਵੇਰ ਆ ਗਈ ਸੀ ਹੂੰ ਸ਼ਾਇਦ ਕੋਈ ਆਸਟ੍ਰੇਲੀਆ ਤੋਂ ਆਪਣਾ ਯੂਰ ਹੋਣੀ ਭੇਜੀ ਸੀ ਮੈਨੂੰ ਵੀ ਵੀਰ ਨਹੀਂ ਬਈ। ਹਾਂ ਕਹਿੰਦੇ ਦਿਲ ਖੁਸ਼ ਹੋ ਗਿਆ ਮੇਰਾ ਦੇਣ ਬਣ ਗਿਆ। ਨਵੀਂ ਆ ਕਿ ਪੁਰਾਣੀ ਆ? ਨਵੀਂ ਹੋਣੀ ਆ। ਮੈਂ ਚੱਕ ਕਿਤਾ ਮੈਂ ਪੇ ਚੈੱਕ ਕਰਦਾ ਮੈਂ ਟਾਈਮ ਹੀ ਲੱਗਾ ਦੂਆ ਮੇਰਾ। ਪਰ ਦਿਲ ਖੁਸ਼ ਹੋ ਗਿਆ ਵਾਕੇ ਯਾਰ। ਹਾਂ। ਉਹ ਕਹਿੰਦੇ ਯਾਰ ਚੱਕੋ ਸੋਡੇ ਫੇਵਰਿਟ ਬੰਦੇ ਦੀ ਵੀਡੀਓ। ਹੂੰ। ਇੱਕ ਹੱਥ ਅੱਧੇ ਬੰਦੇ ਨੇ ਤਾਂ ਸੁਖਵੰਤ ਦੀ ਆਈਡੀ ਲਵਲੀ ਤੈਨੂੰ ਪਤਾ ਆਪਾਂ ਕਹਿੰਦੇ ਸੁਖਵੰਤ ਨੂੰ ਦਿਖਾਉਣਾ ਨਹੀਂ ਸੁਖਵੰਤ ਦੀ ਆਈਡੀ ਲਵਲੀ। ਅੱਛਾ। ਸੁਖਵੰਤ ਦੀਆਂ ਫੋਟੋਆਂ ਭੇਜੀ ਜਾਂਦੇ ਇੱਕ ਦੋ ਬੰਦੇ ਬੜਾ ਉਹ ਸੁਖਵੰਤ ਨੂੰ ਫੋਟੋਆਂ ਉਹ ਪਾ ਕੇ ਰੱਖਦਾ ਤੂੰ। ਮੈਨੂੰ ਤਾਂ ਪਤਾ ਹੀ ਨਹੀਂ ਸੀ। ਦੋ ਚਲਦੀ ਹੈ ਕਹਿੰਦਾ ਬਸ ਚਲਦੀ ਨਹੀਂ ਦੌੜਦੀ ਆ ਕਿ ਭਾਈ ਸਾਡਾ ਅਸੀਂ ਉਹ ਇੰਸਟਾਗ੍ਰam ਦੇ ਉੱਤੇ ਉਹ ਪਾਇਆਗਾ ਕੀ ਬੋਲਦੇ ਆ WhatsApp ਚੈਨਲ ਬਣਾਇਆ ਆ WhatsApp ਚੈਨਲ ਬਣਾਇਆ ਉਹਦਾ ਲਿੰਕ ਪਾਇਆ ਭਾਈ ਉਹ ਜੁਆਇਨ ਕਰ ਲਿਓ ਹਾਂਜੀ ਉਹ ਮੇਰੇ ਨਿੱਜੀ ਖਾਤੇ ਦੇ ਉੱਤੇ ਪਾਇਆ ਸੀ ਦੂਜੇ ਖਾਤਿਆਂ ਦੇ ਉੱਤੇ ਵੀ ਪਾ ਦੂੰਗਾ ਤੁਹਾਨੂੰ ਸ਼ੋਅ ਹੋ ਜਾਊਗਾ ਉਹ ਜੁਆਇਨ ਕਰ ਲਿਓ ਤੇ ਇੱਕ ਵੱਤ ਬਦ ਲੋ ਭਾਈ ਬੇਨਤੀ ਹੈ ਢੀ ਟਾਕ ਵੇਦਰਤਨ ਦੇ YouTube ਤੇ ਜੜੋ ਸਾਡੀਆਂ ਇੰਟਰਵਿਊ ਕੋਈ ਦੇਖ ਹੀ ਨਹੀਂ ਰਿਹਾ ਮੈਨੂੰ ਬਹੁਤ ਦੁੱਖ ਲੱਗ ਰਿਹਾ ਹੈ ਗੱਲ ਦਾ ਮੈਂ ਸੋਚਿਆ ਵੀ ਸੀਗਾ ਵੀ ਮੈਂ ਇਹ ਪੌਡਕਾਸਟ ਦੇ ਵਿੱਚ ਇਹ ਗੱਲ ਕਰੂੰਗਾ ਸਾਰੀ ਟੀਮ ਦਾ ਕੀ ਉਹ ਕਹਿੰਦੇ ਹੁੰਦੇ ਆ ਮੋਰਲ ਡਿੱਗ ਜਾਂਦਾ ਹਾਂ ਹੌਸਲੇ ਆ ਦੇ ਹੌਸਲੇ ਡਿੱਗੇ ਹੋਏ 15-20 ਦਿਨ ਹੋ ਗਏ ਸਾਡੇ ਬੰਦੇ ਟੁੱਟੇ ਪਏ ਆ ਹਾਂ ਕੀ ਪੌਡਕਾਸਟ ਨੂੰ ਬਹੁਤ ਸਾਥ ਮਿਲ ਰਿਹਾ ਅਸੀਂ ਖੁਸ਼ ਆਂ ਪੌਡਕਾਸਟ ਹਾਂ ਹਾਂ ਅਸੀਂ ਖੁਸ਼ ਆਂ ਖਾਸ ਕਰਕੇ ਜਦੋਂ ਆਪਾਂ ਐਡ ਨਹੀਂ ਲੈਂਦੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਨਹੀਂ ਕਰਦੇ ਕਿਉਂ ਅਸੀਂ ਤਾਕਤ ਨਾਲ ਜੋ ਕੰਮ ਵੀ ਕਰ ਰਹੇ ਹਾਂ ਉਹਦੇ ਕੋਈ ਐਡ ਨਹੀਂ ਹੁੰਦੀ ਉਹ ਚੁੱਕੇ ਮਸਾਲੇ ਦਾ ਕੰਮ ਵੀ ਨਹੀਂ ਹੁੰਦਾ ਹੂੰ ਸਿਰਫ ਇਹੜੇ ਪੰਜਾਬ ਦੇ ਮਸਲੇ ਹੁੰਦੇ ਆ ਜਾਂ ਅਨਨੋਣ ਪਰਸਨ ਹੁੰਦੇ ਆ ਉਹ ਤੁਹਾਡੇ ਸਾਹਮਣੇ ਲੈ ਕੇ ਆਉਣੀ ਆ ਅਸੀਂ ਜਦੋਂ ਉੱਥੇ ਨਹੀਂ ਚੱਲਦਾ ਤਾਂ ਜਦੋਂ ਆਪਣੀਆਂ ਕਹਾਣੀਆਂ ਜਾਂ ਫਿਰ ਦੁੱਖ ਤਾਂ ਲੱਗਦਾ ਹੀ ਐ ਇੰਟਰਵਿਊ ਜਿਹੜੀਆਂ ਵੱਖਰੀਆਂ ਹੁੰਦੀਆਂ ਨਾ ਹੂੰ ਪਤਾ ਨਹੀਂ ਉਹ ਸਿਆਣੀਆਂ ਜ਼ਿਆਦਾ ਹੁੰਦੀਆਂ ਇਹ ਵੀ ਆ ਮੈਨੂੰ ਬਹੁਤ ਲੋਕ ਕਹਿੰਦੇ ਆ ਉਹ ਕਹਿੰਦੇ ਛੋਡੀ ਇੰਟਰਵਿਊ 'ਚ ਮਸਾਲਾ ਨਹੀਂ ਹੁੰਦਾ ਜਾਂ ਇੱਕ ਮੈਨੂੰ ਕੱਲ ਪਤਾ ਨਹੀਂ ਕਿਹਨੇ ਗਿਆ ਉਹ ਕਹਿੰਦੇ ਵੀ ਛੋੜੇ ਉਹ ਨਹੀਂ ਤੁਸੀਂ ਚਰਚਤ ਬੰਦਾ ਨਹੀਂ ਲੈ ਕੇ ਆ ਰਹੇ ਹੁਣ ਆਹ ਜਾਂ ਮੁੱਦਾ ਨਹੀਂ ਮੈਂ ਕਹਾਂ ਯਾਰ ਇਹ ਹੋਣਾ ਕੋਈ ਜ਼ਰੂਰੀ ਨਹੀਂ ਚਲੋ ਕੋਈ ਨਾ ਆਪਾਂ ਆਪਣੀ ਚਾਲ ਚੱਲਦੇ ਚੱਲਾਂਗੇ ਪਰ ਆਪਾਂ ਗਿਲਾ ਕਰ ਸਕਦੇ ਹਾਂ ਜਦੋਂ ਆਪਾਂ ਉਵੇਂ ਸਾਹਬ ਨਾਲ ਉਹ ਕੋਈ ਕੰਮ ਨਹੀਂ ਕਰਦੇ ਆ ਪਰ ਲੋਕਾਂ ਕੋਲੇ ਗਲਾ ਕਰ ਸਕਦੇ ਆ ਮੈਨੂੰ ਲੱਗਦਾ ਇਹ ਜੀ ਦੇਵ ਮਾਨ ਸਾਹਿਬ ਨੇ 2 ਦਿਨ ਪਹਿਲਾਂ ਹੀ ਇਹ ਰੀਲ ਵੀ ਪਾਈ ਆ ਵੀ ਆਪਣੇ ਕੋਲੇ ਆਈ ਸੀ ਤੇ ਨੇ ਆਪਣੀ ਪ੍ਰੋਫਾਈਲ ਤੇ ਲਿਖਿਆ ਹੋਇਆ ਏ ਅੱਜ ਮੇਰੀ ਜ਼ਿੰਦਗੀ ਦੀ ਹਮਸਫਰ ਨਗਾ ਡੋਂਗ ਦਾ ਜਨਮ ਦਿਨ ਹੈ ਹਮ ਪ੍ਰਮਾਤਮਾ ਨਗਾ ਹਮੇਸ਼ਾ ਨਗਾ ਨੂੰ ਹਮੇਸ਼ਾ ਤੰਦਰੁਸਤ ਤੇ ਸਾਰੀਆਂ ਖੁਸ਼ੀਆਂ ਦੇਵੇ ਹਮ ਤੇ 9 ਅਕਤੂਬਰ ਨੂੰ ਜਨਮ ਦਿਨ ਹੁੰਦਾ ਜੀ ਉਹਨੇ ਧਰਮ ਪਤਨੀ ਦਾ ਤੇ ਸਾਡੇ ਵੱਲੋਂ ਵੀ ਹੈਪੀ ਬਰਥਡੇ ਦੇਵ ਮਾਨ ਸਾਹਿਬ ਹੂੰ ਹੂੰ ਬਿਲੇਟਡ ਹਾਂ ਬਿਲੇਟਡ ਬਿਲੇਟਡ ਕਹਿੰਦਾ ਉਹ ਫਰਾਂਸੀ ਅੰਗਰੇਜ਼ੀ ਘਟ ਆਉਂਦੀ ਹੈ ਨਾ ਬੜੇ ਪੂਰਾ ਵਧੀਆ ਬਣਾਇਆ ਗਿਆ ਭਾਈ ਜੀ ਇੱਕ ਦੋ ਤਿੰਨ ਕੇਕ ਪਏ ਆ ਇੱਥੇ ਇੱਕ ਕੇਕ ਦਾ ਬੜਾ ਵੱਡਾ ਕੇਕ ਨਹੀਂ ਆਦਾ ਓਏ ਓਏ ਪਏ ਤਾਂ ਫੋਟੋ ਵਿੱਚ ਦੇਖੋ ਸੀ ਕੇਕ ਯਾਰ ਮੈਨੂੰ ਖਵਾਦਾ ਅਸੀਂ ਖਵਾ ਦਾਂਗੇ ਯਾਰ ਤੈਨੂੰ ਕੇਕ ਨਹੀਂ ਯਾਰ ਕਿੱਥੇ ਐਮਐਲਏ ਦਾ ਕੇਕ ਕਿੱਥੇ ਕਿਸੇ ਪੱਤਰਕਾਰ ਦਾ ਕੇਕ ਫਰਕ ਨਹੀਂ ਮਾਰਨਾ ਕਰਤਾ ਓਏ ਮਿੱਟੀ ਕਰਤੀ ਸਾਰੀ ਗੱਲ ਚਾਰ ਬਾਈ ਜੀ ਚਾਰ ਕੇ ਕਿ ਹੋ ਗਏ ਹੁਣ ਖਾਣ ਚੋ ਮੰਗਿਆ ਰੇ ਗੈਨਲਾ ਇੱਕ ਦਾ ਹੋਰ ਮੈਂ ਤਾਂ ਕੋਈ ਨਹੀਂ ਮੈਂ ਤਾਂ ਬਾਅਦ ਚ ਬੋਲੂ ਚਾਰ ਕਿਕ ਹੋ ਗਏ ਚਾਰ 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 ਇਹ ਕੋਣ ਆਪਾਂ ਕਿਤੇ ਲੈ ਕੇ ਜਾਣੇ ਕੇਕ ਕੀ ਐਮਐਲ ਸਮਝਦੇ ਨਾ ਆਪਾਂ ਜਾ ਚੰਗੀ ਦੁਕਾਨ ਤੇ ਬਾਈ ਜੀ ਪੂਰਾ ਆਰਗੇਨਿਕ ਕੇਕ ਹੋਗੇ ਹੋਵੇ ਕੋਈ ਅੰਡੇ ਉੰਡੇ ਵਾਲਾ ਨਾ ਹੋਵੇ ਹੂੰ ਤੇ ਫਰਕ ਤਾਂ ਪੈਂਦਾ ਜਿੱਥੇ ਆਪਾਂ ਆਮ ਲੈ ਕੇ ਗਏ ਠੀਕ ਹੈ ਬੈਠੇ ਨੂੰ ਅੱਜ ਖਵਾ ਦਿੰਨੇ ਆਂ ਅਸੀਂ ਕੇ ਖਾਣਾ ਨਹੀਂ ਛੱਡੇ ਵਾਲਾ ਖਾਣਾਂਗੇ ਵਧੀਆ ਖਵਾਉਂਗੇ ਤੋ ਕੋਈ ਹੂੰ ਹੋਣੀ ਖਾਉਂਦੇ ਸੀ ਲੈ ਚੱਕਾ ਦੋ ਯਾਰ ਤੈਨੂੰ ਹੀ ਮਾੜਾ ਖਵਾਵਾਂਗੇ ਨਾ ਜੇ ਤੂੰ ਐਂ ਕਹਤਾ ਜੇ ਤੈਨੂੰ ਉਮੀਦ ਹੀ ਨਹੀਂ ਸਾਡੇ ਤੱਕ ਅਸੀਂ ਆਹੀ ਨਹੀਂ ਗੋਹਦੇ ਅਸੀਂ ਜੇ ਰੋਟੀ ਖਾ ਕੇ ਬੜੇ ਢੱਪੜ ਘੈਣਾ ਮੇਰਾ ਲੈ ਬਾਈ ਫੁੱਲਾ ਫੜਾ ਬੜਾਂ ਦੀ ਚਟਣੀ ਗੱਡੀ ਘੈਂਟ ਸੀ ਹਾਂ ਚਟਣੀ ਬਹੁਤ ਸੁਆਦ ਸੀ ਬਾਈ ਹੈ ਟਣਾ ਜਿਹੜੇ ਬੰਦੇ ਹੁਣ ਬਾਹਰ ਅੱਜ ਸੁਣ ਰਿਹਾ ਜੇ ਬਾਈ ਆੜੀ ਚੱਪੜ ਚੱਪੜਾਂ ਦੀ ਚਟਣੀ ਬਹੁਤ ਸੁਆਦ ਸੀ ਜੀ ਹੂੰ 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 ਨਹੀਂ ਤਾਂ ਬਹੁ ਵੀ ਆੜੀ ਲਿੰਕ ਪਤਾ ਸੀ ਆਪਦੇ ਸਾਰੇ ਪੰਜਾਬੀ ਪੋਡਕਾਸਟ ਤੇ ਪਤਾ ਇੰਸਟਾਗ੍ਰam ਤੇ ਤੇ ਇਹ ਸਾਡਾ ਉਹ ਆ WhatsApp ਚੈਨਲ ਇਹਨੂੰ ਜੁਆਇਨ ਕਰ ਲਓ ਬਾਈ ਤੇ ਟਾਕ ਬਦ ਰਤਨ ਤੇ ਆੜੀ ਬਾਈ ਵੀਡੀਓ ਦੇਖਿਆ ਕਰੋ ਵੱਧ ਤੋਂ ਵੱਧ YouTube ਦੇ ਉੱਤੇ ਬਿਲਕੁਲ ਜੀ ਕੇਕ ਚਾਰ ਹੀ ਪਏ ਪਰ ਸਾਨੂੰ ਨਾ ਉਹਦੇ ਉਹ ਕੀ ਕਹਿੰਦੇ ਹੁੰਦੇ ਆ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈਣਾ ਆਰਥਿਕ ਮੰਦੀ ਹੋ ਗਈ ਫੇਰ ਕੰਟੈਂਟ ਖਰਾਬ ਹੋਣ ਲੱਗੇ ਜਾਣਾਂਗਾ ਕੈਨੇਡਾ ਤੋਂ ਬਾਅਦ ਕਿਤੇ ਸਾਨੂੰ ਵੀ ਪਰ ਨਹੀਂ ਸਾਡੀ ਚਲੋ ਦ੍ਰਿੜਤਾ ਹੈਗੀ ਆ ਬਹੁਤ ਸਬਰ ਸੰਤੋਖ ਦਿੱਤਾ ਪ੍ਰਮਾਤਮਾ ਨੇ ਪਰ ਕਿਤੇ ਨਾ ਕਿਤੇ ਉਹ ਗੱਲ ਨਾ ਹੋ ਜੇ ਇੱਕ ਮੈਂ ਫੋਨ ਚੈੱਕ ਲਾਂ ਯਾਰ ਵਿੱਚ ਨਹੀਂ ਯਾਰ ਨਹੀਂ ਚੈੱਕ ਲੈਣ ਤੇ ਹੈਲੋ ਹਾਂਜੀ ਨੇ ਕੀ ਆ ਵੀਰੋ ਬਈ ਪੌਡਕਾਸਟ ਸੁਣਦੇ ਜਦਾਂ ਮੇਚੀ ਫੋਨ ਚੱਕ ਲਿਆ ਉਹਦੋਂ ਵੀ ਮੇਚੀ ਚੱਕਾ ਹੀ ਤੇਰਾ ਫੋਨ ਕੀ ਸੌਖਾ ਨਾ ਕਿਨੇ ਗੱਲ ਕਰ ਰਹੇ ਆ ਕੋਈ ਚੋਚੀ ਆਉਣਾ ਹੂੰ ਚਲ ਤੈਨੂੰ ਮੈਂ ਦਿਖਾਉਣਾ ਲਿਆ 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 ਤੂੰ ਉਧਰੋਂ ਲਿਆ ਆਪ ਦਾ ਹਿਸਾਬ ਕਿਤਾਬ ਨੂੰ ਮੇਰੇ ਕੋਲੇ ਤੂੰ ਕਿਵੇਂ ਆਉਣਾ ਉਹ ਤੂੰ ਕੀ ਤੂੰ ਅੱਜ ਕਿਵੇਂ ਆਉਣਾ ਮੇਰੇ ਕੋਲੇ ਹਾਂ ਹਾਂ ਉਹ ਕਰਵਾ ਲਾਂ ਉਹ ਕਰਵਾ ਲਾਂਗੇ ਆ ਜਾ ਆ ਜਾ ਆਪਾਂ ਕੱਢ ਕੇ ਦੇਨੇ ਯਾਰ ਆਪਣੇ ਵਾਚ ਆ ਜਾ ਆ ਜਾ ਆ ਜਾ ਓਕੇ ਦੇਖੋ ਜੀ ਕਿਵੇਂ ਜੀ ਨਹੀਂ ਨਹੀਂ ਇਹ ਤਾਂ ਚਲੋ ਠੀਕ ਆ ਯਾਰ ਉਹ ਨਿੱਜੀ ਜ਼ਿੰਦਗੀ ਆ ਪਰ ਮੈਨੂੰ ਵੀਡੀਓ ਦੇਖ ਕੇ ਵਧੀਆ ਲੱਗਿਆ ਹਾਂ ਮੈਨੂੰ ਖੁਸ਼ੀ ਹੋਈ ਸਹੀ ਗੱਲ ਆ ਉਹ ਆਪਾਂ ਹੁਣ ਮੇਣੀ ਬਿਆਨ ਨਹੀਂ ਕਰ ਰਹੇ ਬਿਲਕੁਲ 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 ਆਪਾਂ ਪਹਿਲਾਂ ਹੀ ਪੜੇ ਕਹਤਾ ਬਾਈ ਜੀ ਵਧੀਆ ਗੱਲ ਆ ਤੁਹਾਡੀ ਵਾਈਫ ਨਾਲ ਇੰਨੀ ਵਧੀਆ ਬੰਦ ਦੀ ਤੁਸੀਂ ਖੁਸ਼ੀ ਮਨਾ ਰਹੇ ਹੋ ਵਧੀਆ ਗੱਲ ਆ ਯਾਰ ਕਿਉਂਕਿ ਕੋਈ ਵੀ ਸਿਆਸਤਦਾਨ ਕੋਈ ਚਰਚਾ ਕਰੇ ਨਾ ਕਰੇ ਯਾਰ ਉਹਨਾਂ ਬਾਰੇ ਆਪਾਂ ਜ਼ਰੂਰ ਕਰਨੀ ਆ ਆਪਾਂ ਜ਼ਰੂਰ ਕਰਨੀ ਆ ਪਰ ਇੱਕ ਖਾਸ ਗੱਲ ਹੋਰ ਵੀ ਆ ਉਹ ਆਪਣੀ ਫੇਸਬੁੱਕ ਤੇ ਲਿਖ ਕੇ ਪਾਈ ਬੈਠੇ ਇੱਕ ਬਹੁਤ ਸੋਹਣੀ ਗੱਲ ਹੂੰ ਦੱਸ ਦੱਸ ਦੇ ਰਹਿਣਾ ਜਾਵੇ ਅੱਜ ਕੋਈ ਹਾਂ ਅੱਜ ਰਹਿਣ ਜਲਦੀ ਗੱਲ ਨਾ ਰਹਿ ਦੇ ਹਾਂ ਉਹ ਲਿਖ ਕੇ ਪਾਈ ਬੈਠੇ ਆ ਦੇਮਨ ਵਾਇਸ ਆਫ ਕਾਮਨ ਮੈਨ ਆ ਦੇਖੋ ਇਧਰ ਹੂੰ ਇੰਗਲਿਸ਼ ਕਿੱਧਰ ਪੱਜ ਗਏ ਹੂੰ ਇਹ ਬਟਨ ਗਲਤ ਨਾ ਪੈ ਜਾਂਦਾ ਆ ਦੇਖੋ ਜੀ ਉੱਤੇ ਸੁਪਰੀਮੋ ਸਾਹਿਬ ਦੀ ਫੋਟੋ ਲੱਗੀ ਹੋਈ ਆ ਭਾਈ ਜੀ ਹਾਂ ਕੀ ਲਿਖਿਆ ਵਗਾ ਵਾਇਸ ਆਫ ਕਾਮਨ ਮੈਨ ਵਾਇਸ ਆਫ ਕਾਮਨ ਠੀਕ ਹੈ ਦੇਮਾਨ ਠੀਕ ਹੈ ਯਾਰ ਰੌਣ ਕਰਾਮ ਬੰਦਾ ਯਾਰ ਵਧੀਆ ਰੌਣ ਕਰਾਮ ਬੰਦਾ ਲੈ ਸਹੀ ਗੱਲ ਹੈ ਹਲਕੇ ਵਾਲੇ ਕਹਿੰਦੇ ਉਹਨਾਂ ਕਹਿੰਦੇ ਅਸੀਂ ਇਹ ਦੇਖ ਬੋਲੀ ਜਾਂਦੇ ਆ ਜੀ ਕਰਾਉਣਾ ਰੌਣ ਕਰਾਮ ਤੋਂ ਕੰਮ ਨਹੀਂ ਹੋ ਰਿਹਾ ਨਹੀਂ ਯਾਰ ਉਹ ਦੇਖੋ ਕੰਮ ਤਾਂ ਹੋ ਰਿਹਾ ਹੋਣਾ ਨਾ ਬਾ ਯਾਰ ਇਤਿਹਾਸਿਕ ਸ਼ਹਿਰ ਆ ਨਾ ਬਾ ਰਿਆਸਤ ਵੀ ਇਹ ਗੱਲ ਆ ਹਰ ਇੱਕ ਸਰਕਾਰ ਤੇ ਨਾ ਇੱਕ ਵਧੀਆ ਐਮਐਲਏ ਹੁੰਦਾ ਹੀ ਆ ਪਿਛਲੀ ਸਰਕਾਰ ਚ ਦਰਸ਼ਨ ਬਰਾੜ ਜੀ ਸੀ ਹੂੰ ਉਹਨੇ ਬੜੀ ਰੌਣਕ ਲਾਈ ਸੀ ਭਾਈ ਉਹਦਾ ਪੁਰਾਣੀ ਲੀਡਰ ਨੇ ਨਹੀਂ ਪਰ ਵਧੀਆ ਉਹ ਹੱਸ ਭੋਖਣ ਵਧੀਆ ਰੌਣਕ ਲਾਉਂਦੇ ਜਦੋਂ ਆਉਂ ਸੀ ਨਾ ਹੁਣ ਚਿਹਰੇ ਖਬਰਾਂ ਪੜ ਪੜ ਕੇ ਸੂਬਾ ਤੋਂ ਐ ਹੋਏ ਬੰਦੇ ਸੀ ਥੱਕੇ ਜਦੋਂ ਆਏ ਸੀ ਸਿਰਾਂ ਲੱਗਦੇ ਸੀ ਹੂੰ ਉਦੋਂ ਵਾਲਾ ਹੈ ਜਦੋਂ ਆ ਹੋ ਰਿਆ ਸੀ ਚੰਜੀ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਆ ਹੂੰ ਉਦੋਂ ਬਹੁਤ ਖਬਰਾਂ ਚ ਉਹਨਾਂ ਦਾ ਬਿਆਨ ਜਦੋਂ ਵੀ ਆਉਣਾ ਬੜੇ ਵਾਇਰਲ ਹੁੰਦੇ ਹੋ ਹੂੰ ਉਹਨੇ ਸਟੋਰੀ ਪੱਕਾ ਚੱਲਦੀ ਸੀ ਲੱਖ ਲੱਖ ਐਣੀ ਜਿ ਕੋਈ ਉਹਨੂੰ ਇੰਟਰਵਿਊ ਕੀਤਾ ਹੋਵੇ ਤੇ ਨਾ ਚੱਲੇ ਹੁਣ ਚਾਰੇ ਚੋਪਿੰਗ ਦੇ ਦੇਖਣ ਮੈਂ ਦੇਖਦੇ ਹਾਂ ਪਰ ਟੈਸਟ ਵੀ ਕਿਸ ਨਹੀਂ ਆ ਰਹੇ ਸ਼ਾਮ ਨਹੀਂ ਹੋ ਰਹੇ ਹੋ ਕੌਣ ਦਰਸ਼ਮ ਬਰਾੜ ਜੀ ਉਹ ਤਾਂ ਬਿਮਾਰ ਨੇ ਨਾ ਅੱਛਾ ਡੀ ਐਮ ਸੀ ਤੋਂ ਪਿੱਛੇ ਵੀ ਆਪਾਂ ਇੱਕਦਮ ਅੱਗੇ ਗੱਲ ਕਰੀ ਛੁੱਟੀ ਹੋ ਗਈ ਉਹਨਾਂ ਨੂੰ ਕਾਫੀ ਬਿਮਾਰ ਸੀ ਅੱਛਾ ਇੱਕਦਮ ਕਾਂਗਰਸ ਪ੍ਰਧਾਨ ਨੇ ਵੀ ਪਾਇਆ ਸੀ ਉਹਨਾਂ ਦੀ ਪੋਸਟ ਡੀ ਐਮ ਸੀ ਜਿਹੜਾ ਉਹਨਾਂ ਦਾ ਪਤਾ ਲੈ ਕੇ ਆਏ ਆ ਕਾਫੀ ਟੱਲੇ ਸੀ ਹੁਣ ਘਰੇ ਨੇ ਹੁਣ ਠੀਕ ਆ ਗਏ ਨਾ ਉਹ ਤਾਂ ਉਹ ਤਾਂ ਬਿਮਾਰ ਬਹੁਤ ਹੋ ਗਈ ਸੀ ਅੱਛਾ ਨਹੀਂ ਆ ਰੌਣਕ ਹੀ ਆ ਬੰਦੇ ਹੋਈ ਆ ਵਧੀਆ ਹੁੰਦੇ ਸਰਕਾਰ ਚ ਨਾ ਕਈ ਚਿਹਰੇ ਹੁੰਦੇ ਆ ਚਲੋ ਪੋਲੀਟਿਕਲ ਕਿਵੇਂ ਕੰਮ ਕਰਦੇ ਵੱਖਰਾ ਹੁੰ ਇੱਕ ਦਿਖ ਵੀ ਹੁੰਦੀ ਹੈ ਸਰਕਾਰ ਦੇ ਲਈ ਕੋ ਚਿਹਰਿਆਂ ਦੀ ਹੂੰ ਕਿ ਚਿਹਰੇ ਵੇਖ ਲੋ ਖੁਸ਼ ਹੁੰਦੇ ਚਾਹ ਹਾਂ ਵਧੀਆ ਠੀਕ ਆ ਯਾਰ ਹੂੰ ਕਿ ਚਿਹਰੇ ਹੁੰਦੇ ਬਸ ਇਹ ਜੇ ਜਿਵੇਂ ਮਰਪੀ ਸਿੰਘ ਬਾਹ ਚਿਹਰਾ ਸੀ ਓਹੋ ਯਾਰ ਹੂੰ ਕਿਤੇ ਥੜਕੇ ਮੱਥੇ ਲੱਗ ਗਿਆ ਕਿਤੇ ਖਬਰਾਂ ਚ ਲੋਕਾਂ ਦੇ ਹੂੰ ਲੋਕਾਂ ਦਾ ਜ ਆ ਦੇਣੀ ਖਰਾਬ ਹੋ ਗਿਆ ਅੱਛਾ ਹਾਂ ਇਹ ਦਿਖਵੰਦੀ ਹੈ ਲੋਕਾਂ ਦੀ ਕਿ ਇਹ ਜਿਹ ਖੈਣ ਇਹਨੇ ਕਹਿਣਾ ਹੀ ਆਇਆ ਅੱਗੇ ਨੇ ਕਹੇ ਸੀ ਪਿੰਡਾਂ ਚ ਕਿ ਜੇ ਜਿੱਕਰੋਂ ਬਾਹਰ ਨਿਕਲ ਲੱਗਦੇ ਹੁੰਦੇ ਤੁਹਾਡੇ ਮੱਥੇ ਉਨ ਲੱਗ ਜੇ ਖਾਲੀ ਬਠਾ ਲੈ ਕੇ ਕੋਈ ਬੁਢੀ ਜਾਂ ਕੋਈ ਆ ਜਾਂ ਗੋਹੜਾ ਕੁਛ ਵੀ ਆਏ ਕੁਛ ਹੁੰਦਾ ਸੀ ਇਹ ਮਾਰੂ ਅੱਜ ਤੇ ਮਨਪੀ ਸਿੰਘ ਬਾਦਲ ਜੋ ਤਸਵੀਰ ਆਉਂਦੀ ਉਹ ਕਿੱਜਾ ਪੈਲ ਦੇਣੀ ਖਰਾਬ ਹੋ ਗਿਆ ਉਹਨੇ ਕਿਉਂ ਕਹਿੰਦੇ ਨੇ ਇਹ ਗੱਲ ਕਿਹਨੇ ਵਿਖਿਆਨਾ ਖਾਲੀ ਆ ਹਾਲਾਤ ਮਾੜੇ ਆ ਹੂੰ ਤਾਂ ਇਹ ਅਮੇਜ ਹੁੰਦੀ ਕੁਝ ਲੋਕਾਂ ਦੀ ਹੁਣ ਸੁਖਬੀਰ ਸਿੰਘ ਬਾਦਲ ਸੀ ਹੂੰ ਉਹਨੇ ਸਰਕਾਰ ਵੇਲੇ ਕਿੰਨਾ ਕੁਝ ਹੁੰਦਾ ਰਿਹਾ ਉਹ ਆਏ ਸੀ ਦੇਖੋ ਜੀ ਹੂੰ ਇਥੋਂ ਮੰਗਿਆ ਐਮਐਲਏ ਨੇ 25 ਕਰੋੜ ਹੂੰ ਮਾ 25 ਕਰੋੜ ਚੈੱਕ 100 ਕਰੋੜ ਯਾਰ ਹੂੰ ਮੈਂ ਗਿਆ ਪਿੰਡਾਂ ਚ ਕਹਿੰਦੇ ਜੀ ਹਲਾ ਆ ਨਾਲੀਆਂ ਨਲੂਆਂ ਕੰਮ 70 ਸਾਲ ਹੋ ਗਏ ਯਾਰ ਹਜੇ ਤੱਕ ਥੋੜਾ ਨਾਲੀਆਂ ਕੰਮ ਹੀ ਨਿਬੜਿਆ ਆ ਚੱਕੋ ਪੈਸੇ ਬਣਾ ਦਵਾ ਸੀ ਸੀ ਨਹੀਂ ਉਹਨਾਂ ਨੇ ਇੱਕ ਹੋਰ ਬਿਆਨ ਦਿੱਤਾ ਸੀ ਬਹੁਤ ਘੰਟ ਹਮ ਰੈਲੀ ਦੇ ਵਿੱਚ ਉਹ ਕਹਿੰਦੇ ਪਤਾ ਨਹੀਂ ਸਾਡੇ ਦਾ ਕਹਿੰਦੇ ਸਰਪੰਚੀ ਵੰਡ ਦਿੰਦੇ ਹੁੰਦੇ ਸੀ ਇੰਨੇ ਦਾ ਉਹ ਕਿਵੇਂ ਸੀ ਬਿਆਨ ਕਹਿੰਦੇ ਮੰਤਰੀ ਐਮਐਲ ਨਹੀਂ ਜਾਂਦਾ ਆਉਂਦਾ ਸਾਡੇ ਦਾ ਕਹਿੰਦੇ ਹਾਂ ਆਹੀ 25 ਤੀ ਕੋਈ ਐਂ ਗੱਲਾਂ ਸੀ ਕਹਿੰਦਾ ਇੰਨੇ ਪੈਸੇ ਤਾਂ ਅਸੀਂ ਉਹ ਦੇਣ ਸੀ ਪੰਚਾਇਤਾਂ ਨੂੰ ਕਹਿੰਦਾ ਤੇ ਇਹ ਕਹਿੰਦਾ ਸਾਡਾ ਕਹਿੰਦਾ ਇਸ ਜਾਂਦੀ ਸੀ ਇਹ ਤੁਗਾੜੋਂ ਕਰਨ ਕਹਿੰਦਾ ਸਾਡਾ ਸਰਪੰਚੀ ਬਣਦਾ ਸੀ ਤੇ ਕਾਦੇ ਇਹਨਾਂ ਮੁੱਖ ਮੰਤਰੀ ਆਏ ਨੇ ਇੰਨੇ ਪੈਸਿਆਂ ਦੇ ਕਹਿੰਦਾ ਆਏ ਰੱਬਾ ਉਹ ਇੱਕ ਗੱਲ ਹੈਗੀ ਚਲੋ ਜਿਹੜੀ ਸਰਕਾਰ ਬਣੀ ਸੀ 2007 ਤੋਂ ਲੈ ਕੇ 2012 ਤੱਕ ਉਦੋਂ ਪੰਜਾਬ ਦਾ ਵਿਕਾਸ ਹੋਇਆ ਹਮ ਸੜਕਾਂ ਵੀ ਬਣੀਆਂ ਪੁਲ ਵੀ ਬਣੇ ਆ ਇਹ ਗੱਲ ਤਾਂ ਹੈਗੀ ਆ ਪਰ 2012 ਤੋਂ ਬਾਅਦ 17 ਤੱਕ ਆਉਂਦਿਆਂ ਆਉਂਦਿਆਂ ਪੰਜਾਬ ਦੀਆਂ ਜ਼ੇਲਾਂ ਗਿਰਵੀ ਰੱਖਤੀਆਂ ਪੰਜਾਬ ਦੀ ਫਲਾਨੀ ਜ਼ਮੀਨ ਵੇਚਦੀ ਝੌਂਕੀ ਜ਼ਮੀਨ ਵੇਚਦੀ ਉਹਤੇ ਕਰਜ਼ਾ ਲੈ ਲਿਆ ਉਹਤੇ ਕਰਜ਼ਾ ਲੈ ਲਿਆ ਛੱਡਿਆ ਹੀ ਕੁਛ ਨਹੀਂ ਹਾਂ ਜੇ ਉਦੋਂ ਇਹ ਸਹੀ ਕਰ ਜਾਂਦੇ ਨਾ ਫੇਰ ਇਹ ਪੈਰ ਲੱਗੇ ਰਹ ਜਾਂਦੇ ਇਹਨਾਂ ਦੇ ਸੀਨੀਅਰ ਲੀਡਰ ਬਲਵਿੰਦਰ ਸਿੰਘ ਪੁੰਦੜਨੇ ਵੀ ਆਪਣੇ ਕੋਲੇ ਗੱਲ ਕਰੀ ਆ ਅੱਗੇ ਵੀ ਪੌਡਕਾਸਟਾਂ 'ਚ ਇਹ ਗੱਲ ਕਰੀ ਹੋਊਗੀ ਹੂੰ ਉਹ ਕਹਿੰਦੇ ਵੀ ਉਹ ਆਨ ਰਿਕਾਰਡ ਉਹਨਾਂ ਨੇ ਕਿਹਾ ਸੀ ਵੀ ਦੂਜੀ ਆਰ ਦੇ ਸੁਖਣੇ ਸਾਨੂੰ ਮਤਲਬ ਇਸ ਦਿਨ ਦੇਖਣੇ ਪੈਗੇ ਹੂੰ ਕਿ ਅੱਜ ਇਹਨੇ ਹਾਂ ਮਾੜੇ ਹਾਲਾਤ ਹੋ ਗਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਹੁਣ ਕਹਿੰਦੇ ਜਾਂਚ ਕਰਨ ਦੇ ਲਈ ਮੰਗ ਕੀਤੀ ਗਈ ਆ ਹੂੰ ਕਹਿੰਦੇ ਇਹ ਗੋਆ ਚ ਪੰਜਾਬ ਸਰਕਾਰ ਦੀ ਜ਼ਮੀਨ ਹੈ ਇੱਕ ਅੱਛਾ ਉਹ ਪਹਿਲਾਂ ਵੀ ਰੌਲਾ ਪਿਆ ਸੀ ਕਿ ਉਹ ਸਸਤੇ ਭਾਅ ਦੇ ਦਿੱਤੀ ਕਿਸੇ ਨੂੰ ਠੀਕ ਏ ਠੀਕ ਏ ਦਿੱਲੀ ਲੂਸ ਤੇ ਉਹ ਕਹਿੰਦਾ ਇਸ ਤਰ੍ਹਾਂ ਪੰਜਾਬ ਸਰਕਾਰ ਦੀ ਜ਼ਮੀਨ ਹੈਗੀ ਆ ਬਾਹਰ ਨਿਊ ਕਿਵੇਂ ਆ ਉੱਥੇ ਮਰ ਜਿਹੜੇ ਹੱਥੇ ਲਈ ਸੀ ਪਹਿਲਾਂ ਹੁਣੀ ਆ ਪਹਿਲਾਂ ਪਹਿਲਾਂ ਕਿਵੇਂ ਆ ਨਹੀਂ ਆਪ ਨੂੰ ਪਤਾ ਪਹਿਲਾਂ ਪੂਲਾ ਕਿਵੇਂ ਕੁਝ ਹੁਣੀ ਆ ਪਰ ਪੰਜਾਬ ਸਰਕਾਰ ਦੀ ਜ਼ਮੀਨ ਹੈਗੀ ਆ ਤੇ ਉਹਦਾ ਰੌਲਾ ਪਿਆ ਕਰਾ ਪੰਜਾਬ ਦੇ ਦਾ ਸੂਬੇ ਕੱਟ ਕੱਟ ਕੇ ਪੰਜਾਬ ਚ ਉਹਦਾ ਸੂਬੇ ਬਣਾਤੇ ਨਹੀਂ ਪੰਜਾਬ ਸਰਕਾਰ ਦੀ ਨਹੀਂ ਹੋ ਰਹੀ ਹਰ ਵਾਰ ਆਪਣੇ ਵਾਲਾਂ ਦੀ ਇਹ ਇਦਾਂ ਨਹੀਂ ਹੁੰਦਾ ਜੇ ਪਹਿਲਾਂ ਯਾਰ ਐ ਇਸ ਤਰ੍ਹਾਂ ਹੁੰਦਾ ਜੇ ਕੋਈ ਸੇ ਰਾਜ ਰੂਜ ਜ਼ਮੀਨ ਪਈਆ ਮੰਨ ਲਓ ਜੇ ਤਾਂ ਐ ਹੋਣਾ ਮਾਰੂਗਾ ਬਟ ਤੁਸੀਂ ਦੇਖੋ ਨਾ ਫਰੀਦਕੋਟ ਵਾਲਾ ਫੈਸਲਾ ਹੋਇਆ ਸੀ ਹੂੰ ਹੂੰ ਉਹਦਾ ਠੀਕ ਆ ਉਹ ਹੋਰ ਸੀ ਗੱਲ ਨਹੀਂ ਨਹੀਂ ਗੱਲ ਸੁਣ ਲੋ ਜਿਵੇਂ ਕੱਲ ਹੋ ਰੇ ਉਹ ਜਿਹਨੇ ਇੰਟਰਫੇਅਰ ਉਹ ਕਰੋੜਾਂ ਰੁਪਏ ਦਾ ਕੰਮ ਉਹਨਾਂ ਦਾ ਹੂੰ ਕਿੰਨੀਆਂ ਜ਼ਮੀਨਾਂ ਕਿੰਨੇ ਬਾਹਰ ਰੈਸਟੋਰੈਂਟਾਂ ਕਿੰਨਾ ਕੁਸ਼ ਆ ਉਹ ਖਾਸ ਗੱਲ ਇਹ ਆ ਕਿ ਹੁਣ ਭਾਰਤ ਸਰਕਾਰ ਦਾ ਕਾਨੂੰਨ ਆ ਤੁਸੀਂ 17 ਕਿੱਲੇ ਉਹਦੀ ਜ਼ਮੀਨ ਰੱਖ ਸਕਦੇ ਸ਼ਾਇਦ ਇਸ ਤਰ੍ਹਾਂ ਹੀ ਆ 17 ਕਿੱਲੇ ਕਿਹਾ ਵਾ 17 ਕਿੱਲੇ ਵਾ ਤੁਸੀਂ ਜ਼ਮੀਨ ਸ਼ੈ ਨਹੀਂ ਰੱਖ ਸਕਦੇ ਕੌਣ ਇੱਕ ਬੰਦਾ ਹਾਂ ਨਹੀਂ 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 ਮੇਰੇ ਸਾਹਬ ਨਾਲ ਜੇ ਮੈਂ ਗਲਤ ਨਾ ਹੋਵਾਂ ਤਾਂ ਨਹੀਂ 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 ਫੋਨ ਲਾਣਾ ਕਿਸੇ ਪੱਤਰਕਾਰ ਨੂੰ ਪੁੱਛ ਫਿਰ ਗੱਲ ਕਰਾਂਗੇ ਤਾਂ ਮਿੰਟੂ ਬਾਈ ਨੂੰ ਲਾ ਲਾ ਫੋਨ ਪੁੱਛ ਬਾਲ ਚ ਕਰਾਂਗਾ ਤਾਂ ਬਾਈ ਹੁਣ ਜਿੰਮ ਚੋਂਗੇ ਜਿੰਮ ਚੋਂਗੇ ਹੁਣ ਜਿੰਮ ਚੋਂਗੇ ਉਹ ਵੇਲੇ ਜਮਾ ਟਾਈਮ ਚ ਨਹੀਂ ਹਾਂ ਜਮਾ ਟਾਈਮ ਚ ਨਹੀਂ ਹੁੰਦਾ ਬਾਹਰ ਹੋ ਗਿਆ ਯਾਰ ਨਹੀਂ ਨਹੀਂ ਦੁਬਾਰ ਕਿੱਥੇ ਆਇਆ ਅੱਛਾ ਫੱਟਵਾਦ ਹੁੰਦੇ ਨਾ ਨਹੀਂ ਯਾਰ ਆਹ ਤਾਂ ਦੂ ਨਵੀਂ ਗੱਲ だっਤੀ ਮੈਨੂੰ ਨਹੀਂ ਪਤਾ ਇਹ ਗੱਲ ਬਾਰੇ ਹੈਗਾ ਸ਼ਾਇਦ ਇਹਨਾਂ ਜਦੋਂ ਉਹ ਆਇਆ ਉਹਦੇ ਸ਼ਾਇਦ ਪ੍ਰਤੀਕ ਦੀ ਰਿਪੋਰਟ ਸੀ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਅੱਛਾ ਪ੍ਰਤੀਕ ਦੀ ਹੈ ਹਾਂ ਤਾਂ ਸੱਚਾ ਚ ਉਠਾ ਮੈਂ ਮੈਂ ਜਮੈਂ ਗਲਤ ਹੋਦਾ ਮੈਂ ਗਲਤ ਪੜਿਆ ਹੋਵੇ ਅੰਗਰੇਜ਼ੀ ਸੀ ਉਹ ਫੜਾਤ ਸੰਗੀ ਅੰਗਰੇਜ਼ੀ ਜ ਆਪਣਾ ਪ੍ਰਤੀਕ ਨੂੰ ਤਾਂ ਫੋਨ ਲਾ ਲੈਂਦੇ ਆਪਾਂ ਹੂੰ ਤੇ ਇਹ ਹੋਇਆ ਸੀ ਹੁਣ ਆਪਾਂ ਗੱਲ ਇੱਕ ਹੋਰ ਵੀ ਕਰਨੀ ਸੀ ਹੋਰ ਗੱਲ ਆਪਣੀ ਨੋਟ ਕੀ ਹੋਈ ਆ ਦੇਖ 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 ਕਿਹੜੀ ਗੱਲ ਸੀ ਇੱਕ ਬਈ ਉਹ 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 ਪਤਾ ਤਾਂ ਲਈ ਜਾਂਦਾ ਚਿੱਠੀ-ਚੁੱਠੀ ਅਜੇ ਤਾਂ ਕੱਪਣ ਕੋਈ ਪਹੁੰਚੀ ਨਹੀਂ ਚੱਕਰ ਕੀ ਆ ਅਸੀਂ ਤੁਹਾਡੇ ਨਾਲ ਨਾਰਾਜ਼ ਆ ਕੱਲ ਵੀ ਦੋ ਤਿੰਨ ਬੰਦਿਆਂ ਨੇ ਮੈਥੋਂ ਪਤਾ ਲਿਆ ਮੈਂ ਯਾਰ ਚਿੱਠੀ ਪਾਉਂਗੇ ਵੀ ਆਪਾਂ ਤਾਂ ਕਹੀ ਸਿੱਤਿਆ ਤੈਨੂੰ ਪਤਾ ਆਪਾਂ ਤਾਂ ਕਹੀ ਦਿੰਨੇ ਹੁਣੇ ਕਹੀ ਦਿੰਨੇ ਆਪਾਂ ਤਾਂ ਤੇ ਇੱਕ ਅੱਜ ਸੁਖਪਾਲ ਸਿੰਘ ਖਹਿਰਾ ਦੀ ਵੀ ਪਟੀਸ਼ਨ ਤੇ ਸੁਣਵਾਈ ਹੋਵੇਗੀ ਅੱਜ ਹੂੰ ਦੇਖੋ ਕਿਤੇ ਉਹਨਾਂ ਨੂੰ ਮਿਲ ਜੇ ਜਮਾਨਤ ਅੱਛਾ ਜੇ ਮਿਲ ਗਈ ਤਾਂ ਪੈ ਜਾਣਗੇ ਪਟਾਕੇ ਹੂੰ ਇਹ ਵੀ ਖਾਸ ਗੱਲ ਆ ਨਾ ਕਿ ਕਿ ਦੱਸਦਾ ਤੁਸੀਂ ਪਹਿਲਾਂ ਸੀ ਉਹਨਾਂ ਦੀ ਨੌਂ ਨੂੰ ਸੀ ਹੂੰ ਕਿ ਦੱਸ ਨੂੰ ਸੀ ਬਈ ਯਾਰ ਨਹੀਂ ਉਹਦੇ ਕਹਿੰਦੇ ਪੰਜਾਬ ਦੇ ਵਕੀਲ ਸਾਹਿਬ ਨੇ ਆਉਣਾ ਸੀ ਜੀ ਪੇਸ਼ ਹੋਣ ਲਈ ਹਾਈ ਕੋਰਟ 'ਚ ਹੂੰ ਤੇ ਜਹਾਜ ਜੁਈ ਨਹੀਂ ਮਿਲਿਆ ਕਹਿੰਦੇ ਤਾਂ ਤੈਨੂੰ ਦੂਰੋਂ ਆ ਨਹੀਂ ਸਕਦੇ ਫਿਰ ਅਗਲੇ ਦਿਨ ਹੁੰਦੀ ਆ ਵੀਡੀਓ ਕਾਨਫਰੈਂਸ ਜਰੀਏ ਉਦੋਂ ਪੰਜਾਬ ਸਰਕਾਰ ਦੇ ਵਕੀਲ ਦਾ ਮੈਕਿੰਗ ਚੱਲਦਾ ਉਹ ਕਹਿੰਦਿਆ ਹੈਲੋ ਹੈਲੋ ਚੈੱਕ ਚੈੱਕ ਜੀ ਸਭ ਜੀ ਆਵਾਜ਼ ਆ ਰਹੀ ਹੈ ਜੀ ਉਹਦੇ ਨਾਲ ਜੀ ਕਿਉਂਕਿ ਫਿਰ ਇਹ ਚਲੋ ਜੀ ਨਹੀਂ ਹੋ ਰਹੀ ਫਿਰ ਹਾਈ ਕੋਰਟ ਕਹਿੰਸ ਸੁਖਪਾਲ ਸਿੰਘ ਖਹਿਰਾ ਨੂੰ ਭਾਈ ਤੁਸੀਂ ਆ ਦੀ ਜ਼ਮਾਨਤਾਰ ਜੀ ਲਓ ਕੋਈ ਚੱਕਰ ਨਹੀਂ ਹੁਣ ਉਹ ਤੇ ਸੁਣਵਾਈ ਅੱਜ ਹਮ ਹੁਣ ਸੁਖਪਾਲ ਸਿੰਘ ਖਹਿਰਾ ਕਹਿ ਰਿਹਾ ਜਿਹੜਾ ਕੇਸ ਸੁਪਰੀਮ ਕੋਰਟ ਨਹੀਂ ਰੱਦ ਕਰਤਾ ਉੱਚ ਨੇ ਕਿਹਾ ਕਿ ਕਾਰਵਾਈ ਨਾ ਕਰੋ ਉਹ ਚੋਂ ਸਭ ਕੁਝ ਕਿਵੇਂ ਹੋ ਗਿਆ ਤਾਂ ਇਹ ਦੇਖਣਾ ਬਾਕੀ ਹੈ ਜੇਕਰ ਸੁਖਪਾਲ ਸਿੰਘ ਖੇਰਨ ਜਮਾਨਤ ਮਿਲ ਗਈ ਹੂੰ ਤਾਂ ਉਹ ਵੀ ਡਿਬੇਟ ਜਾਣਗੇ ਫਿਰ ਤਾਂ ਹੂੰ ਹੋਰ ਕੋਈ ਪੁੱਛੇ ਬਣੀ ਨਾ ਹਾਂ ਹੂੰ ਕੀ ਇਲਜ਼ਾਮ ਲਾਦੇ ਨਾ ਹੁਣ ਮਾਨ ਸਾਹਿਬ ਕੁਲਦੀਪ ਸਿੰਘ ਢਾਲੇਵਾਲ ਕਹਿੰਦੇ ਆ ਕਿ ਜੀ ਸੁਖਪਾਲ ਸਿੰਘ ਖੇਰਾ ਤਾਂ ਟਵਿੱਟਰ ਜੀ ਵੀ ਆ ਜੀ ਇਹ ਤਾਂ ਹੂੰ ਇਹ ਸਾਧਨ ਟਵੀਟ ਹੀ ਕਰਦਾ ਰਹਿੰਦਾ ਸੀ ਤੇ ਹੁਣ ਮਾਨ ਭਵੰਤ ਮਾਨ ਜੀ ਕੀ ਕਰਦੇ ਆ ਹੂੰ ਤੁਸੀਂ ਤਾਂ ਕੋਈ ਟਵੀਟ ਨਹੀਂ ਕਰ ਰਹੇ ਹੋ ਨਾ ਤੁਸੀਂ ਇੱਕ ਦਿਨ ਬੁਲਾਓ ਹੂੰ ਮਹੀਨੇ ਬਾਅਦ ਦੇ ਪੱਤਰਕਾਰ ਬੁਲਾਇਆ ਕਰੋ ਭਾਈ ਜੀ ਬਿਠਾ ਲਿਆ ਕਰੋ ਖੁੱਲਾ ਹੂੰ ਸਾਡੇ ਕੋਲ ਗਰਾਊਂਡ ਹੈਗਾ ਉੱਥੇ ਵਧੀਆ ਹੂੰ ਕਿ ਪੰਜਾਬ ਦੇ ਸਾਰੇ ਪੱਤਰਕਾਰ ਆਜੋ ਭਾਈ ਹੂੰ ਜਿਹੜੇ ਚੰਡੀਗੜ੍ਹ ਬੈਠੇ ਆ ਜਾਂ ਮਾਲਵੇ ਵਿੱਚ ਬੈਠੇ ਆ ਮਾਝੇ ਵਿੱਚ ਦੁਆਬੇ ਵਿੱਚ ਆਓ ਮੈਨੂੰ ਸਵਾਲ ਕਰੋ ਹੂੰ ਇੱਕ ਤਾਂ ਬੇਟੇ ਵੀ ਰੱਖ ਲੈਣਾ ਪੱਤਰਕਾਰ ਨਾਲ ਹੂੰ ਨਾਲ ਸਹਾਰਾ ਬਾਜੂ ਹਾਂ ਤੁਸੀਂ ਇਹ ਗੱਲ ਵਧੀਆ ਜੀ ਲੀਡਰ ਨਾਲ ਤਾਂ ਕਰਦੇ ਚਲੋ ਡਿਬੇਟ ਹੋ ਜੀ ਸੋਡੀ ਵਧੀਆ ਗੱਲਾਂ ਪਰ ਇਹਨਾਂ ਪੱਤਰਕਾਰ ਤਾਂ ਬੁਲਾਉਣਾ ਪੰਜਾਬ ਦੇ ਹੂੰ ਪੜਾਓ ਸਰਕਾਰ ਦੇ ਪੱਖ ਵਾਲੇ ਆ ਸਰਕਾਰ ਦੇ ਵਿਰੋਧ ਵਾਲੇ ਆ ਸਾਰੇ ਬੁਲਾਓ ਤੁਸੀਂ ਕਹਿ ਰਹੇ ਹੋ ਨਾ ਕਿ ਮੈਂ ਸੱਚਾ ਆ ਮੈਨੂੰ ਕੁਝ ਆ ਕਰਨ ਦੀ ਲੋੜ ਨਹੀਂ ਤਾਂ ਫਿਰ ਸਵਾਲਾਂ ਦੇ ਜਵਾਬ ਦੇ ਦਿਓ ਤੁਸੀਂ ਦਿਨ ਰੱਖ ਲਓ ਨਾ ਮਹੀਨੇ ਬਾਅਦ ਇੱਕ ਹੋਰ ਰੱਖ ਲਓ ਸਵਾਲਾਂ ਤੋਂ ਤਾਂ ਭਾਈ ਜੀ ਥੋੜੀ ਆ ਉਹ ਬਹੁਤ ਟਾਈਮ ਹੀ ਹੈ ਨਹੀਂ ਉਹ ਹਰਾ ਪੈਨ ਉਹਨਾਂ ਨੇ ਚੱਕਿਆ ਬਾੜਾ ਪਾਰਾ ਪੈਨ ਹਰਾ ਪੈਨ ਚੱਕਣਾ ਚੱਕਿਆ ਉਹਨਾਂ ਨੇ ਉਹ ਸੈਣੀ ਮਸਾਂ ਕਰਦੇ ਔਖੇ ਔਖੇ ਤੁਸੀਂ ਦੇਖੋ ਨਾ ਹੁਣ 37000 ਨਿਯੁਕਤੀ ਪੱਤਰ ਵੰਡਿਆ ਹੂੰ ਤੇ ਉਹ ਫਿਰ ਉਹ ਤਿਆਰ ਕਰਨੇ ਉਹਨਾਂ ਤੇ ਹਰੇ ਪੈਨਾਂ ਫੜ ਕੇ ਹੋਏ ਹੋਏ ਸਾਈਨ ਕਰਨਾ ਜ਼ੋਰ ਤਾਂ ਲੱਗਦਾ ਹੀ ਹੈ ਨਾ ਹੂੰ ਤੇ ਬਦਿਆਂ ਕਿੰਨਾ ਕੁ ਪਾਰਾ ਹਰਾ ਪੈਨ ਇਹਨਾਂ ਕੋਲੇ ਭਾਈ ਭਾਰਤ ਭਾਜਪਾ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਉਹ ਕਹਿੰਦੇ 70 ਸਾਲਾਂ ਚ ਇਹਨਾਂ ਨੇ ਕੀ ਕਰਤਾ ਜੀ ਤੇ ਉਹੀ ਡਾਇਲੌਗ ਭਗਵਾਨ ਤੁਮਾਂ ਜੀ ਦਾ ਹੁੰਦਾ। ਹੂੰ ਕੀ ਦੇਖੋ ਇਹ 70 ਸਾਲ ਚ ਕੀ ਕਰਤਾ ਇਹਨਾਂ ਨੇ ਜੀ ਅਸੀਂ ਇਹ ਕਰ ਰਹੇ ਹਾਂ। ਹੂੰ ਤੇ ਵਿਰੋਧ ਤੇ ਭਰਾਵੋ ਕੱਟ ਕਾਪੀ ਪੇਸਟ ਹੀ ਨੇ। ਹਾਂ ਜਿਹੜੀਆਂ ਸੜਕਾਂ 'ਚ ਤੁਸੀਂ ਤੁਰੇ ਫਿਰਦੇ ਹੋ ਜਿਹੜੀ ਤੁਹਾਡੇ ਘਰਾਂ ਤੱਕ ਬਿਜਲੀ ਆਉਂਦੀ ਆ ਤੁਹਾਡੇ ਘਰਾਂ ਤੱਕ ਟੈਲੀਫੋਨ ਦੀ ਤਾਰ ਆਉਂਦੀ ਸੀ ਕਿਹੜੀ ਸਰਕਾਰ ਆਉਣ ਲੱਗੀ ਆ ਤੁਹਾਡੇ ਘਰਾਂ ਤੱਕ ਪਾਣੀ ਕਦੋਂ ਲੱਗਿਆ ਹੂੰ ਉਹ ਜਾਂ ਭੁੱਲ ਜਾਂਦੇ ਆ ਇਹ ਹੂੰ ਹੁਣ ਇਹ ਡਾਇਲੋਗ ਨਾ ਫਲॉप ਹੋ ਜਾਣਾ। ਹੂੰ ਕਿ ਮੋਦੀ ਸਾਹਿਬ ਨੂੰ ਤਾਂ ਹੋਰ ਅੱਜ ਤਾਂ ਆਪਾਂ ਕਹਨੇ ਵੀ ਮੌਜੂਦਾ ਇਹ ਪਹਿਲਾਂ ਵਾਲੇ ਨਹੀਂ ਯਾਰ ਸਮਾਂ ਦਿੰਦੇ ਜਿਹੜੇ ਰਹਿ ਰੂਗੇ ਹੋ ਗਏ ਹੁੰਦੇ ਆ ਉਹਨਾਂ ਨੂੰ ਪਤਾ ਵੀ ਇਹ ਜੀ ਇਸ਼ੂ ਦੋ ਹੁੰਦੇ ਆ ਜਦੋਂ ਸੱਤਾ 'ਚ ਹੁੰਦੇ ਆ ਉਹ ਤਾਂ ਡਰ ਲੱਗਦਾ ਯਾਰ ਆਹ ਮਸਲੇ ਤੇ ਨਾ ਪੁੱਛ ਲੈਣਾ ਤੇ ਐ ਸਰਕਾਰ ਆਪਣੀ ਕੰਮ ਕਰ ਰਹੀ ਆ ਤੇ ਰ ਇਹ ਆਪਣੀ ਪੱਤਰਕਾਰਾਂ ਨੂੰ ਬੁਲਾਉਂਦੇ ਜਦੋਂ ਹਾਰ ਜਾਂਦੇ ਆ ਉਦੋਂ ਐ ਹੁੰਦਾ ਯਾਰ ਪੱਤਰਕਾਰ ਆਣਾ ਪੁੱਛ ਲੈ ਯਾਰ ਕਿ ਅਸੀਂ ਆਹ ਕੰਮ ਕਰ ਕਿਉਂ ਨਹੀਂ ਕੀਤਾ ਉਦੋਂ ਤੇ ਆ ਕੰਮ ਕਿਤਾ ਹੂੰ ਰੋਲ ਇਦਹੀ ਹੈ ਨਾ ਹਮ ਹੁਣ ਪੱਤਰਕਾਰ ਭਰਾ ਨੇ ਦਾ ਸਵਾਲ ਕਰੇ ਦੇਣਾ ਉਹਨੂੰ ਕੀ ਪਤਾ ਨਾ ਜਵਾਬ ਦੇਣਾ ਕਿੰਨਾ ਔਖਾ ਹਮ ਸਹੀ ਗੱਲ ਆ ਹੁਣ ਮਾਨ ਸਾਹਿਬ ਆ ਇੱਕ ਨੇ ਇਹਨੂੰ 21 ਸਵਾਲ ਜਵਾਬ ਦੇ ਦੋ ਮਾਨ ਸਾਹਿਬ ਤੁਸੀਂ ਇਹ ਕਿਹਾ ਸੀ ਕਿ ਹੈਲੀਕਾਪਟਰ ਦੀ ਵਰਤੋਂ ਆਪਾਂ ਬਾੜੀ ਨਹੀਂ ਕਰਨੀ ਹਮ ਜਦੋਂ ਲੋੜ ਪਊਗੀ ਉਦੋਂ ਕਰਿਆ ਕਰਾਂਗੇ ਉਦੋਂ ਕਰਿਆ ਕਰਾਂਗੇ ਤੇ ਪਰ ਹੁਣ ਤੁਸੀਂ ਭਾਵੇਂ ਮੁਹਾਲੀ ਕਿਉਂ ਨਾ ਆਉਣਾ ਹੋਵੇ ਹਮ ਖੱਟਾ ਇਹ ਭੁੰਡੋ ਵੀ ਡਾਲ ਲੈਨੇ ਆ ਪੰਜਾਬ ਦੇ ਰਾਏਪਾਲ ਬਨਵਾਰੀ ਲਾਲਪੁਰ ਜੀ ਹਾਂਜੀ ਉਹੜੇ ਬਾਰਡਰ ਏਰੀਆ ਦਾ ਦੌਰਾ ਕਰ ਰਹੇ ਆ ਹੂੰ ਇੱਕ ਤਾਂ ਵਧੀਗਾ ਲੇ ਹੋਗੀ ਗਾਰ ਤੇ ਹਾਂਜੀ ਇਹ ਜ਼ਰੂਰੀ ਆ ਦੱਸਣਾ ਫਧੀ ਗੱਲ ਤੇ ਹੀ ਹੋਗੀ ਉਹ ਹੈਲੀਕਾਪਟਰ ਤੇ ਨਹੀਂ ਆ ਰਹੇ ਉਹ ਆ ਰਹੇ ਆ ਬਾਈ ਰੋਡ ਹੂੰ ਉਹਨੇ ਸਟੇ ਬਣ ਕੇ ਦੋ ਤਿੰਨ ਹੂੰ ਅਲੱਗ-ਅਲੱਗ ਥਾਵਾਂ ਤੇ ਇੱਕ ਬੋਲ ਕਿਹਾ ਵੀ ਸੀ ਪਹਿਲਾਂ ਹਾਂ ਇੱਕ ਬਠਿੰਡੇ ਸੀ ਇੱਕ ਕਿਤੇ ਹੋਰ ਸੀ ਇਹਨਾਂ ਦਾ ਜੇ ਤੁਸੀਂ ਸੜਕ ਤੇ ਆ ਰਹੇ ਹੋ ਤੁਹਾਨੂੰ ਪਤਾ ਲੱਗੂ ਪੰਜਾਬ ਦੀਆਂ ਮੁਸ਼ਕਲਾਂ ਕੀ ਆ ਹੂੰ ਕਿੱਤੇ ਬੀਐਲ ਸਾਹਿਬ ਜੀ ਨੇ ਉੱਥੋਂ ਡਣਾ ਸੀ ਰਾਏਪਾਲ ਸਾਹਿਬ ਨੇ ਸਿੱਧਾ ਉੱਥੇ ਆ ਜਾਂਦੇ ਹੁਣ ਬਾਹਰ ਰੋਡ ਜਾ ਰਹੇ ਪਤਾ ਲੱਗਦਾ ਕਿ ਲੋਕ ਖੇਤਾਂ 'ਚ ਕੀ ਕੰਮ ਕਰ ਰਹੇ ਆ ਜਾਂ ਰੂਡ ਕਿਸ ਤਰ੍ਹਾਂ ਦੇ ਆ ਕਿੰਨੇ ਕਿ ਧਰਨੇ ਲੱਗੇ ਹੋਏ ਆ ਕਿੰਨੇ ਕਿ ਧਰਨੇ ਲੱਗੇ ਪਏ ਆ ਲੋਕਾਂ ਨੂੰ ਕੀ ਮੁਸ਼ਕਲ ਆ ਹੌਸਟ ਕਰਕੇ ਮੈਂ ਤਾਂ ਇਹ ਰਹਿ ਦੂੰ ਗਾਣੋਂ ਨਿਕਲ ਨਹੀਂ ਉਹ ਉਹ ਰੂਟ ਤੇ ਚਾਹੀਦਾ ਇੱਥੇ ਧਰਨੇ ਜ਼ਿਆਦਾ ਹੁਣ ਹੂੰ ਬਾਅਦ ਚ ਡਿਵਰਟ ਜਦੋਂ ਹੁੰਦਾ ਨਾ ਹੂੰ ਡਿਵਰਟ ਹੁੰਦਾ ਤਾਂ ਪਿੰਡਾਂ 'ਚ ਦੀ ਜਾ ਕੇ ਫਿਰ ਜ਼ਿਆਦਾ ਪਤਾ ਲੱਗੂ ਇਹ ਤਾਂ ਹੈ ਜੋ ਧਰਨ ਪੈਂਦੀ ਆ ਨਿਕਲਦੀ ਆ ਉਹ ਚੀਜ਼ਾਂ ਜਿਆਦਾ ਥੋੜਾ ਜਿਹਾ ਅਹਿਸਾਸ ਹੁੰਦਾ ਕਿ ਨਹੀਂ ਧਰਨ ਦੇ ਲਈ ਤਾਂ ਇੱਕ ਹੀ ਰੋਡ ਸਪੈਸ਼ਲ ਆ ਪੰਜਾਬ ਦਾ ਮਲੋੜ ਤੋਂ ਮੁਕਸਰ ਹਾਂ ਸਰਾ ਸਰਾ ਰੋਡ ਰੋੜਾ ਜੀ ਬਹੁਤ ਟਾਈਮ ਹੋ ਗਿਆ ਉਹ ਆਈ ਆ ਹਾਂ ਉਹਨੇ ਕਹੀ ਲੈਂਦੇ ਕਿ 30 ਸਾਲਾਂ ਦਾ ਐਕਸਪੀਰੀਅੰਸ ਜੀ ਪੁਰਾਣੇ ਵੇਦ ਉਹਨਾਂ ਨੂੰ ਇਹ ਛੜਕ 30 ਸਾਲ ਪੁਰਾਣੀ ਹੈ ਜੀ ਨਾ ਬਣੀ ਆ ਪੱਕਾ ਲਾਇਆ ਧਰਨ ਦਾ ਹੂੰ ਕਿ ਧਰਨ ਨਿਕਲੀ ਜਾਣੀ ਆ ਹਾਂ ਉਹ ਡਿੱ ਟੂਈ ਟੁੱਟ ਜੇ ਉਹਨਾਂ ਨੂੰ ਪਤਾ ਹੂੰ ਧਰਨ ਪੱਕਾ ਹੀ ਨਿਕਲ ਜਾਓ ਜੀ ਇਹ ਨੇ ਨਿਕਲੀ ਉਹਦੇ ਪਾ ਵੀ ਦੂਗਾ ਐਡਾ ਸਿਰਾ ਰੋੜਾ ਉਹਦਾ ਕੰਮ ਸ਼ੁਰੂ ਬੇਸ਼ੱਕ ਹੋ ਗਿਆ ਹੋ ਗਿਆ ਹੁਣ ਦਾਦਾ ਮੰਤਰੀ ਸਾਹਿਬਾਂ ਨੇ ਰੀਵਰੂਪਨ ਕੱਟਦੇ ਤੇ ਪਹਿਲਾਂ ਰੋਲਾ ਪੈ ਗਿਆ ਉੱਥੇ ਇੱਕ ਠੇਕੇਦਾਰ ਦਾ ਹਮ ਦਰਖਤ ਕੱਟਣ ਨੂੰ ਲੈ ਕੇ ਹੋ ਗਿਆ ਠੇਕੇਦਾਰ ਆਇਆ ਉਹਦੇ ਕੋਲ ਸ਼ਾਇਦ 10 ਕ ਬੰਦੇ ਦੀ ਟੀਮ ਹੀ ਮਿਲਾਂਗਾ ਜੇਸਾਂ ਲੱਗੇ ਪਿਆ ਉਹ 2030 ਤੱਕ ਤਾਂ ਦਖਤ ਪਾ ਦੇਣਗੇ ਉਹ ਸਪੈੱਡ ਦੇ ਬਾਅਦ ਕਾਹੀ ਮੋਟੇ ਮੋਟੇ ਆਣਾ ਉਹ ਇੱਥੇ ਜੀ ਪੱਟੀ ਜਾਂਦੇ ਆ ਰ ਆਪਣਾ ਇੱਥੇ ਪਤ ਨਹੀਂ ਕੀ ਬਣਾਉਂ ਬਟਿੰਡੇ ਵਾਲੀ ਰੋਡ ਤੇ ਇਹ ਚੌੜੀ ਵੀ ਬਹੁਤ ਆ ਤਾਂ ਵੱਡਾ ਹੀ ਵੀ ਕੀ ਬਣਾ ਰਹੇ ਆ ਸਗੋਂ ਤੱਕ ਹੈ ਡਬਲ ਕਹਿ ਰਹੇ ਵੀ ਹੋਰ ਡਬਲ ਕਰਨੀ ਹੋਰ ਡਬਲ ਕਰਨੀ ਬਿਲਕੁਲ ਜੀ ਐਕਸਪ੍ਰੈਸਵੇ ਬਣਾ ਰਹੇ ਹੋਣਗੇ ਸ਼ਾਇਦ ਓਏ ਮਾਰਨਗੇ ਨਾ ਕੋਈ ਹੋਰ ਨਿਕਲਣਾ ਨਿਕਲਣਾ ਹੋਵੇਂ ਨਾ ਨਿਕਲਣਾ ਹੋਵੇ ਜਿਵੇਂ ਆਹ ਰਾਹ ਜਿੱਥੇ ਸੰਗਰੂਰ ਕੋਲੇ ਓਵੇਂ ਪੁਲ ਜਾ ਨਿਕਲ ਜਾਂਦਾ ਉਹ ਭਾਰਤ ਮਾਲਾ ਪ੍ਰੋਜੈਕਟ ਵਾਲਾ ਉਹ ਕੰਮ ਨਾ ਹੋਵੇ ਉਹ ਇਧਰ ਅਮਰਾ ਅਮਰੂਰ ਇਹ ਪਿੰਡਾਂ ਵੀ ਨਹੀਂ ਦੇਖਣਾ ਉਹਨੇ ਘੁੰਮ ਕੇ ਇਹ ਸੜਕ ਬਣ ਆ ਬਰਹਿੰਦਾ ਰੋਚਨ ਗੜ ਵਾਲੀ ਕਾਫੀ ਟਾਈਮ ਹੋ ਗਿਆ ਇਹਨੂੰ ਬੜੀ ਨੂੰ ਨਹੀਂ ਨਹੀਂ ਉਹਵੇਂ ਨਹੀਂ ਉਹ ਟਾਈਮ ਨਹੀਂ ਹੋਇਆ ਜਿਹੜੇ ਹਿਸਾਬ ਨਾਲ ਤੂੰ ਪੁੱਛ ਰਿਹਾ ਵੀ ਡਬਲ ਇਹਨੂੰ ਉਹ ਕਰਨਾ 6 ਲੇਨ ਕਰਨਾਗਾ ਨਹੀਂ ਨਹੀਂ ਇਹ 4 ਲੈਣਾ ਕੀ ਪਤਾ ਕਰਨਾ ਇਹ ਨਹੀਂ 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 ਜੀ ਗੜਕਰੀ ਸਾਹਿਬ ਦੀ ਤਾਰੀਫ ਕਰਨੀ ਬੰਦੀ ਨਹੀਂ ਨਹੀਂ ਉਹ ਕਰ ਰਹੇ ਨੇ ਪਰ ਇਹ ਇਹ ਉਹ ਭਾਰਤ ਮਾਲਾ ਪ੍ਰੋਜੈਕਟ ਵਾਲੀ ਹੈ ਇਹ ਪਤਾ ਕਿਵੇਂ ਨਿਕਲੂ ਇਹ ਐਂ ਨਿਕਲੂਗੀ ਆਹ ਮਹਰਾਜ ਵਾਲੀ ਜਿਹੜੀ ਜ਼ਮੀਨ ਅਕਵਾਰ ਹੋਈ ਆ ਮਹਰਾਜ ਫੂਲ ਇਧਰ ਫੂਲੇ ਵਾਲਾ ਹੋ ਕੇ ਤੇ ਇਧਰ ਕਿਤੇ ਜੁੜਨੀ ਆ ਉਹ ਇਹ ਸਾਹੂਕ ਨੋਲੀ ਕਰੇ ਇਹ 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 ਬੰਦੇ ਐਂ ਕਹਿੰਦੇ ਸੀ ਇਹ ਕਹਿੰਦੇ ਯਾਰ ਫੂਲ ਆ ਆ ਆਪਣੇ ਵਾਲੇ ਰੋਡ ਤੇ ਆਉਣ ਦੀ ਲੋੜ ਨਹੀਂ ਪਣੀ ਸ਼ਹਿਰ ਚ ਵੜਨ ਦੀ ਲੋੜ ਨਹੀਂ ਪਣੀ ਜੋ ਬਾਹਰ ਜਾਣਾਗਾ ਬਾਰੋ-ਬਾਰ ਨਿਕਲਿਆ ਕਰੂ ਤੁਸੀਂ ਖੜ ਜੋ ਇੱਕ ਦੋ ਸਾਲ ਹੋਰ ਹੂੰ ਇੰਨਾ ਸੜਕਾਂ ਵਧੀਆ ਬਣ ਜਾਣੀਆਂ ਹੂੰ ਹੁਣ ਇਹ ਨੇ ਕਿ ਟੋਲ ਟੈਕਸ ਉਚਾਲਿਆ ਕਰੂਗਾ ਹੂੰ ਤੁਸੀਂ ਸੜਕ ਤੇ ਇੰਟਰ ਹੋਗੇ ਹੂੰ ਔਰ ਇਹ ਬਸ ਰੀ ਐਂਟਰੀ ਹੋਗੀ ਇਹ ਆਪਾਂ ਮੈਟਰੋ ਜਾਂਦੇ ਆ ਜਦੋਂ ਉਤਰਨਾ ਤੁਸੀਂ ਉੱਥੇ ਕਟਾਉਣੇ ਆ ਪੈਸੇ ਹੂੰ ਜਿੰਨੇ ਕਿਲੋਮੀਟਰ ਜਾਓਗੇ ਓਨੇ ਪੈਸੇ ਲੱਗ ਜਾਣੇ ਆ ਆਓ ਸਾਰਾ ਕਿਲੋਮੀਟਰ ਮਗਰ ਰੁਪਿਆ ਜਾਂ ਕਿਵੇਂ ਵੀ ਹਾਂ ਤੇ ਛੜਕਾਂ ਵੀ 10 10 15 15 ਫੋਟੂ ਚ ਆ ਹੂੰ ਉਹ ਚ ਐ ਨਹੀਂ ਕਿ ਜੀ ਕੀਤਾ ਪਾ ਇੱਥੋਂ ਮੋੜ ਕੇ ਤਾਰ ਲਈ ਉਹ ਤਾਂ ਬਾਹਲਾ ਉੱਥੋਂ ਤਰਨਾ ਬਗਰੂ ਜਿਵੇਂ ਦਿੱਲੀ ਆ ਹਾਂ ਆਪਾਂ ਕਦੇ ਗਏ ਨੇ ਦਿੱਲੀ ਤੂੰ ਗਿਆ ਨਹੀਂ ਤਰਨੇ ਵਾਲੇ ਉਹ ਤਰਨੇ ਨਾਲ ਗਏ ਆ ਉਹ ਦਿੱਲੀੋਂ ਤਾਂ ਹਰਿਆਣਾ ਚ ਆ ਗਏ ਤਰਨਾ ਤਾਂ ਨਹੀਂ ਨਹੀਂ ਉਹ ਹਾਂ ਉਧਰ ਹੈਗੀਆਂ ਸੜਕਾ ਕੇਐਮਪੀ ਆਈਆਂ ਹਾਂ ਜਿਹੜਾ ਕੇਐਮਪੀ ਆ ਉਹ ਆਈਆਂ ਠੀਕ ਆ ਮੈਟਰੋ ਲੈ ਗਿਆ ਝੂਟੇ ਜੇ ਅਸੀਂ ਲੈਣ ਲੱਗ ਗਏ ਮੈਟਰੋ ਝੂਟੇ ਜੇ ਤੂੰ ਉਹ ਸਾਡੇ ਨਾਲ ਹੀ ਸੀ ਉਦੋਂ ਉਤਰ ਨਹੀਂ ਉਹਦੇ ਬਾਅਦ ਆ ਮੈਂ ਤੁਹਾਡੇ ਕੋਲ ਆਇਆ ਸੀ ਜੁਲਾਈ ਚ ਤੂੰ ਧਰਨੇ ਤੇ ਬਾਅਦ ਆਇਆਗਾ ਆ ਧਰਨੇ ਜਾ ਅੱਧੇ ਧਰਨੇ ਚ ਅੱਧੇ ਧਰਨੇ ਜਾ ਉਹ ਬੜਾ ਯਾਰ ਅਸੀਂ ਤਾਂ ਬਹੁਤ ਉਹ ਕਰਿਆ ਯਾਰ ਤੇ ਅਸੀਂ ਇਹ ਨਾ ਮੈਟਰੋ ਦੇ ਵਿੱਚ ਬਹਿ ਗਏ ਬਈ ਆਪਿਆਸੀਕ ਜੀ ਸੀ ਉਹ ਨਹੀਂ ਬੋਲਣਾ ਅਸੀਂ ਬਹਿ ਗਏ ਮੈਟਰੋ ਦੇ ਵਿੱਚ ਤੇ ਹੁਣ ਕਹਿਣ ਲੱਗੇ ਉੱਠ ਖੜੋ ਯਾਰ ਇੱਥੇ ਚਲਾਣ ਹੋ ਜਾਂਦਾ ਅਸੀਂ ਕਹਾਂਦਾ ਕਿ ਥੱਲੇ ਬੈਠਣ ਦਾ ਅਸੀਂ ਗਏ ਮੈਟਰੇ ਥਾਂ ਹੀ ਹੈਣੀ ਅਸੀਂ ਕਿੱਥੇ ਬੈਠ ਗਏ ਹੁੰਦਾ ਇੱਥੇ ਅਸਿਸਟੰਟ ਚੱਲਦਾ ਦਿੱਲੀ ਜਾ ਕੇ ਮਾ ਸਾਡੇ ਪਿੰਡਾਂ ਦਾ ਹੀ ਜਾਂ ਲੈਦਾ ਕੰਮ ਕੂਮਾ ਫਸੇ ਨਾ ਕਿਹਾ ਸੀ ਟ੍ਰੇਨ ਜੀ ਫ੍ਰੀ ਆਏ ਆ ਕਿਹਾ ਕਿਵੇਂ ਤੁਸੀਂ ਅਸੀਂ ਜਗਾ ਸਾਡੇ ਨੂੰ ਟ੍ਰੇਨ ਰੂਮ ਨੂੰ ਪੁੱਛਦਾ ਟਾਂ ਟੂਟਾਂ ਨੂੰ ਮਗਾ ਅਸੀਂ ਤਾਂ ਬਹਿੰਡੇ ਬੈਗੇ ਸਿੱਧਾ ਇੱਥੇ ਉਤਰ ਗਏ ਭਦਰ ਘੜਾ ਕੇ ਉਹ ਬੜੀ ਦੈਸਿਕ ਕਿਸਾਨਾਂ ਦੀ ਨਾ ਕੋਈ ਟੀਟੀ ਆਉਂਦਾ ਸੀ ਨਾ ਕੋਈ ਟਿਕਟ ਪੁੱਛਦਾ ਸੀ ਕਿ ਮਰਜ਼ੀ ਬਹਿ ਜਾਓ ਪਰ ਅਸੀਂ ਇੱਕ ਟਿਕਟ ਾਲੀ ਸੀ ਫਸਟ ਟਾਈਮ ਯੂ ਗਏ ਆ ਹੁਣ ਪਤਾ ਸੀ ਨਾ ਫਰਦਵਾਤਾਂ ਵਾਸੀ। ਫਰਦਵਾ ਤੇ ਪੇਤੀ ਹੋ ਗਏ। ਉਹਦੇ ਬਾਅਦ ਪੇਤੀ ਹੋ ਗਏ। ਇਹ ਤਾਂ ਲੱਗਦਾ ਵੀ ਅਸੀਂ ਦਿੱਲੀ ਜਾ ਰਹੇ ਹਾਂ। ਹਾਂ ਹਾਂ। ਸਵੇਰ ਪੌਣੇ 6 ਪਤਾ ਨਹੀਂ 7 ਵਜੇ ਕਿਧਰ ਵੀ ਟ੍ਰੇਨ ਆਉਂਦੀ ਸੀ। ਅਸੀਂ ਟ੍ਰੇਨ ਰੂਟ ਤੇ ਤਾਂ ਦੇਖ ਗਏ ਨਹੀਂ। ਅਸੀਂ ਜਾਂਦੇ ਹਾਂ ਕਾਰ ਤੇ 4-4.5 ਘੰਟੇ ਦੀ ਗੱਡੀ ਲਾ ਦਿੰਦੇ ਸੀ ਤੇ ਉਹ ਬਠਿੰਡੇ ਉਹ। ਇਹ ਤੁਸੀਂ ਵੀ ਟ੍ਰੇਨ ਦਾ ਨੰਦਾ ਨਹੀਂ ਲਾ। ਟ੍ਰੇਨ ਜੀ ਤਾਂ ਬਹੁਤ ਅਨੰਦ ਸੀ। ਕੋਦੇ ਭਾਂ ਭਾਂ ਦੇ ਬੰਦੇ ਹੁੰਦੇ ਸੀ। ਨਹੀਂ ਇਹ ਤਾਂ ਚਲੋ ਠੀਕ ਹੈ। ਹੈੱਡਫੋਨ ਲਾਉਂਦੀ ਲੋੜ ਨਹੀਂ ਸੀ ਦਿੱਲੀ ਤੱਕ। ਅਸੀਂ 7 ਵਜੇ ਬਹਿੰਦੇ, ਤਕਰੀਬਨ 12:30 ਦੇ 1 ਵਜੇ ਟ੍ਰੇਨ ਪਹੁੰਚ ਤੇ ਕੋਈ ਹੈੱਡਫੋਨ ਲੋੜ ਨਾ ਦੀ ਲੋੜ ਨਹੀਂ ਗੱਲਾਂ ਹਾਸਾ ਹੀ ਹਾਸਾ ਸਾਰੇ ਲੱਗੇ ਰਹਿੰਦੇ ਕੋਈ ਨਾ ਗੱਲ ਸੁਣਾਈ ਜਾਂਦਾ ਜਦੋਂ ਬੱਦਗੜ ਉਤਰਦੇ ਉਤਰਨੇ ਲੋਕ ਉਥੇ ਚੜਨੇ ਫੇਕਸਾਣ ਹੁੰਦੇ ਸੀ ਕਿ ਬੱਦਗੜ ਤੋਂ ਅੱਗੇ ਕਿਹੜਾ ਸਟੇਸ਼ਨ ਸੀ ਪਤਾ ਨਹੀਂ ਕਿਹੜਾ ਨਾ ਯਾ ਨਹੀਂ ਕਿਹੜਾ ਟਿਕਰੀ ਟਿਕਰੀ ਨਹੀਂ ਯਾ ਨਹੀਂ ਨਾਮ ਕੀ ਸੀ ਬੱਦਗੜ ਤੋਂ ਅੱਗੇ ਹਲਦਾ ਉਹ ਕਹਿੰਦੇ ਉਹ ਸਕੀਪ ਆਉਂਦੇ ਜਦੋਂ ਬੱਦਗੜ ਟ੍ਰੇਨ ਆਉਂਦੀ ਵਾਪਸੀ ਵਾਸਤੇ ਕਿ ਇੱਥੇ ਸੀਟ ਮਿਲਦੀ ਨਹੀਂ ਫੁੱਲ ਹੋ ਜਾਂਦੀ ਆ ਉਹ ਲੋਕ ਸਕੀਪ ਪਾਉਣ ਲੱਗੇ ਇੱਕ ਗਾਂ ਜਾਣ ਲੱਗੇ ਦਿੱਲੀ ਵੱਨੀ ਕੀ ਆ ਟ੍ਰੇਨ ਜਾਊਗੀ ਹੂੰ ਤੇ ਉਧਰੋਂ ਆਉਂਦੀ ਸੀ ਮੜ ਕੇ ਇੱਕ ਹੋਰ ਤੇ ਪੰਜ ਦਸ ਮਿੰਟ ਦਾ ਫਰਕ ਹੀ ਸ਼ਾਇਦ ਇਹਨਾਂ ਦਾ ਤੇ ਉਤਰ ਕੇ ਉੱਥੇ ਚੜ ਜਾਂਦੇ ਤੇ ਬਾਈ ਉੱਥੇ ਬੁਰਾ ਹਾਲ ਹੋਣ ਲੱਗ ਗਿਆ ਜਦੋਂ ਮੈਂ ਰੋਲਾ ਪਿਆ ਫਿਰ 26 ਜਨਵਰੀ ਵਾਲਾ ਉਦੋਂ ਤੋਂ ਤਿੰਨ ਚਾਰ ਦਿਨੋਂ ਇੰਨਾ ਬੁਰਾ ਹਾਰ ਰਿਹਾ ਜੀ ਲੋਕ ਮੁੜ ਕੇ ਉਹ ਰੇਲ ਸਟੇਸ਼ਨ ਤੋਂ ਹੂੰ ਪੈ ਤੁਨ ਥਾਣੀ ਹੁੰਦਾ ਸੀ ਉੱਥੇ ਹੂੰ ਤੇ ਆਪਾਂ ਹੁਣ ਚੱਲ ਗਏ ਤੇ ਇੱਕ ਇੱਕ ਗੱਲ ਰਹਿ ਗਈ ਰਾਏਪਾਲ ਸਾਹਿਬ ਵਾਲੀ ਹੂੰ ਉਹ ਗਏ ਆ ਉਨੀ ਪੁਲਿਸ ਤਾਂ ਬਹੁਤ ਸੋਣਾ ਕੰਮ ਕਰ ਰਹੀ ਆ ਸ਼ਾਬਾਸ਼ ਚਲਪਾਂ ਦੇ ਦਿੰਦੇ ਆ ਦੇਣੀ ਬੰਦੀ ਵੀ ਆ ਪਰ ਕਹਿੰਦੇ ਜਿਹੜੇ ਐਮਐਲਏ ਸਾਹਿਬ ਆਣਾ ਇਹ ਨਸ਼ੇ ਵਾਲੀ ਥੋੜੀ ਸਪੋਰਟ ਕਰਦੇ ਆ ਪੁਲਿਸ ਫੜ ਲੈਂਦੀ ਆ ਕਹਿਣ ਆ ਗਿਆ ਉਹਨਾਂ ਦਾ ਹਾਂਜੀ ਉਹ ਕਹਿੰਦੇ ਪੁਲਸਾਂ ਲੱਗਿਆ ਕਹਿਣਦੇ ਪੁਲਸਿਆਂ ਨੂੰ ਕਿ ਭਾਈ ਇਹਨਾਂ ਨੂੰ ਛੱਡ ਦਿਓ ਹੂੰ ਦੇਖੋ ਭਾਈ ਹੁਣ ਜੇ ਰਾਜਪਾਲ ਸਾਹਿਬ ਇਹ ਗੱਲ ਕਹਿ ਰਹੇ ਆ ਤਾਂ ਫਿਰ ਸਬਾਊਟ ਨੇ ਬੰਦੇ ਆ ਕਿ ਵਿਧਾਇਕ ਸਾਹਿਬ ਭਾਈ ਤੁਹਾਡੇ ਇਹ ਕਹਿ ਰਹੇ ਆ ਕਿ ਨਸ਼ੇ ਵਾਲੇ ਬੰਦੇ ਨੂੰ ਛੱਡ ਦੋ ਭਾਈ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਉਹਦੀ ਮਾਈਂਡਿੰਗ ਗਾਲੀ ਵੀ ਹਾਂ ਉਹ ਹਰਜੋਤ ਬਾਂਸ ਦੇ ਰਹੀ ਹੈ ਜੋ ਉੱਥੇ ਸਭ ਕੁਝ ਠੀਕ ਹੈ ਬਹੁਤ ਐਟੀਟਿਊਡ ਵਾਲੇ ਮਿਨਿਸਟਰ ਨੇ ਉਹ ਜਿੰਨਾ ਕਿ ਮੈਂ ਐਨਲਾਈਜ਼ ਕੀਤਾ ਬਹੁਤ ਚੰਗਾ ਵਹੀ ਦੇਖਿਆ ਹਨ ਸਭਾਂ ਨੇ ਦੇਖਿਆ ਹਨ ਥੋੜੀ ਨਜਾਇਜ਼ ਹੀ ਆਕੜ ਆ ਹਮ ਇਹ ਕੁਝ ਕੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਉਹ ਠੀਕ ਹੈ ਵਾਦੀ ਉਹਨੇ ਓਏ ਉਹ ਕੀ ਕਰੀ ਜਾਂਦਾ ਕਰਕੇ ਦਿਖਾਈ કરી 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 ਤੁਸੀਂ ਨਹੀਂ ਘਰ ਤੋਂ ਮੈਂ ਐ ਯਾਦ ਕਰ ਦਿੰਦੇ ਸੀ ਆਇਆ ਇੱਕ ਦਗਾ ਕਰੀ ਇਹ 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 ਕੋਈ ਹੈਗੀ ਗੱਲ ਸੀਕਰਟ ਆਏ ਸੀਕਰਟ ਆ ਸੀਕਰਟ ਆ ਸੀਕਰਟ ਕੀ ਤੁਸੀਂ ਜੋੜੇ ਮਾਦਰਾ ਉਹ ਤੇ ਮਾੜੀ ਮੋਟੀ ਜੈਕਟ ਜੀ ਚਲੋ ਹੈਗੀ ਆ ਬ੍ਰਹਮਸ਼ੰਕਰ ਜਿੰਪਾ ਵੀ ਠੀਕ ਨੇ ਹੂੰ ਬਾਕੀ ਨਾਲ ਬਗੈਰ ਪਤਾ ਨਹੀਂ ਮਿਲਣੀ ਆਪਾਂ ਸਾਡੇ ਮੰਤਰੀ ਜੇ ਬਹੁਤ ਪੋਲੇ ਸੌਫਟ ਬੰਦੇ ਨਹੀਂ ਤਾਂ ਤਾਂ ਫਰਕ ਹੁੰਦਾ ਇੱਕ ਅਮੀਸ਼ ਦਾ ਵੀ ਤਾਂ ਹੁਣ ਆਪਾਂ ਚੱਲੀਏ ਹੁਣ ਆਪਾਂ ਲਈਏ ਅੱਜ ਤਾਂ ਆਪਾਂ ਹਾਂ ਮੇਰੇ ਵੀ ਯਾਰ ਜਣਾ ਦੁਖੀ ਜਾਂਦਾ ਯਾਰ ਪਤਾ ਨਹੀਂ ਕੀ ਆਸਾ ਹੋਰ ਯਾਰ ਆਪਾਂ ਇਹ ਰੇਸ਼ਾ ਆ ਬਣ ਗਿਆ ਪਤਾ ਨਹੀਂ ਯਾਰ ਕੀ ਹੋ ਗਿਆ ਚੱਕਰ ਚਲੋ ਫਿਰ ਸੁਕਵੰਤ ਸਾਹਿਬ ਜੀ ਚਲੋ ਜੀ ਠੀਕ ਹੈ ਜੀ ਹੁਣ ਮਿਲਦੇ ਆਪਾਂ ਸਪੈਸ਼ਲ ਪੋਡਕਾਸਟ 'ਚ ਹਾਂ ਜੀ ਕਿ ਲੀਡਰ ਦੇ ਦਰਸ਼ਨ ਕਰਾਵਾਂਗੇ ਹਾਂ ਸ਼ਨੀਵਾਰ ਨੂੰ ਸਮਾਂ ਲੋਕ ਬਹੁਤ ਲੈਂਦੇ ਪਿਛਲੇ ਤੋਂ ਪਿਛਲੇ ਪੋਡਕਾਸਟ 'ਚ ਲੋਕਾਂ ਨੇ ਕਮੈਂਟ ਆਗੇ ਸੀ ਕਮੈਂਟ ਆਗੇ ਸੀ ਚਲੋ ਲੀਡਰ ਨੇ ਉਹਨਾਂ ਦਾ ਇੱਕ ਨਾ ਕੋਈ ਜਾਣਕਾਰ ਆ ਮੁੰਡਾ ਪਤਾ ਨਹੀਂ ਕੋਈ ਨੇੜਲਾ ਉਹ ਬੜਾ ਮੈਸੇਜ ਕਰ ਰਿਹਾ ਸੀ ਜੀ ਇਸ ਲੀਡਰ ਨੂੰ ਲੈ ਕੇ ਆਓ ਅੱਛਾ ਨਿਆਣੇ ਦੱਸਦਾ ਹੋਣਾ ਕਿ ਮੈਂ ਪੋਡਕਾਸਟ ਕਰਿਆ ਆ ਹੂੰ ਪਤਾ ਨਹੀਂ ਹਾਂ ਹੂੰ ਚਲੋ ਕੋਈ ਗੱਲ ਨਹੀਂ ਤੇ ਅਸੀਂ ਸ਼ਨੀਵਾਰ ਨੂੰ ਮਿਲਾਵਾਂਗੇ ਫਿਰ ਹਾਂ ਸ਼ਾਮ 7 ਵਜੇ ਸ਼ਾਮ ਨੂੰ 7 ਵਜੇ ਵਧੀਆ ਪੋਡਕਾਸਟ ਆ ਵਧੀਆ ਗੱਲਾਂ ਸੁਣਨ ਵਾਲੀਆਂ ਸਿਆਣੀਆਂ ਗੱਲਾਂ ਸਿਆਣਾ ਮਤਲਬ ਕੰਟੈਂਟ ਵਧੀਆ ਹੈਗਾ ਹਾਂਜੀ ਇੰਡੀਆ ਦੇ ਹਿਸਾਬ ਨਾਲ 7 ਵਜੇ ਸ਼ਾਮ ਨੂੰ ਹੂੰ ਬਾਕੀ ਕੈਨੇਡਾ ਅਮਰੀਕਾ ਹਨ ਪਤਾ ਨਹੀਂ ਹੂੰ ਕਿੰਨੇ ਵਜੇ ਪੈਂਦਾ ਭਾਈ ਟਾਈਮ ਹਾਂ ਇੱਥੇ ਇੱਥੇ ਸੈਂਗਸਿਕਾ ਕੱਲ੍ਹ ਤੋਂ ਬਾਅਦ ਰਣਜੀਤ ਬਾਵੇ ਦੇ ਖਾੜੇ ਲੱਗਣੇ ਆ ਹਾਂਜੀ ਉਹ ਪਹਿਲਾ ਖਾੜਾ ਉਹਦਾ 28 ਅਕਤੂਬਰ ਨੂੰ ਆ ਗੁਰੂ ਨਾਨਕ ਭਵਨ ਆਡੀਟੋਰੀਅਮ ਲੁਧਿਆਣੇ ਉਹ ਤੁਸੀਂ ਜ਼ਰੂਰ ਦੇਖ ਕੇ ਆਂ ਟਿਕਟਾ ਲੈ ਲਓ ਬੁੱਕ ਮਾਈ ਸ਼ੋ ਤੋਂ ਤੇ ਜਿਹੜਾ ਇਹ ਪੌਡਕਾਸਟ ਆ ਇਹ 16 ਸਾਊਂਡ ਪ੍ਰੋਡਕਸ਼ਨ ਵੱਲੋਂ ਸਪਾਂਸਰ ਕੀਤਾ ਗਿਆ ਹੈ ਜੀ ਹਾਂਜੀ ਤਾਂ ਆਪਾਂ ਇਹ ਕੰਮ ਤੋਂ ਉਹ ਹਮਦੋ ਯਾਤਰਾ ਤੇ ਟਿਕਟੀਆਂ ਵਾਲੇ ਭਾਈ ਜਿੱਟੀਆਂ ਉਟੀਆਂ ਤੇ ਡੀਕੀ ਜਾਨਾ ਇਹਦਾ ਡਾਕੀ ਡਿਊਟੀ ਤੇ ਲਾ ਦੇ ਅਸੀਂ ਤਾਂ ਵੇਖੋ ਜੀ ਇੱਕ ਆ ਖਾਲੀ ਕਰ ਲੈ ਇਧਰ ਲਾ ਪਾਸਾ ਇਧਰ ਲਾ ਪਾਸਾ ਖਾਲੀ ਕਰਿਆ ਹੋਇਆ ਅਸੀਂ ਦਿਖਾਵਾਂਗੇ ਇੱਥੇ ਦਿਖਾਇਆ ਕਰਾਂਗੇ ਉਹਨੂੰ ਸਪੈਸ਼ਲ ਪੌਡਕਾਸਟ ਚਿੱਠੀਆਂ ਦੀ ਕਰਦਿਆ ਕਰਾਂਗੇ ਹਾਂ ਜੇ ਚਾਹੁੰਦੇ ਹੋ ਬੰਦੇ ਜਿਹੜੇ ਚਾਹੁੰਦੇ ਆ ਵੀ ਇੱਕ ਐਪੀਸੋਡ ਵੱਧ ਆਵੇ ਹਾਂ ਤਾਂ ਉਹ ਆ ਤੇ ਸਪੈਸ਼ਲ ਵਾਲਾ ਵੀ ਅਸੀਂ ਕਰਨਾਗਾ ਉਹ ਦਿੱਕਤ ਉਹ ਫੇਰ ਪਤਾ ਨਹੀਂ ਯਾਰ ਉਹਦੀ ਫੇਰ ਦਿੱਕਤ ਆ ਰਹੀ ਆ ਉਹ ਫੇਰ ਮੈਨੂੰ ਦੋ ਤਿੰਨ ਬੰਦੇ ਮੈਸੇਜ ਆਏ ਉਹ ਕਹਿੰਦੇ ਯਾਰ YouTube ਨਹੀਂ ਚਾਹੁੰਦੀ YouTube ਨਹੀਂ ਚਾਹੁੰਦੀ ਵੀ ਅਸੀਂ ਉਮੇ ਸਪੈਸ਼ਲ ਪੌਡਕਾਸਟ ਐਕਸਪਲੋਰ ਹੋਈਏ ਦੁਨੀਆ ਦੇ ਸਾਹਮਣੇ ਸਾਨੂੰ ਸਾਹਮਣੇ ਰੱਖਣਾ ਚਾਹੁੰਦੇ ਹਰੇ ਉਹਦੇ ਵਿੱਚ ਰੱਖਣਾ ਚਾ ਹਾਂ ਹੌਲੀ ਹੌਲੀ ਬਾਹਰ ਆਣਾ ਦੁਨੀਆਂ 'ਚ ਇੱਕ ਉਹ ਪੱਥਰ ਆ ਜੀ ਜੋ ਟੈਟੇਨੀਅਮ ਨਿਕਲਦਾ ਏ ਤੈਨੂੰ ਪਤਾ ਇਹ ਕਹਿ ਤੇ ਮੈਂ ਕੱਲ ਇੱਕ ਵੈਬ ਸੀਰੀਜ਼ ਦੇਖ ਕੇ ਹਟਾਂਗਾ ਬਹੁਤ ਜ਼ਬਰਦਸਤ ਸੀ ਹਾਂ ਇਹ ਤੇ ਹੁਣ ਚਾਹੇ ਮੈਨੂੰ ਘੰਟਾ ਬੁਲਾ ਲਾ ਇਸ ਤੇ ਮੈਂ ਗੱਲ ਕਰ ਸਕਦਾ ਹਾਂ ਵੈਬ ਸੀਰੀਜ਼ ਤੇ ਹਾਂ ਵੈਬ ਸੀਰੀਜ਼ ਸੀ ਬਹੁਤ ਕਹਾਂ ਸੀ ਆਪਾਂ ਪੋਡਕਾਸਟ ਕਰਦੇ ਆਂ ਓਡੀਸਾ ਓਥੇ ਆ ਮਾਈਨਿੰਗ ਤੇ ਆ ਉਹ ਨਹੀਂ ਆਪਾਂ ਇੱਕ ਪੋਡਕਾਸਟ ਕਰਦੇ ਆਂ ਵੈਬ ਸੀਰੀਜ਼ ਦਾ ਕਰਦਾਂਗੇ ਨਹੀਂ ਬਰਾ ਇਹ ਨਹੀਂ ਆਪਾਂ ਇਹ ਥੋੜੀ ਕਿਸੇ ਦੀ ਮਸ਼ਹੂਰੀ ਕਰਾਂਗੇ ਯਾਰ ਹਾਂ ਇੱਕ ਜਿਹੜਾ ਸਪਾਂਸਰ ਆ ਵੀ ਬਾਹਰਲੇ ਬੰਦੇ ਇਹਨਾਂ ਦਾ ਕਾਰੋਬਾਰ ਆ ਉਹਨ हां खास हाँ। करके जे चलो ਨਹੀਂ ਕਰਨਾ ਤਾਂ ਟਾਕ ਵੈਦਰ ਤਾਨੂੰ ਨੂੰ ਥੋੜਾ ਜਿਹਾ ਹੱਲਾਸ਼ੇਰੀ ਦੋ ਉਧਰਲੇ ਪਾਸੇ ਤੁਸੀਂ ਹੋ ਨਹੀਂ ਆਰਥਿਕ ਪਾਸੇੋਂ ਫਿਰ ਸਾਡਾ ਮੋਰਲ ਡਿਗ ਜਾਂਦਾ ਇਹ ਹੈਗੀ ਆ ਗੱਲ ਮੇਰੇ ਨਾਲ ਬਹੁਤ ਵਾਰੀ ਹੋਇਆ ਹੈਗਾ ਪਰ ਐਤ ਕੀ ਥੋੜਾ ਜਿਹਾ ਮੈਨੂੰ ਲੱਗ ਰਿਹਾ ਨਹੀਂ ਕਿਵੇਂ ਹੁੰਦਾ ਨਾ ਜਦੋਂ ਆਪਾਂ ਕੋਈ ਕੰਮ ਕਰੀਏ ਤਾਂ ਨਹੀਂ ਕਹਾਂਗੇ ਵੀ ਸਾਡੀ ਰੀਚ ਘਟਾਤੀ ਜਾਓ ਮੈਂ ਓਵੇਂ ਤਾਂ ਨਹੀਂ ਮੈਨੂੰ ਕੁਝ ਲੱਗਦਾ ਪਰ ਉਹ ਚੀਜ਼ ਸਾਨੂੰ ਜ਼ਰੂਰ ਲੱਗ ਰਹੀ ਹੈ ਫੇਸਬੁੱਕ ਦਾ ਸਾਨੂੰ ਕੋਈ ਵਾੜਾ ਹੋਣੀ ਸਿਸਟਮ ਦੇਸੋ ਕਰੇ ਤਾਣਾ ਧਿਆਨ ਹੈ ਨਹੀਂ ਇਹਨਾਂ ਉਹਦਾ ਵੀ ਵੀਡੀਓ ਪਾ ਦਿੰਨੇ ਆ ਬਸ ਠੀਕ ਆ ਪਰ ਸਾਨੂੰ YouTube ਦੇ ਉੱਤੇ ਕੋਈ ਜ਼ਰੂਰੀ ਅਸੀਂ ਇੰਝ ਕਹਾਂਗੇ ਕਿ ਪੈਸਿਆਂ ਤੱਕ ਉਸੇ ਕੋਈ ਕੰਟੈਂਟ ਕਰਕੇ ਉਹਨਾਂ ਨੂੰ ਪੰਜ ਦਸ ਹਜ਼ਾਰ ਬੰਦਾ ਦੇਖ ਲੈ ਕੇ ਹੌਸਲਾ ਆ ਜਾਂਦਾ ਇਹ ਹੌਸਲਾ ਵੀ ਹੁੰਦਾ ਪਿਛਲੀ ਵਾਰ ਵੀ ਕਿਸੇ ਨੇ ਆਪਾਂ ਨੂੰ ਉਹ ਕੰਟਰੀਬਿਊਟ ਕਰਿਆ ਤਾਂ ਇਹ ਵੀ ਜ਼ਰੂਰੀ ਆ ਇਹ ਜ਼ਰੂਰੀ ਆ ਪਹਿਲਾਂ ਮੈਨੂੰ ਲੱਗਦਾ ਹੁੰਦਾ ਕਿ ਕੱਲ ਇੱਕ ਨੌਜਵਾਨ ਮੁੰਡਾ ਹੈਗਾ ਪੌਡਕਾਸਟ ਕਰਕੇ ਗਿਆ ਉਹਦੀਆਂ ਫਰਮਾਇਸ਼ਾਂ ਬਹੁਤ ਆ ਰਹੇ ਨੇ ਸੀ ਉਹਦਾ ਸ਼ਾਇਦ ਉਦੋਂ ਅਗਲੇ ਸ਼ਨੀਵਾਰ ਆਪਾਂ ਕਰਦਾਂਗੇ ਤਾਂ ਉਹਨੇ ਵੀ ਬਹੁਤ ਸਾਫ਼ ਸਪਸ਼ਟ ਇਹ ਗੱਲ ਕਹੀ ਆ ਪੈਸੇ ਨੂੰ ਲੈ ਕੇ ਹ ਵੀ ਬੱਸ ਇਹ ਲੋਕਾਂ ਨੂੰ ਇਹ ਕਹਿ ਸਕਦੇ ਜਿੱਥੇ ਸਾਨੂੰ ਪਤਾ ਸਾਡਾ ਕੰਟੈਂਟ ਵਧੀਆ ਤੇ ਅਸੀਂ ਇੱਕ ਵਧੀਆ ਗੱਲ ਕਰ ਸਕਦੇ ਆ ਤੇ ਆਪਾਂ ਦਾ ਮਨਾਂ ਦਾ ਵੀ ਬਹੁਤ ਠੀਕ ਹਿਸਾਬ ਨਾਲ ਆਪਾਂ ਗੱਲ ਕਰਦੇ ਆ ਤੁਸੀਂ ਦੇਖੋ ਭਾਈ ਸਾਡਾ ਪੌਡਕਾਸਟ ਤਾਂ ਹੀ ਲੰਮਾ ਹੋਇਆ ਕਰੂਗਾ ਜੇ ਅਸੀਂ ਖੁਸ਼ ਹੋਇਆ ਕਰਾਂਗੇ ਇਹ ਸਾਡੇ ਦਿਮਾਗ ਕੋਈ ਆਰਥਿਕ ਬੋਧ ਹੋਰ ਚੱਲੀ ਜਾਂਦਾ ਚਿੰਤਾ ਦੇ ਵਿੱਚ ਆ ਪੰਜਾਬ ਦੇ ਪੱਤਰਕਾਰ ਆ ਅਰਤੇਸ਼ ਲੱਖੀ ਹਨ ਉਹਨਾਂ ਨੇ ਆਪਦੇ YouTube ਦੇ ਅਬਾਊਟ ਚ ਆਪਦਾ ਖਾਤਾ ਨੰਬਰ ਸਾਰਾ ਕੁਝ ਮੈਂਸ਼ਨ ਕਰਾਇਆ ਵਾ ਸੀ ਪਹਿਲਾਂ ਉਹ ਨਹੀਂ ਮੈਨੂੰ ਪਤਾ ਕਰਾਇਆ ਸੀ ਕਿ ਨਹੀਂ ਜਦੋਂ ਅਸੀਂ ਉਹਨਾਂ ਦਾ ਇੰਟਰਵਿਊ ਕਰਾਇਆ ਸੀ ਉਦੋਂ ਵੀ ਦੇਖਿਆ ਸੀ ਤਾਂ ਉਹਨਾਂ ਨੇ ਵੀ ਕਿਹਾ ਸੀ ਉਹ ਕਹਿੰਦੇ ਵੀ ਜਿੱਥੇ ਅਸੀਂ ਸਾਫ਼ ਕੰਟੈਂਟ ਦੇ ਰਹੇ ਹਾਂ ਜਿੱਥੇ ਆਪਣੀ ਮਿਹਨਤ ਲੱਗਦੀ ਆ ਤਾਂ ਆਪਾਂ ਲੋਕਾਂ ਨੂੰ ਹੀ ਕਹਿ ਸਕਦੇ ਹਾਂ ਤੇ ਇਹ ਪਹਿਲਾਂ ਤੋਂ ਵੀ ਚੱਲਦਾ ਆ ਖਬਰਾਂ ਵਾਲੇ ਜਾਂ ਕੋਈ ਵੀ ਆ ਪਰ ਹਾਂ ਸਾਡੀ ਚੀਜ਼ ਜਿਹੜੀ ਵਧੀਆ ਗਈ ਉੱਤੇ ਉਹ ਲੋਕਾਂ ਦੇ ਹੱਥੀਂ ਇਹ ਕੜਾ ਵੀ ਆ ਵੀ ਤੁਸੀਂ ਪੇ ਕਰਕੇ ਜਦੋਂ ਅਸੀਂ ਐਪ ਵਾਲੇ ਜਾਂ ਪਲੈਟਫਾਰਮ ਤੇ ਆਗੇ ਉਦੋਂ ਫਿਰ ਆਪਾਂ ਦੇਖਾਂਗੇ ਵੀ ਉਹ ਕਿਵੇਂ ਕਰਨਾ ਹੈ ਜਾਂ ਕਿਵੇਂ ਨਹੀਂ ਤੇ ਇਹ ਜ਼ਰੂਰੀ ਆ ਹਮ ਇਹ ਤਾਂ ਆਮ ਗੱਲ ਨੇ ਆਪਾਂ ਘਰੋਂ ਖੁਸ਼ ਹੋਵਾਂਗੇ ਤਾਂ ਫਿਰ ਇਥੇ ਆ ਕਿ ਆਪਾਂ ਗੱਲਬਾਤ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਫਿਰ ਕੰਮ ਕਰਨ ਦਾ ਉਹ ਵੀ ਹੁੰਦਾ ਨਾ ਜੇ ਘਰੇ ਰੋਟੀ ਦਾ ਫਿਕਰੀ ਪਿਆ ਰਿਹਾ ਤੇ ਫਿਰ ਗੱਲਬਾਤ ਕਿੱਥੋਂ ਹੋਊਗੀ ਭਾਈ ਇੱਕ ਮੋਟੀਵੇਸ਼ਨ ਵੀ ਮਿਲਦਾ ਹੈਗਾ ਘਰੇ ਕਰਦਾ ਚੱਕਰ ਵੀ ਚੱਲਣਾ ਚਾਹੀਦਾ ਹੈਗਾ ਪਾਪੀ ਪੇਟ ਦਾ ਸਵਾਲ ਆ ਤੇ ਦੂਜੇ ਪਾਸੇ ਜੇ ਆਪਣਾ ਵਧੀਆ ਆਡੀਅנס ਆਪਾਂ ਨੂੰ ਪਿਆਰ ਕਰ ਰਹੀ ਜੇ ਮੈਂ ਆਪਾਂ ਨੂੰ ਪੋਡਕਾਸਟ ਤੇ ਬਹੁਤ ਹੌਸਲਾ ਹੁੰਦਾ ਹੁਣ ਉਧਰਲੇ ਪਾਸੇ ਉਹ ਮੇਰਾ ਦਿਲ ਜਦੋਂ ਥੋੜਾ ਜਿਹਾ ਹੋਇਆ ਪਿਆ ਹੂੰ ਵੀ ਕਿਵੇਂ ਆਹ ਇੰਟਰਵਿਊਸ ਆ ਗਈਆਂ ਬਹੁਤ ਤਾਂ ਨਿਗਾ ਚ ਪਰ ਉਹ ਥੋੜਾ ਜਿਹਾ ਐ ਹੋਇਆ ਵਾ ਯਾਰ ਇਹ ਵੀ ਜਦ ਤੁਸੀਂ ਇਹ ਦੇਖੋ ਨਾ ਸਾਡਾ ਇੰਟਰਵਿਊ ਹੁੰਦਾ ਹੀ ਨਹੀਂ ਹੁੰਦਾ ਕਿ ਚਲੋ ਕੋਈ ਹੋ ਗਿਆ ਸੀ ਮੌਕੇ ਕਰ ਲਿਆ ਕਈ ਵਾਰ ਇੱਕ ਇੰਟਰਵਿਊ 10000 ਰੁਪਏ ਵੀ ਖਰਚ ਹੋ ਜਾਂਦਾ ਇੱਕ ਸਪੈਸ਼ਲੀ ਇਹ ਨਹੀਂ ਇਹ ਹੈਗਾ ਹਾਂ ਇਹ ਹੈਗਾ ਇੱਕ ਇੰਟਰਵਿਊ ਕਰਨ ਦੇ ਲਈ ਜਦੋਂ ਮਹਿਜ਼ ਇੱਕ ਰਿਵਿਊ ਆਉਂਦਾ 2000 ਤਾਂ ਦੁੱਖ ਹੁੰਦਾ ਨਹੀਂ ਹੈ ਨਾ ਬੰਦੇ ਵੇਖ ਲੈਂਦੇ ਪੈਸਾ ਇੱਕ ਬਾਅਦ ਚ ਗੱਲ ਹੁੰਦੀ ਹੈ ਜਾਂ ਕਹਿੰਦੇ ਕਲਾਕਾਰ ਦੇ ਲਈ ਤਾੜੀਆਂ ਖਾਸ ਹੁੰਦੀਆਂ ਹੁਣ ਪੈਸੇ ਮਿਲਣਾ ਪ੍ਰੋਗਰਾਮ ਦੀ ਇੱਕ ਵੱਖਰੀ ਚੀਜ਼ ਆਪਨੇ ਪੋਡਕਾਸਟ ਦਾ ਸਭ ਤੋਂ ਵਧੀਆ ਇਹ ਫਾਰਮੈਟ ਆ ਵੀ ਆਪਾਂ ਆਮ ਆਪਦੀਆਂ ਨਿੱਜੀ ਗੱਲਾਂ ਜਾਂ ਕਿਵੇਂ ਵੀ ਆਪਾਂ ਉਹ ਗੱਲ ਰੱਖ ਸਕਦੇ ਆਂ ਇਹ ਉਹ ਮੀਡੀਆ ਫਾਰਮੈਟ ਵੀ ਉਸ ਟਾਈਪ ਦਾ ਨਹੀਂ ਕਿ ਆਪਾਂ ਪੌਡਕਾਸਟ ਪੌਡਕਾਸਟ ਤਰ੍ਹਾਂ ਚੱਲਦਾ ਚਾਹਤ ਸਾਹੀ ਲੋਕ ਜ਼ਿਆਦਾ ਪਿਆਰ ਕਰਦੇ ਆ ਲੋਕ ਕਾਫੀ ਕਰਦੇ ਠੀਕ ਆ ਵਧੀਆ ਗੱਲਾਂ ਕਰਨ ਲੱਗਿਆ ਪੰਜਾਬ 'ਚ ਪਰ ਉਹ ਥੋੜਾ ਜਿਹਾ ਇੰਟਰਵਿਊ ਫਾਰਮੈਟ ਹੋਣ ਲੱਗਿਆ ਤਾਂ ਉਹ ਗਲਤ ਹੋ ਗਿਆ ਗਲਤ ਹੋ ਗਿਆ ਗਲਤ ਹੋ ਗਿਆ ਆਪਣੇ ਵਾਲੇ ਦੀ ਰੁਚੀ ਹੀ ਤਾਂ ਆ ਗਈ ਕਿ ਆਪਣੇ ਨਾਲ ਲੋਕ ਜੁੜੇ ਹੋਏ ਨੇ ਜਾਂ ਹੋਰ ਬਹੁਤ ਇਹ ਫਾਰਮਲ ਨਹੀਂ ਹੈ ਦੇਸੀ ਕੰਮ ਹੀ ਆ ਹਮ ਕਿ ਜਿਵੇਂ ਨਹੀਂ ਆਪਾਂ ਬੱਠਨ ਦੇਖੀਏ ਤੇ ਮੋਟਰ ਤੇ ਬੈਠੇ ਹੋਗੇ ਮਸੌਤਰੀ ਕਾਇਆ ਬਸ ਇਹ ਦੇਖਣ ਨੂੰ ਸਟੂਡੀਓ ਹੈਗਾ ਦੇਸੀ ਹੈਗਾ ਹਾਂ ਕੰਮ ਦੇਸੀ ਹੈ ਕਦੇ ਸਾਨੂੰ ਕਦੇ ਕਰਾਇਆ ਸੀ ਸਟੂਡੀਓ ਟੂਰ ਵੀ ਕਰਾਇਆ ਕਦੇ ਹਾਂ ਆਪਾਂ ਨੂੰ ਬਲੌਗ ਬਲੂਗ ਬਣਾਉਣ ਦਾ ਹੈ ਹੀ ਨਾ ਚਾਹ ਜੇ ਨਹੀਂ ਤਾਂ ਪਹਿਲੇ ਹੀ ਸ਼ੁਰੂ ਹੋ ਜਾਇਆ ਕਰੀਏ ਆਪਾਂ ਬਲੌਗ ਜਾ ਬਣਾਉਣਾ ਆਪਣੇ ਹਿਸਾਬ ਚ ਵੀ ਨਹੀਂ ਆਉਣਾ ਕੰਮ ਬਿਲਕੁਲ ਨਹੀਂ ਬੰਦਾ ਕੁਝ ਵੀ ਕਰੇ ਹਮ ਸਾਨੂੰ ਬਹੁਤ ਪੰਗਾ ਕੋ ਲੈਣਾ ਹੈ ਲੱਤਾਂ ਬੜੀਆਂ ਫਸਾ ਗਿਆ ਆਪਾਂ ਹਾਂ ਠੀਕ ਹੈ ਜੀ ਚਲੋ ਠੀਕ ਹੈ ਜੀ ਆਪਾਂ ਹੁਣ ਮਿਲਾਂਗੇ ਸ਼ਨੀਵਾਰ ਸ਼ਾਮ 7 ਵਜੇ ਹਾਂ ਸਪੈਸ਼ਲ ਪੌਡਕਾਸਟ ਦੇ ਵਿੱਚ ਤੇ ਫਿਰ ਮੰਗਲਵਾਰ ਹਾਂਜੀ ਧੰਨਵਾਦ ਜੀ ਸੁਖਵੰਤ ਜੀ ਕਰ ਦੋ ਬੰਦ